ਤਤਕਾਲ ਸਾਰਿਆਂ ਨੂੰ ਪੰਜਾਬ ਨਵਾ ਤੇ ਮੈਂ ਗੁਰਮਿੰਦਰ ਸਿੰਘ ਸਮਤ ਤੁਹਾਡੇ ਰੂਬਰੂ ਹਾਂ ਸਾਡੇ ਨਾਲ ਇਸ ਵੇਲੇ ਬਹੁਤ ਹੀ ਮouziz ਮਹਿਮਾਨ ਡਾਕਟਰ ਪਿਆਰੇ لال ਗਰਗ ਮੌਜੂਦ ਨੇ ਸਰ ਤੁਹਾਡਾ ਬਹੁਤ ਅਸੀਂ ਮਸ਼ਕੂਰ ਹਾਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਪੰਜਾਬ ਨਵਾ ਦੇ ਸਮਾਜ ਤੇ ਉੱਤੇ ਸ਼ੁਕਰੀਆ ਜੀ ਬਹੁਤ ਸਸਤੀ ਕਾਲ ਦੀ ਸਰਣ ਸਰ ਤੁਸੀਂ ਵੀਡੀਓ ਤੇ ਮਤਲਬ ਕਾਫੀ ਪੰਜਾਬ ਤੇ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਪੰਜਾਬ ਲੰਘ ਰਿਹਾ ਇਹਦੇ ਹਾਲਾਤ ਇੱਕ ਵਾਰ ਪਹਿਲਾਂ ਵੀ ਸੀਗੇ ਔਰ ਉਸ ਵੇਲੇ ਤੁਸੀਂ ਜੋਬ ਦੇ ਵਿੱਚ ਹੁੰਦੇ ਸੀ ਇੱਕ ਬਹੁਤ ਹੀ ਬਿਹਤਰੀਨ ਮਤਲਬ ਸਰਕਾਰ ਦੇ ਆਪਾਂ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਕਰਿੰਦੇ EMPLOYEE ਅਫਸਰ ਔਰ ਜੋ ਬਹੁਤ ਮੁਸਤਕਦਿ ਨਾਲ ਕੰਮ ਕਰਦੇ ਸੀ ਮਾਫੀਆ ਅੱਜ ਵੀ ਬੜੇ ਨੇ ਅੱਜ ਵੀ ਬੜੇ ਵੱਡੇ ਵੱਡੇ ਮਾਫੀਆ ਦੀ ਗੱਲ ਹੋ ਰਹੀ ਆ ਕਿਸੇ ਵੀ ਤਰ੍ਹਾਂ ਦਾ ਮਾਫੀਆ ਉਹ ਮਾਫੀਆ ਰਹੇ ਹਮੇਸ਼ਾ ਸਰਕਾਰ ਦੇ ਪੈਰਲ ਚੱਲ ਕੇ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕੱਢ ਕੇ ਆਪਣੇ ਘਰ ਪਰਨੇ ਹੁੰਦੇ ਨੇ ਉਸ ਵੇਲੇ ਰਵੀ ਸਿੱਧੂ ਮਾਫੀਆ ਤੁਹਾਡੇ ਟਾਈਮ ਦੇ ਉੱਤੇ ਬਹੁਤ ਵੱਡਾ ਮਾਫੀਆ ਜਿਹੜਾ ਹੁਣ ਤੱਕ ਦਾ ਪੰਜਾਬ ਤੋਂ ਸਭ ਤੋਂ ਵੱਡਾ ਮਾਫੀਆ ਰਿਹਾ ਉਹ ਆਪਣੇ ਡੌਰ ਵਿੱਚ ਬਹੁਤ ਜ਼ਿਕਰ ਖਾਸ ਰਿਹਾ ਹੈ ਲੇਕਿਨ ਉਸ ਤੋਂ ਇਲਾਵਾ ਵੀ ਇੱਕ ਬਹੁਤ ਵੱਡਾ ਮਾਫੀਆ ਸੀ ਜੋ ਡਾਕਟਰੀ ਦੇ ਇਮਤਿਹਾਨਾਂ ਦੇ ਵਿੱਚ ਕਰੋੜਾਂ ਅਰਬਾਂ ਰੁਪਇਆ ਕੱਠੇ ਕਰਦਾ ਸੀ ਔਰ ਉਸਦੇ ਨਾਲ ਤੁਹਾਡਾ ਇਸ ਲੈਵਲ ਦਾ ਤਕਰਾਰ ਹੁੰਦਾ ਤੁਹਾਡੀ ਨੌਕਰੀ ਹੁੰਦੀ ਆ ਤੁਹਾਡੀ ਜ਼ਿੰਮੇਵਾਰੀ ਹੁੰਦੀ ਆ ਕਿ ਸਾਰਾ ਕੁਝ ਫੇਅਰ ਹੋਵੇ ਔਰ ਲੋਕਾਂ ਦੀਆਂ ਜੇਬਾਂ ਵਿੱਚੋਂ ਪੈਸੇ ਨਾ ਨਿਕਲਣ ਔਰ ਜੋ ਦਾਖਲੇ ਹੋਣ ਸਹੀ ਹੋਣ ਮਤਲਬ ਇੱਕ ਐਸੀ ਕੜੀ ਇੱਕ ਐਸੀ ਸੀਟ ਦੇ ਉੱਪਰ ਤੁਸੀਂ ਜਾ ਕੇ ਬੈਠੇ ਜੋ ਭ੍ਰਸ਼ਟਾਚਾਰ ਨਾਲ ਚਾਰੇ ਪਾਸਿਓ ਲਿਫਟ ਸੀ ਜਿਸ ਤਰੀਕੇ ਨਾਲ ਜਿசி ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਉਸ ਥਿੱਕੜ ਵਿੱਚ ਤੁਸੀਂ ਦੇਖਦੇ ਆ ਇਸੇ ਤਰੀਕੇ ਨਾਲ ਕੋਈ ਯੂਨੀਵਰਸਿਟੀ ਦੀ ਉਹ ਵਾਲੀ ਕੁਰਸੀ ਥੱਸੇ ਹੋਈ ਸੀ ਜਿਸ ਲੋਕ ਕੋਈ ਹੱਕ ਦਾ ਸੀ ਸਰ ਸਾਨੂੰ ਕੋ ਗੱਲ ਦੱਸੋ ਜਦੋਂ ਤੁਸੀਂ ਪੂਰੇ ਦਾ ਪੂਰਾ ਐਮਬੀਬੀਐਸ ਮਾਫੀਆ ਜਿਹਨੂੰ ਮੁੰਨਾ ਵਾਈ ਐਮਬੀਬੀਐਸ ਮਾਫੀਆ ਵੀ ਕਿਹਾ ਜਾਂਦਾ ਸੀ ਪੰਜਾਬ ਦੇ ਵਿੱਚ ਉਹਦੇ ਨਾਲ ਦੋ ਦੋ ਹੱਥ ਕੀਤੇ ਤੁਹਾਡੀ ਜਾਨ ਨੂੰ ਵਿਖਾ ਦਿੱਤਾ ਲੈ ਆਪੋ ਸੇ ਸਰਕਸ ਸਮਸਾਬ ਇਹ ਜਿਹੜਾ ਮੈਡੀਕਲ ਕਾਲਜਾਂ ਦੇ ਵਿੱਚ ਦਾਖਲੇ ਦਾ ਮਾਫੀਆ ਸੀ ਇਹ ਮਾਫੀਆ ਕਾਫੀ ਧੀਰ ਤੋਂ ਚੱਲ ਰਿਹਾ ਸੀ ਇਹਦੇ ਵਿੱਚ ਜਿਹੜੇ ਅਧਿਕਾਰੀ ਵੱਡੇ ਅਧਿਕਾਰੀ ਹੁੰਦੇ ਨੇ ਉਹ ਸ਼ਾਮਲ ਹੁੰਦੇ ਨੇ ਮੇਰੀ ਇਹ ਸਮਝ ਹੈ ਇਹ ਕਦੇ ਥੱਲੇ ਲੈਵਲ ਤੋਂ ਨਹੀਂ ਚੱਲ ਸਕਦਾ ਥੱਲੇ ਲੈਵਲ ਦੇ ਨਾਲ ਇੱਕ ਟੀਮ ਬਣਾਈ ਜਾਂਦੀ ਆ ਅੱਜ ਹੀ ਜੇ ਤੁਸੀਂ ਮਾਫੀਆ ਦਾ ਪੜੋ ਹਰਿਆਣਾ ਰਿਪਬਲਿਕ ਸਰਵਿਸ ਕਮਿਸ਼ਨ ਜੀ ਵੀ ਮਾਫੀਆ ਹੋਇਆ ਜਿਵੇਂ ਸਾਡੇ ਰਵੀ ਸਿੱਧੂ ਵਾਲਾ ਕਹੇ ਸੀ ਹਰਿਆਣਾ ਚੋ ਸਾਰੀਆਂ ਪੋਸਟਾਂ ਕੈਂਸਲ ਕਰ ਰਹੇ ਨੇ ਹੁਣ ਟੈਸਟ ਲਿਆ ਸੀ ਟੈਸਟ ਉੱਥੇ ਜਿਹੜੇ ਡੀ ਸੈਕਟਰੀ ਜਾਂ ਹੋਰ ਸੀਗੇ ਉਹਨਾਂ ਨੇ ਇਹ ਸਾਰੀ ਗੜਬੜ ਕਰੀ ਹੋਈ ਸੀ ਫਿਰ ਮਾਫੀਆ ਦੇ ਬਾਰੇ ਮੈਂ ਪਹਿਨਾ ਤੋਂ ਮੈਂ ਸਰਕਾਰ ਦੇ ਵਿੱਚ ਅਧਿਕਾਰੀ ਸੀ ਡਾਇਰੈਕਟੋਰੇਟ ਚ ਮੈਡੀਕਲ ਐਜੂਕੇਸ਼ਨ ਚ ਮੈਂ ਉਦੋਂ ਦਾ ਯੂਨੀਵਰਸਿਟੀ ਨੂੰ ਇਹ ਬਾਰ-ਬਾਰ ਕਹਿੰਦਾ ਸੀ ਕਿ ਤੁਸੀਂ ਆਹ ਤਿੰਨ ਚਾਰ ਗੱਲਾਂ ਕਿਉਂ ਨਹੀਂ ਕਰਦੇ ਹਰ ਸਾਲ ਤੁਹਾਡਾ ਪੇਪਰ ਲੀਕ ਹੁੰਦਾ ਹੈ ਲੋਕ ਤੁਹਾਡੇ ਉੱਤੇ ਲਾਂਚਰ ਲਾਉਂਦੇ ਨੇ ਵੀ ਆ ਹੋ ਗਿਆ ਐ ਹੋ ਗਿਆ ਤੁਸੀਂ ਇਹ ਕਰਦੇ ਕਿਉਂ ਨਹੀਂ ਤੁਸੀਂ ਕੀ ਕਰੀ ਜਾਂਦੇ ਹੋ ਤਾਂ ਉਹਨਾਂ ਨੇ ਮਤਲਬ ਕਦੇ ਕੋਈ ਬਹਾਨਾ ਲਾਉਣਾ ਕਦੇ ਕੋਈ ਬਹਾਨਾ ਲਾਉਣਾ ਕਿ ਉਹਦੇ ਵਿੱਚ ਬੱਚਿਆਂ ਨੂੰ ਇੰਨਾ ਤੰਗ ਕਰਨਾ ਜਿਹੜੇ ਬੱਚੇ ਇਮਤਿਹਾਨ ਦਿੰਦੇ ਸੀ ਆਮ ਬੱਚੇ ਨੂੰ ਇਹੇ ਜੇ ਰੂਲ ਬਣਾ ਕੇ ਇਹ じゃ ਵੀ ਉਹ ਬੱਚਾ ਤੰਗੀ ਹੋਈ ਜਾ ਰਿਹਾ ਕਾਉਂਸਲਿੰਗ ਦੇ ਵਿੱਚ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਮੇਰੀ ਮੈਰਿਟ ਕਿੱਥੇ ਆ ਕਿੱਥੇ ਨਹੀਂ ਕੋਈ ਸੀਟ ਖਾਦੀ ਆ ਕਿਹੜੀ ਖਾਦੀ ਆ ਕਿਹੜੀ ਨਹੀਂ ਮੈਂ ਉਹ ਹਾਲਤਾਂ ਦੇਖੀਆਂ ਡਾਇਰੈਕਟੋਰੇਟ 'ਚ ਬੈਠੇ ਨੇ ਕਿਿੱਤੇ ਇਹ ਹੋਇਆ ਕਿ ਬੱਚੇ ਦੇ ਨੰਬਰ ਜਿਹਦੇ ਘੱਟ ਨੇ ਉਹਨੂੰ ਦਾਖਲਾ ਮਿਲ ਗਿਆ ਜਿਹਦੇ ਵੱਧ ਨੇ ਉਹਨੂੰ ਮਿਲਿਆ ਨਹੀਂ ਐਮਬੀਬੀਐਸ ਤੇ ਮੈਂ ਹੈਰਾਨ ਮੈਂ ਇਹ ਜਾ ਦੇਖਿਆ ਇੱਕ ਦਿਨ ਸੈਚਰਡੇ ਨੂੰ ਇੱਕ ਦਲਤ ਬੱਚਾ ਸ਼ੈਡਿਊਲਡ ਕਾਸਟ ਬੱਚਾ ਮੇਰੇ ਕੋਲ ਆਉਂਦਾ ਹੈ ਸੰਡੇ ਨੂੰ ਇਮਤਿਹਾਨ ਹੈ ਉਹ ਕਹਿੰਦਾ ਜੀ ਮੇਰਾ ਯੂਨੀਵਰਸਿਟੀ ਨੇ ਫਾਰਮ ਰਿਜੈਕਟ ਕਰ ਦਿੱਤਾ ਰੰਦ ਕਰਤਾ ਮੇਰਾ ਫਾਰਮ ਦਾਖਲੇ ਦਾ ਜਿੰਦਾਂ ਆਂਦੇਂਦਾ ਮੈਂ ਪੁੱਛਿਆ ਕਿਉਂ ਰੱਦ ਕਰਿਆ ਕਹਿੰਦਾ ਜੇ ਉਹ ਕਹਿੰਦੇ ਨੇ ਵੀ ਤੇਰਾ ਜਿਹੜਾ ਸਰਟੀਫਿਕੇਟ ਹੈ ਸ਼ਡਿਊਲਡ ਕਾਸਟਾ ਇਹ ਸਹੀ ਹੀ ਨਹੀਂ ਹੈ ਮੈਂ ਕਿਹਾ ਉਹਨਾਂ ਨੇ ਲਿਖ ਕੇ ਦਿੱਤਾ ਕੁਝ ਕਹਿੰਦਾ ਜੀ ਲਿਖ ਕੇ ਤਾਂ ਦਿੱਤਾ ਨਹੀਂ ਮੈਂ ਕਿਹਾ ਫੇਰ ਤੂੰ ਭਾਈ ਆਪਣੇ ਜਿਹੜਾ ਪੜ੍ਹਾਈ ਵਿਭਾਗ ਹੈ ਉਹਦੇ ਕੋਲ ਜਾਣਾ ਸੀ ਇਹ ਮਸਲਾ ਤਾਂ ਉਹਨਾਂ ਨੇ ਹੱਲ ਕਰਨਾ ਤੇਰਾ ਮੈਨੂੰ ਕਹਿੰਦਾ ਜੀ ਹਫ਼ਤਾ ਹੋ ਗਿਆ ਉਹਨਾਂ ਕੋਲ ਘੁੰਮਦੇ ਨੂੰ ਉਹਨਾਂ ਨੇ ਤਾਂ ਮੈਨੂੰ ਰਾਹ ਹੀ ਨਹੀਂ ਦਿੱਤਾ ਤੇ ਮੈਨੂੰ ਕਹਿੰਦੇ ਨੇ ਵੀ ਉਹ ਯੂਨੀਵਰਸਿਟੀ ਜੋ ਕਰਦੀ ਉਹ ਹੀ ਠੀਕ ਹੈ ਪੜਾਈ ਵਿਭਾਗ ਚ ਸਾਰੇ ਅਫਸਰ ਸ਼ੈਡਿਊਲ ਕਾਸ ਸੀਗੇ ਜਿਹੜੇ ਡੀਲ ਕਰਦੇ ਸੀ ਮੰਤਰੀ ਵਿਜੇ ਜਾਂ ਪਕਾਇਨਾ ਨਾ ਵੀ ਆਏ ਕਾਸਟ ਬੇਸ ਦੇ ਮਸਲੇ ਹੱਲ ਹੁੰਦੇ ਨੇ ਮਸਲੇ ਹੱਲ ਹੁੰਦੇ ਨਹੀਂ ਜਾਂਦੇ ਮੈਂ ਕਿਹਾ ਅੱਛਾ ਤੇਰੇ ਤੇ ਹੋਰ ਕੋਈ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਤੇਰਾ ਸਰਟੀਫਿਕੇਟ ਗਲਤ ਹੈ ਤੂੰ ਤਾਂ ਸ਼ੈਡਿਊਲ ਕਾਸ ਹੈ ਹੀ ਨਹੀਂ ਕਹਿੰਦੇ ਨਹੀਂ ਜੋ ਆਏ ਕਹਿੰਦੇ ਨੇ ਵੀ ਇਹ ਤੇ ਜਿਹੜੀ ਮੋਹਰ ਲੱਗੀ ਹੋ ਉਹ ਐਸ ਡੀ ਐਮ ਦੀ ਲੱਗੀ ਹੋਈ ਹੈ ਤੇ ਮੋਹਰ ਚਾਹੀਦੀ ਜੋ ਸਿਵਲ ਦੀ अच्छा ठीक है मैं सेक्रेटरी एजेंसी नेक्स्ट डे ਦਾ ਇੰਤਜ਼ਾਮ ਧਿਆਨ ਸੀ ਮੈਂ ਪ੍ਰਿੰਸੀਪਲ ਸੈਕਟਰੀ ਸਾਹਿਬ ਨੂੰ ਫੋਨ ਕਰਿਆ ਮੈਂ ਕਿਹਾ ਜੀ ਇੱਦਾਂ ਇੱਦਾਂ ਬਤਕੇ ਦਾ ਸਰਟੀਫਿਕੇਟ ਹੈ ਤਾਂ ਮੈਂ ਕਿਹਾ ਐਸ.ਡੀ.ਐਮ ਦਾ ਡੈਜ਼ਿਗਨੇਸ਼ਨ ਹੀ ਬਦਲਤਾ ਅਸ ਜੀ ਉਹ ਸਿਵਲ ਤਾਂ ਹੁਣ ਕੋਈ ਹੈ ਹੀ ਨਹੀਂ ਹੁਣ ਤਾਂ ਸਾਰੇ ਨੇ ਮੋੜੀ ਐਸ.ਡੀ.ਐਮ ਦੀ ਲਗਣੀ ਹੈ ਕਿ ਕਹਿੰਦੇ ਫਿਰ ਅੱਜ ਤਾਂ ਛੁੱਟੀ ਆ ਅੱਜ ਕਿਵੇਂ ਕਰੀਏ ਮਾਜੀ ਕਾਰਨ ਨੂੰ ਤਾਂ ਕਰਿਆ ਜਾ ਸਕਦਾ ਹੈ ਤੁਸੀਂ ਜੇ ਹੁਕਮ ਕਰੋ ਇਹਨਾਂ ਦੱਸੋ ਮੈਂ ਜੀ ਮੈਂ ਤੁਹਾਡੇ ਰਿਕਾਰਡ ਕਰ ਦੇਣਾ ਵੀ ਮੇਰੀ ਤੁਹਾਡੇ ਨਾਲ ਗੱਲ ਹੋਈ ਹੈ ਮੈਂ ਸਰਕਾਰ ਦੀ ਤਰਫੋਂ ਚਿੱਠੀ ਆਪਦੇ ਵੱਲੋਂ ਕੱਢ ਦੇਣਾ ਯੂਨੀਵਰਸਿਟੀ ਨੂੰ ਆਪਦੇ ਦਸਕਨਾ ਚ ਕਹਿੰਦੇ ਹਾਂ ਠੀਕ ਕਰ ਦਿਓ ਮੈਂ ਦੇਖਿਆ ਵੀ ਪੰਜਾਬ ਸਰਕਾਰ ਦੀ ਫਲਾਨੀ ਨੋਟੀਫਿਕੇਸ਼ਨ ਰਾਹੀਂ ਇਹ ਜਿਹੜੇ ਐਸਡੀਓ ਸਿਵਲ ਸੀ ਉਹਨਾਂ ਦਾ ਡੈਜ਼ਿਗਨੇਸ਼ਨ ਬਦਲ ਕੇ ਅਹੁਦਾ ਬਦਲ ਕੇ ਐਸਡੀਐਮ ਕਰ ਦਿੱਤਾ ਗਿਆ ਇਸ ਕਰਕੇ ਜਿਹੜਾ ਵੀ ਸਰਟੀਫਿਕੇਟ ਕੋਈ ਵੀ ਮੈਂ ਇੱਕ ਨਹੀਂ ਦੇਖਿਆ ਕੰਮ ਸ਼ੁਰੂ ਕਰਦਾ ਜਿਹੜਾ ਵੀ ਸਰਟੀਫਿਕੇਟ ਐਸਡੀਐਮ ਦੀ ਮੋਹਰ ਤੇ ਦਸਤਖਤ ਨਾਲ ਸੱਦੇ ਜਾਰੀ ਹੋਇਆ ਹੋਵੇ ਜ਼ਾਕਰੇ ਵਾਸਤੇ ਉਹਨੂੰ ਐਸਡੀਓ ਸਿਵਨ ਦਾ ਮੰਨਿਆ ਜਾਵੇ। ਜੇ ਆ ਬੱਚੇ ਨੇ ਮੇਰੇ ਕੋਲ ਸ਼ਿਕਾਇਤ ਕਰੀਏ ਇਹਦਾ ਵੀ ਮੰਨਿਆ ਜਾਵੇ ਬਾਕੀ ਸਭ ਦਾ ਵੀ ਮੰਨਿਆ ਜਾਵੇ। ਹੁਣ ਅਧਿਕਾਰੀ ਕੀ ਕਰਨਗੇ ਉਹਦਾ ਕੱਡੇ ਦਾ ਜਾਰੀ ਕਰ ਦੇਣਗੇ ਮੁੜ ਕੇ ਫਿਰ ਬਾਕੀ ਰੋਲਦੇ ਰਹਿਣਗੇ। ਮੇਰੀ ਆadat ਤਾਂ ਵੀ ਉਸ ਨੂੰ ਮਸਲੇ ਨੂੰ ਹੱਲ ਕਰੋ। ਉਹ ਚਿੱਠੀਆਂ ਬਣਾ ਕੇ ਉਹਦੀ ਸਾਈਨ ਮਾਰ ਕੇ ਫਾਈਲ ਤੇ ਰਿਕਾਰਡ ਕਰਤਾ ਉਹਨਾਂ ਨੂੰ ਮੈਂ ਥੋੜੋ ਦੇਖਣ ਦੀ ਮੇਰੀ ਪ੍ਰਿੰਸੀਪਲ ਸੈਕਟਰੀ ਨਾਲ ਗੱਲ ਹੋ ਗਈ। ਉਹਨਾਂ ਦਾ ਪਤਾ ਵੀ ਸਰਕਾਰ ਦੀ ਚਿੱਠੀ ਆ। ਚੰਡੀਗੜ੍ਹੋਂ ਜਿਹੜੀ ਚਿੱਠੀ ਛੱਡੇ ਜਾਏਗੀ ਉਹਨਾਂ ਨੂੰ ਸਭ ਨੂੰ ਪਤਾ ਵੀ ਸਰਕਾਰ ਦੀ ਚਿੱਠੀ ਹੈ ਇਹਨਾਂ ਨੇ ਸਾਨੂੰ ਚੇਪ ਦੇਣ। ਹਾਇਰ ਤਨ ਮੈਨ ਰਿਕਾਰਡ ਕਰਤਾ ਕਿ ਮੈਂ ਇਹ ਚਿੱਠੀ ਤਾਂ ਜਾਰੀ ਕਰ ਰਿਹਾ ਕਿ ਮੈਂ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਗੱਲ ਕਰੀ ਹੈ ਉਹਨੇ ਕਿਹਾ ਵੀ ਸਰਕਾਰ ਦੀ ਤਰਫੋਂ ਤੁਸੀਂ ਜਾਰੀ ਕਰ ਦਿਓ। ਤੇ ਉਹਨੂੰ ਫੜਾਤੀ ਚਿੱਠੀ ਬੱਚੇ ਨੂੰ ਮੈਂ ਲੈ ਜਾ ਤੇ ਨਾਲ ਫੈਕਸ ਕਰਤੀ ਯੂਨੀਵਰਸਿਟੀ ਨੂੰ ਉਹਨਾਂ ਦੇ ਨਾਲ ਚ ਫੈਕਸ ਹੁੰਦੀ ਸੀ। ਇਹ ਵੀ ਇਹਨੂੰ ਜਾਰੀ ਕਰੋ। ਉਸ ਡਾਊਰ ਨੰਬਰ ਜਾਰੀ ਹੋ ਗਿਆ। ਹੁਣ ਨਾਂ ਮੇਰੀ ਉਹਦੇ ਚ ਡਿਊਟੀ ਸੀ ਇਹ ਕੰਮ ਕਰਨਾ। ਕਿ ਨਾ ਉਸ ਦਿਨ ਕਰਨ ਦੀ ਕੋਈ ਲੋੜ ਸੀ ਨਾ ਮੇਰੇ ਕੋਲ ਦੀ ਸ਼ਕਤੀ ਸੀ ਉਹ ਜਾਰੀ ਕਰਨ ਦੀ ਪਰ ਰਸਤਾ ਤਾਂ ਸੀਗਾ ਨਾ ਸਿਰ ਇੱਛਾ ਹੋਵੇ ਤੁਹਾਡੀ ਮੈਂ ਇਨਸਾਫ ਦੇਣਾ ਹੈ ਕਿ ਤੁਹਾਨੂੰ ਕੋਈ ਕੋਈ ਕਾਨੂੰਨ ਨਹੀਂ ਰੋਕਦਾ ਇਨਸਾਫ ਦੇਣ ਤੋਂ ਇਨਸਾਫ ਨਾ ਦੇਣ ਵਾਸਤੇ ਸੌ ਕਾਨੂੰਨਾਂ ਦਾ ਤੁਸੀਂ ਬਾਹਰ ਨਾ ਲਾ ਸਕਦੇ ਹੋ ਇਨਸਾਫ ਦੇਣ ਵਾਸਤੇ ਸਾਰੇ ਕਾਨੂੰਨ ਹੈਗੇ ਨੇ ਸੋ ਇਸ ਕਰਕੇ ਮੇਰਾ ਇੱਕ ਵਾਰੀ ਨਹੀਂ ਮੇਰਾ ਜਗਾ ਜਗਾ ਤੇ ਤਜਰਬਾ ਸੀ ਇੱਕ ਵਾਰੀ ਮੈਂ ਇਹਨਾਂ ਨੂੰ ਯੂਨੀਵਰਸਿਟੀ ਚ ਕਿਹਾ ਮੈਂ ਕਿਹਾ ਜੀ ਜਦ ਬੱਚੇ ਕਹਿੰਦੇ ਨੇ ਤੁਸੀਂ ਨਾ ਪੇਪਰ ਦਿਖਾ ਦੇ ਖਰਾਬ ਦਾ ਬਾਇਸਾਂਸਰ ਨੂੰ ਮੀਟਿੰਗ 'ਚ ਨਹੀਂ ਨਹੀਂ ਐ ਕਿਵੇਂ ਦਿਖਾ ਦਾਂਗੇ ਉਹ ਤੁਹਾਡੇ ਕੇ ਪਤਾ ਜਾਣਗੇ ਨਹੀਂ ਐ ਲੈ ਕੇ ਕਿਵੇਂ ਪਤਾ ਜਾਣਗੇ ਡਰ ਕੇ ਦਾ ਮਨੋ ਕਿੱਡੀ ਵੱਡੀ ਬੇਵਕੂਫੀ ਹੈ ਇਹ ਯੂਨੀਵਰਸਿਟੀ ਦਾ ਬਾਇਸਾਂਸਰ ਕਹੇ ਕਿ ਜਦ ਕੋਈ ਬੱਚਾ ਮੇਰੇ ਕੋਲ ਇਹ ਮੇਰੇ ਦਫ਼ਤਰ 'ਚ ਪੇਪਰ ਦੇਖਣ ਆਏਗਾ ਆਪਦਾ ਉਹ ਅਨਸਰ ਸ਼ੀਟ ਉਹ ਲੈ ਕੇ ਭੱਜ ਜਾਏਗਾ ਕਿ ਯੂਨੀਵਰਸਿਟੀ ਚੜਾਕਾਰ ਦੇ ਵਾਸਤੇ ਰਹਣਗੇ ਯੂਨੀਵਰਸਿਟੀ ਇੰਨੀ ਜਾਲ ਖਾਹੀ ਹੋਈ ਹੋਈ ਹੈ ਵੀ ਜਿਹੜਾ ਮਰਜ਼ੀ ਜਾ ਕੇ ਉੱਥੇ ਹਮਲਾ ਕਰ ਦੇ ਜਿਹੜਾ ਮਰਜ਼ੀ ਲੈ ਕੇ ਭੱਜ ਕੇ ਗੁੰਡਾਗਰਦੀ ਕਰ ਦੇ ਫਿਰ ਯੂਨੀਵਰਸਿਟੀ ਕਾਦੀ ਚੱਲਦੀ ਹੈ ਮੈਂ ਦੇ ਹਾਂ ਵੀ ਤੁਸੀਂ ਪ੍ਰੋਜੈਕਟ ਕਰਦਿਆ ਕਰੋ। ਹੀਟ ਨਾ ਦਿਖਾਓ ਪ੍ਰੋਜੈਕਟ ਕਰ ਲਓ। ਵੀ ਆ ਦੇਖਾ ਤੈਨਾਂ ਤੇਰੇ ਹੀ 10 ਕੁ ਜਨੇ ਨਾ ਤੇਰੀ ਹੀਟ ਆ ਨਾ ਫਿਰ ਦੂਜਾ ਪਾਸਾ ਉਹਦਾ ਉਲਟਾ ਦਿਓ। ਵੀ ਆ ਲੈ ਹੁਣ ਇਹਦੇ ਨੰਬਰ ਗਿੰਨਾ ਤੂੰ ਆਪਦੇ ਵੱਡੇ ਟਿਕਨੇ ਤੂੰ ਆਪੇ ਗਿੰਨਾ ਵੀ ਤੇਰੇ ਕਿੰਨੇ ਨੰਬਰ ਨੇ। ਨਹੀਂ ਬੰਦੇ। ਤੇ ਪੇਪਰ ਵੀ ਖੁੰਦਾ ਰਿਹਾ। ਫਿਰ 2005 ਚ ਇਹ ਹਾਲ ਹੋਈ ਵੀ ਲੀਕ ਹੋ ਕੇ ਦੁਬਾਰਾ ਕਰਨਾ ਪਿਆ। ਦੁਬਾਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਗਰਿਆ। ਕਰ ਉਹਨਾਂ ਨੇ ਵੀ ਲੀਕ ਦਿੱਤਾ ਇਹ ਉਠੀ ਕੇ ਹਰੇਕ ਹੀ ਬੰਦਾ ਕਹਿੰਦਾ ਵੀ ਮੈਂ ਤਾਂ ਮਹਾਰਾਜ 108 ਆ ਹੈ ਤੇ ਉਹਦੇ ਚ ਫਿਰ ਮੈਨੂੰ ਯਾਦ ਆ ਜਾਂਦਾ ਹੈ ਜਗ ਗਿਆਨੀ ਦਿਲਲਾਚਾਰੀ ਜਗ ਪੰਡਤ ਦਿਲਲਾ ਵਿਚਾਰੀ ਸੋ ਨਾ ਹੀ ਵਿਚਾਰਦੇ ਨੇ ਤੇ ਨਾ ਚਾਰਦੇ ਨੇ ਵਿਚਾਰ ਤੇ ਵਿਚਾਰ ਜਿਹੜਾ ਹੈ ਹਾਂਜੀ ਤੇ ਗੁਫਤਾਰ ਅਚਾਰ ਵਿਚਾਰ ਤੇ ਦਸਤਾਰ ਇਹ ਚਾਰ ਚੀਜ਼ਾਂ ਨੇ ਜਿਹਨੀਆਂ ਬੰਦੇ ਨੂੰ ਚੰਗਾ ਬਣਾਉਂਦੀ ਇਹ ਕਾਰੇ ਮੈਂ ਬਣਾ ਸਕਦੀਆਂ ਨੇ। ਪਰ ਇਸ ਕਰਕੇ ਇਹ ਜਿਹੜਾ ਫਿਰ ਮੇਰੇ ਮਨ ਚ ਉੱਤਤਾ ਸੀ ਗਈ ਪਰ ਜਦ ਮੈਂ ਰਜਿਸਟਰ ਲਗਿਆ ਮੈਂ ਲੱਗਨ ਨੂੰ ਚਾਰ ਨਹੀਂ ਸੀ। ਮੈਨੂੰ ਸਰਕਾਰੀ ਨੌਕਰੀ ਦੇ ਦੌਰਾਨ ਡੈਪੂਟੇਸ਼ਨ ਤੇ ਲਾਉਣ ਵਾਸਤੇ ਕਰਨ ਮੈਂ ਖੈ ਮੈਂ ਨਹੀਂ ਲੱਗਦਾ। ਜਦ ਮੈਂ ਰਿਟਾਇਰ ਹੋ ਗਿਆ ਉਸ ਤੋਂ ਬਾਅਦ ਮੇਰੇ ਵਾਈਸ ਚਾਂਸਲ ਜਿਹੜੇ ਸੀ ਵਾਈਸ ਚਾਂਸਲ ਜਿਹੜੇ ਸੀ ਉਹ ਮੇਰੇ ਟੀਚਰ ਰਹੇ ਸੀ ਮੈਡੀਕਲ ਕਾਲਜ। ਉਹ ਆਗੇ ਵੀ ਮੈਂ ਤਾਂ ਤੈਨੂੰ ਲੈ ਕੇ ਜਾਣਾ। ਮੈਂ ਕਹਾਂ ਜੀ ਇੱਕ ਸ਼ਰਤ ਤੇ ਜਾਊਂਗਾ ਕਹਿੰਦੇ ਕਿ ਮਾ ਤੁਸੀਂ ਰੋਲ ਹੀ ਕਹੀ ਜਾਂਦੇ ਹੋ ਸਰਕਾਰ ਨੂੰ ਤੁਸੀਂ ਬੜਾ ਮਤਲਬ ਕੋਸਜੋ ਰੋ ਜੀ ਤੇ ਕਹਿੰਦੇ ਸਰਕਾਰ ਪੈਸੇ ਤਾਂ ਕੋਈ ਦਿੰਦੀ ਨਹੀਂ ਮਾ ਜੀ ਇਹ ਤਾਂ ਉੱਦੇ ਵੀ ਤੁਹਾਨੂੰ ਪਤਾ ਸੀ ਵੀ ਪੈਸੇ ਹੈ ਨਹੀਂ ਮੈਂ ਮਨਪ੍ਰੀਤ ਬਾਦਲ ਤੇ ਐਵੇਂ ਨਹੀਂ ਕਲੈਕਟ ਕਰਦਾ ਨਹੀਂ ਤਾਂ ਤੁਹਾਨੂੰ ਉੱਦੇ ਵੀ ਪਤਾ ਸੀ ਵੀ ਪੈਸੇ ਹੈ ਨਹੀਂ ਫਿਰ ਤੁਸੀਂ ਵਾਈਸ ਚਾਂਸਰ ਲੱਗੇ ਕਿਉਂ ਸੀ ਕਹਿੰਦੇ ਫਿਰ ਕੀ ਕਰਨਾ ਮੈਂ ਜੀ ਤਾਂ ਜਾਊਂਗਾ ਤੁਸੀਂ ਕੋਈ ਬਿਆਨ ਨਹੀਂ ਦਿਓਗੇ ਮੈਂ ਆਪੇ ਬਿਆਨ ਦੂੰ ਜੋ ਵੀ ਦੇਣਾ ਇੰਨੇ ਠੀਕ ਹੈ ਮੈਂ ਜਾਣਸਾਰ ਮੈਨੂੰ ਪਤਾ ਸੀ ਵੀ ਅਸੀਂ ਇਮਤਿਹਾਨ ਐਮਪੀ ਵਿੱਚ ਕਿੰਨੇ ਬੱਚੇ ਪਾਸ ਹੋਏ ਕਿੰਨੇ ਫੇਲ ਹੋਏ ਕੋਈ ਨਹੀਂ ਬਾਤਲ ਕਰਦਾ ਲੋਕਾਂ ਦੀਆਂ ਨਜ਼ਰਾਂ ਪੀਐਮਟੀ ਦੇ ਟੈਸਟ ਦੇ ਨੇ ਦਾਖਲੇ ਦੇ ਟੈਸਟ ਦੇ ਕਿਉਂਕਿ ਉਦੋਂ ਬੱਚੇ ਹਜ਼ਾਰਾਂ ਬੱਚੇ ਪੀੜ ਹੁੰਦੇ ਨੇ ਉਹਨਾਂ ਦੇ ਮਾਪੇ ਉਹਨਾਂ ਦੇ ਰਿਸ਼ਤੇਦਾਰ ਮਾਫੀਆ ਸਾਰਿਆਂ ਨੇ ਅੱਖਾਂ ਕੋਚਿੰਗ ਸੈਂਟਰ ਹੈ ਜੀ ਬੈਂਕਾਂ ਕੋਕੋ ਉਹਨਾਂ ਨੂੰ ਉਹ ਹਰ ਇੱਕ ਨੂੰ ਉਹਦੇ ਚ ਕੋਈ ਨਾ ਕੋਈ ਭੂਮਿਕਾ ਹੈ ਇਹਨਾਂ ਅਖਵਾਣਾ ਮੀਢਾ ਸਭ ਦਾ ਕੇਂਦਰ ਧਿਆਨ ਹੁੰਦਾ ਇਸ ਟੈਸਟ ਦੇ ਉੱਤੇ ਕਿਉਂਕਿ ਬਹੁਤ ਵੱਡਾ ਪ੍ਰੈਸਟੀਜੀਅਸ ਟੈਸਟ ਹੈ ਕਿ ਮੈਂ ਜਾਣសារ ਇਹ ਫੈਸਲਾ ਮੈਂ ਕਿਉਂਕਿ ਮੇਰੀ ਇਹ ਆਦਤ ਹੈ ਮੈਂ ਕੋਈ ਐਵੇਂ ਨਹੀਂ ਕਹਿੰਦਾ ਮੈਨੂੰ ਮੇਰੀ ਮਾਂ ਨੇ ਸਿਖਾਇਆ ਹੋਇਆ ਮੇਰੇ ਬਜ਼ੁਰਗਾਂ ਨੇ ਸਿਖਾਇਆ ਪਿੰਡ ਦੇ ਲੋਕਾਂ ਨੇ ਸਿਖਾਇਆ ਵੀ ਸੱਚ ਕਹਿਣ ਦੇ ਲਈ ਉਦੋਂ ਪਾਸ ਕਰੀ ਪਾਉਣਾ ਤੱਕੜੀ ਹਿੰਦੇ ਨਹੀਂ ਦੇ ਮੈਂ ਉਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਜਿੱਤੇ ਬੜੇ ਦੋਸ਼ ਲੱਗਦੇ ਨੇ ਵੀ ਤਾਂ ਪਾਸ ਨੂੰ ਜੋਖ ਦੇ ਨੇ ਜੋ ਮੈਂ ਮੈਂ ਦੁਕਾਨਵੀ ਕਰਦਾ ਵਿਖਾ ਮਜਾੜਾ ਇੱਕ ਮਤਲਬ ਟੋੜਾ ਘੱਟ ਹੋ ਜੀ ਮਾਸਾ ਘੱਟ ਹੋ ਜੀ ਵੱਧ ਬੇਸ਼ੱਕ ਨਿਕਲੇ ਜੋ ਕੋ ਲੋ ਜਿੱਥੇ ਮਰਜੀ ਜਿੱਥੇ ਮਰਜੀ ਕੰਢੀ ਤੇ ਲਾ ਲਓ ਤੁਸੀਂ ਲੋਕੇ ਕਿਉਂ ਕਰਦੇ ਹੋ ਤੁਸੀਂ ਕਹੋ ਮਾਇ ਚੀਜ਼ ਐ ਨਹੀਂ ਜਿੱਦਣਾ ਜੀ ਨਾ ਕੁਆਲਿਟੀ ਮਾੜੀ ਹੋਏਗੀ ਨਾ ਭਾਰ ਘੱਟੇਗਾ ਜਿੱਥੇ ਮਰਜੀ ਜਾ ਕੇ ਜੋਖੜਿਓ ਜਿੱਥੇ ਮਰਜੀ ਚੈੱਕ ਕਰਾ ਲਿਓ ਜਿਆਦਾ ਤੁਸੀਂ ਇਹ ਚੈੱਕ ਕਰਾਉਣ ਤੋਂ ਰੋਕਦੇ ਹੋ ਅਗਲੇ ਨੂੰ ਨਹੀਂ ਜੀ ਇਹਨੂੰ ਆਏ ਦੇਖਣਾ ਇਹਦਾ ਮਤਲਬ ਹੈ ਤੁਸੀਂ ਬੇਈਮਾਨ ਨਿਕਲੇ ਅਮਾ EVM ਤੇ ਕੀ ਕੁਐਸਚਨ ਆਇਆ ਮੈਂ ਤੁਸੀਂ ਕਹਿ ਦੋ ਕਿ ਵੀ ਮੈਂ ਪਈਆਂ ਨੇ ਤੁਸੀਂ ਜਿੱਥੇ ਮਰਜੀ ਚੈੱਕ ਕਰਾ ਲਓ ਜਦ ਤੁਸੀਂ ਹੀ ਰੇਫਰੀ ਕਰਨੀ ਹੋਈ ਨਹੀਂ ਦੂਜੇ ਬੰਦੇ ਨੂੰ ਸ਼ੰਕਾ ਦੀ ਰੇਫਰੀ ਹੋ ਰਹੀ ਹੈ ਤੁਸੀਂ ਕਹੋ ਜੀ ਚੈੱਕ ਕਰਾ ਲਓ ਚੈੱਕ ਕਰਾਉਣ ਤੋਂ ਤੁਸੀਂ ਰੋਕ ਕਿਉਂ ਰਹੋ ਨਿਆ ਇਹ ਮੇਰਾ ਸਵਾਲ ਸੀ ਮੈਂ ਜਾਨ ਸਾਰੀ ਕੰਮ ਤੇ ਕਰਿਆ ਬਈ ਇਹ ਇਹ ਚ ਸੁਧਾਰ ਕਰਨਾ ਹੈ ਇਹ ਪੀਪਰ ਦੀ ਗੁੰਦਾ ਪਗੀਕ ਨਹੀਂ ਹੋਣ ਦੇਣਾ ਮੈਂ ਉਹਨੂੰ ਸਟੱਡੀ ਕਰਿਆ ਵੀ ਇਹ ਢੀਕ ਕਿੱਥੇ ਕਿੱਥੇ ਹੋਸ ਉਹਦੇ ਚ ਕੀ ਸੀ ਮੈਂ ਦੇਖਿਆ ਵੀ ਇੱਕ ਤਾਂ ਪੇਪਰ ਬਣਾਉਣ ਚ ਲੀਕ ਹੋ ਸਕਦਾ ਫਿਰ ਪੇਪਰ ਟਾਈਪ ਹੋਣ ਵੇਲੇ ਲੀਕ ਹੋ ਸਕਦਾ ਫਿਰ ਉਸ ਨੂੰ ਛਾਪਣ ਵੇਲੇ ਲੀਕ ਹੋ ਸਕਦਾ ਫਿਰ ਉਹ ਛਪਿਆ ਹੋਇਆ ਲੀਕ ਹੋ ਸਕਦਾ ਫਿਰ ਉਹ ਇਮਤਿਹਾਨ ਸੈਂਟਰ ਚ ਲੀਕ ਹੋ ਸਕਦਾ ਵੀ ਉੱਥੋਂ ਇੱਕ ਪੇਪਰ ਕੋਈ ਬਾਹਰ ਕੱਢ ਦੇ ਇਹ ਤਾਂ ਪੇਪਰ ਲੀਕ ਦੇ ਤਰੀਕੇ ਨੇ ਫਿਰ ਦੂਜਾ ਕੀ ਹੋ ਸਕਦਾ ਵੀ ਜਿਹੜੀ ਆਨਸਰ ਸ਼ੀਟ ਹੈ ਉਹ ਬੱਚੇ ਰਲ ਕੇ ਖਾਲੀ ਛੱਡਿਓਨ ਚੋਣ ਨੂੰ ਬਿਠਾ ਕੇ ਟਿਕਨੇ ਵਾਲੇ ਯੂਨੀਵਰਸਿਟੀ ਮੁੜ ਕੇ ਤਾਂ ਟਿਕਨੇ ਹੀ ਰਖਨੇ ਨੇ ਨਾ ਲੋਕਾਂ ਨੇ ਤਾਂ ਦੂਜਾ ਅਨਸਰ ਸ਼ੀਟ ਦੇ ਅੱਧੇ ਜਵਾਬ ਦੇ ਹੁਣ ਅੱਧੇ ਛੱਡ ਦੇਣਾ ਉਹ ਅੱਧੇ ਸਾਰੇ ਠੀਕ ਕਰਾ ਦੋ ਆਪ ਹੀ ਨਾ ਦੋ ਟਿਕਨੇ ਬੱਚੇ ਦੇ ਨਾਲ ਇਹ ਚ ਆਪ ਦੇ ਨਾਲ ਇੱਕ ওভারਕ ਨਹੀਂ ਪੜਨਾ ਵੀ ਅਨਸਰ ਸ਼ੀਟ ਨੂੰ ਜਿਹਨੂੰ ਅਸੀਂ ਕਹਿੰਦੇ ਆ ਜਾਂ ਤਾਂ ਬਦਲਿਆ ਜਾ ਸਕਦਾ ਹੈ ਉਹਨੂੰ ਤੂੰ ਅਨਸਰ ਸ਼ੀਟ ਹੀ ਹੋਰ ਪੜਾ ਦੇ ਠੀਕ ਹੈ ਕਿਉਂਕਿ ਯੂਨੀਵਰਸਿਟੀ ਕੋਲ ਜਾਂ ਤਾਂ ਸ਼ੀਟ ਜਾਂ ਬੱਚੇ ਕੋਲ ਹੈ ਉਹ ਦੋਨੇ ਗਲੇ ਹੋਏ ਨੇ ਜਾਂ ਫਿਰ ਉਹਨੂੰ ਟੈਂਪਰ ਕਰ ਦੋ ਯਾਨਕਿ ਜਾਂ ਤਾਂ ਉਹਦੇ ਵਿੱਚ ਬਦਲਾ ਕਰ ਦੋ ਜਾਂ ਸ਼ੀਟ ਹੀ ਬਦਲ ਦੋ ਦੂਜਾ ਇਹ ਤਰੀਕਾ ਸੀ ਤੀਜਾ ਇਹ ਸੀ ਵੀ ਉਹਨੂੰ ਜਿਹੜਾ ਪੜਨਾ ਹੈ ਉਹਦੇ ਵਿੱਚ ਕੰਪਿਊਟਰ 'ਚ ਸਕੈਨਰ 'ਚ ਉਹ ਸਕੈਨਿੰਗ ਵੇਲੇ ਫੇਰਾਫਰੀ ਕਰ ਲਓ ਚੌਥਾ ਇਹ ਸੀ ਵੀ ਜਿਹੜਾ ਉਹਦੀ ਪੜੀਆਂ ਗਈਆਂ ਉਹ ਚੋਂ ਕਈਆਂ ਦਾ ਫੇਰਾਫਰੀ ਕਰ ਦੋ ਕੀ ਦੇ ਵਿੱਚ ਹੀ ਇੰਦਾਂ ਦੀ ਗੱਲ ਪਾ ਦਿਓ ਵੀ ਇੰਨਾ ਇੰਨਾ ਰੋਲ ਨੰਬਰ ਦੇ ਆ ਪੜਦੇ ਹੋ ਸਭ ਦੇ ਸਮਝ ਰਿਹਾ ਰਿਜ਼ਲਟ ਉਹਨਾਂ ਦਾ ਵਧੀਆ ਆਊਗਾ ਤੋ ਇਹ ਮੇਰੇ ਦਿਮਾਗ 'ਚ ਸੀਗੇ। ਬਿਹਤਰੀਕੇ ਨੇ ਇਹ ਆਪਾਂ ਬੰਦ ਕਰ ਜਿੰਦੇ ਨੇ। ਬਸ ਕੁਈ ਪੇਪਰ ਬਣਾਉਣੇ ਨੇ ਇਹ ਫੈਸਲਾ ਕਰ ਲਿਆ। ਇੱਕ ਬੰਦੇ ਤੋਂ ਵੀ 10-10 ਪੇਪਰ ਬਣਾਉਣੇ ਨੇ। ਇੱਕੋ ਸਬਜੈਕਟ ਲਈ 5-6 ਬੰਦਿਆਂ ਤੋਂ ਬਣਵਾਉਣੇ ਨੇ। ਹਰੇਕ ਤੋਂ 10-10 ਬਣਵਾਉਣੇ ਨੇ ਤਾਂ ਕਿ ਕਿਸੇ ਨੂੰ ਕੋਈ ਪਤਾ ਹੀ ਨਾ ਹੋਵੇ ਕਿ ਥੁੱਕੀ ਆਏਗਾ। ਨਾ ਮੈਨੂੰ ਪਤਾ ਹੋਵੇ। ਉਹ ਨਫਾਫੇ ਬੰਦ ਬਾਈ ਚਾਂਸ ਦੇ ਅੱਗੇ ਰੱਖ ਦੇਣੇ ਨੇ। ਉਹਨਾਂ ਨੂੰ ਕਹਿਣਾ ਵੀ ਇਹਨਾਂ ਸਾਰਿਆਂ ਚੋਂ ਆਹ ਗਰੁੱਪਾਂ ਚੋਂ ਸਾਰਿਆਂ ਚੋਂ ਇੱਕ-ਇੱਕ ਨਫਾਫਾ ਚੁੱਕੋ। ਇੱਕ ਬੰਦੇ ਤੋਂ ਮੈਂ 100 ਸਵਾਲ ਸੈੱਟ ਕਰਾ ਲਿਆ 10 ਲਫਾਫਿਆਂ ਚ 10-10 ਇੱਕ ਹੋਰ ਤੋਂ ਕਰਾ ਲਿਆ 5 ਤੋਂ ਕਰਾ ਲਈ 5 ਲਫਾਫੇ ਹੋ ਗਏ 5ਾਂ ਚ ਹੀ 10-10 ਲਫਾਫੇ ਹੋ ਗਏ 50 ਲਫਾਫੇ ਹੋ ਗਏ 10-10 ਦੇ ਗਰੁੱਪ ਜਿਹਾ ਇੱਕ ਲਫਾਫਾ ਚੁੱਕਣਾ ਜਿਹੜਾ ਮਰਜ਼ੀ ਚੁੱਕਿਆ ਜਾਵੇ ਠੀਕ ਹੋ ਗਿਆ ਤੋਂ ਉਸ ਤਰੀਕੇ ਨਾਲ ਅਸੀਂ ਕਰ ਦੇਣਾ ਉਹਦੇ ਚ ਅਗਲੇ ਨੂੰ ਕਹਿਣਾ ਵੀ ਨੰਬਰਿੰਗ ਲਾ ਕੇ ਤੇ ਜਿਵੇਂ ਵੀ 10 10 ਸਵਾਲ ਨੇ 10 ਜਿਹੇ ਜੇ ਮਰਜ਼ੀ ਹੋਈ ਜਿਹੜੇ ਮਰਜ਼ੀ ਸਵਾਲ ਹੋਈ ਤੋ ਉਹਦੇ ਨਾਲ ਕੀ ਹੋਇਆ ਵੀ ਤੁਹਾਡਾ ਜਿਹੜਾ ਪੇਪਰ ਹੈ ਨਾ ਤੁਹਾਨੂੰ ਪਤਾ ਕਿਹੜਾ ਹੈ ਪਰ ਓਹ ਅੱਗੇ ਨਭਾਫੇ ਤੁਸੀਂ ਫੈਸਲਾ ਹੀ ਨਹੀਂ ਕਰ ਰਹੇ ਤੇ ਜਿਹੜੇ ਵਾਈਸ ਚਾਂਸਰ ਦੇ ਅੱਗੇ ਤੁਸੀਂ ਰੱਖ ਰਹੇ ਹੋ ਉਹਨੂੰ ਵੀ ਨਹੀਂ ਪਤਾ ਕਿਹੜਾ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕਿਹੜੇ ਚ ਕੀ ਹੈ ਉਹ ਬੰਦ ਨੇ ਉਹਨੇ ਤਾਂ ਇੱਥੇ ਕੀ ਕਰਨਾ ਹੈ ਤੋ ਨਾ ਵਾਈਸ ਚਾਂਸਰ ਨੂੰ ਪਤਾ ਨਾ ਮੈਨੂੰ ਪਤਾ ਨਾ ਸੈਟ ਕਰਨੇ ਨੂੰ ਪਤਾ ਵੀ ਇਹ ਇਹਦੇ ਚੋਂ ਕਿਹੜਾ ਲੈਣਾ ਹੈ ਕਿਹੜਾ ਨਹੀਂ ਲੈਣਾ ਮੇਰਾ ਲੈਣਾ ਜਾਂ ਨਹੀਂ ਲੈਣਾ ਇਹਨੂੰ ਅਸੀਂ ਕਹਿੰਦੇ ਹਾਂ ਡਬਲ ਬਲਾਈਂਡ ਟਕਰੀਕ ਇਹ ਮੈਂ ਸਿੱਖੀ ਡਾਕਟਰੀ ਚ ਉਹਦੇ ਵਿੱਚ ਜਦ ਅਸੀਂ ਕੋਈ ਦਵਾਈ ਟੈਸਟ ਕਰਦੇ ਹਾਂ ਤਾਂ ਅਸੀਂ ਉਹ ਨਰਸ ਕੁਝ ਬੰਦਿਆਂ ਨੂੰ ਤਾਂ ਦਵਾਈ ਦਿੰਦੀ ਆ ਕੁਝ ਨੂੰ ਮਿੱਠੀ ਗੋਲੀ ਦਿੰਦੀ ਆ ਪਲੇਸਬੋ ਕਹਿੰਦੇ ਅਸੀਂ ਉਹਨੂੰ ਉਹ ਸਾਨੂੰ ਨਹੀਂ ਪਤਾ ਹੁੰਦਾ ਕਿਹੜੇ ਮਰੀਜ਼ ਨੂੰ ਦਵਾਈ ਦਿੱਤੀ ਜਾ ਰਹੀ ਹੈ ਤੇ ਕਿਹੜੇ ਨੂੰ ਪਲੇਸਬੋ ਦਿੱਤੀ ਜਾ ਰਹੀ ਹੈ ਸਾਰੇ ਇਕੱਠੇ ਪਾਏ ਹੁੰਦੇ ਨੇ ਅਸੀਂ ਸਿਰ ਮਰੀਜ਼ ਦੇਖ ਕੇ ਟੂਟੀ ਲਾ ਕੇ ਟੈਸਟ ਕਰਕੇ ਦੇਖੀ ਜਾਣਾ ਵੀ ਇਹਦਾ ਕੀ ਹੋਇਆ ਫੇਰ ਦੇਖਣਾ ਉਸ ਤੋਂ ਬਾਅਦ ਕਹਿੰਦਾ ਵੀ ਸ਼ਾ ਹੁਣ ਸਾਰੇ ਮਰੀਜ਼ਾਂ ਦਾ ਰਿਜ਼ਲਟ ਕੱਢ ਲੈਣਾ ਵੀ ਕਿਹੜਾ ਠੀਕ ਹੋਇਆ ਕਿਹੜਾ ਨਹੀਂ ਠੀਕ ਹੋਇਆ ਕਿਹੜਾ ਕਿੰਨਾ ਠੀਕ ਹੋਇਆ ਉਸ ਤੋਂ ਬਾਅਦ ਕਹਿੰਦਾ ਹੁਣ ਦੇਖੋ ਦਵਾਈ ਕਿਹਨੂੰ ਦਿੱਤੀ ਸੀ ਕਿਹਨੂੰ ਨਹੀਂ ਦਿੱਤੀ ਸੀ ਕਿ ਨਹੀਂ ਤਾਂ ਪਹਿਲਾਂ ਤਾਂ ਜਿਹਨੂੰ ਦਵਾਈ ਦਿੱਤੀ ਸੀ ਉਸ ਦਿਨ ਨੂੰ ਠੀਕ ਕਹਾਂਗੇ ਜੇ ਨਹੀਂ ਦਵਾਈ ਨੂੰ ਠੀਕ ਮੰਨਣਾ ਤਾਂ ਫੇਰ ਕਹਾਂਗੇ ਠੀਕ ਨਹੀਂ ਹੋਇਆ ਸਾਨੂੰ ਪਤਾ ਹੀ ਨਹੀਂ ਉਹ ਫਿਰ ਜਦ ਪਰਚੀ ਖੁੱਲੂਗੀ ਵੀ ਕਿਹਨੂੰ ਨਰਸ ਦੱਸੇ ਕਿ ਇਹਨਾਂ ਨੂੰ ਦਵਾਈ ਦਿੱਤੀ ਸੀ ਇਹਨਾਂ ਨੂੰ ਨਹੀਂ ਸੀ ਉਹਦੇ ਚ ਦੇਖਾਂਗੇ ਵੀ ਜੇ ਦਵਾਈ ਦੇ ਬਿਨਾਂ ਵੀ ਉਹ ਨਹੀਂ ਠੀਕ ਹੋ ਗਏ ਆ ਹੁਣ ਸਾਡਾ ਆਯੁਰਵੇਦ ਤੇ ਹੋ ਰੌਲਾ ਕੀ ਸੀ ਵੀ ਅਵੇਂ ਕਰੋਨਾ ਲੈਣੇ ਫਲਾਣਾ ਜੀ ਆਯੁਰਵੇਦ ਠੀਕ ਕਰ ਦਿੰਦੀ ਆ ਪਾਓ ਪਰਚੀਆਂ 95% ਨਹੀਂ ਦੇ ਆਪੇ ਠੀਕ ਹੋ ਜੰਨੇ ਉਹਨੂੰ ਉਹੀ ਆਪਦੇ ਖਾਤੇ ਪਾਈ ਜਾਂਦੇ ਸੀ ਸੋ ਮੈਂ ਇਹ ਗੱਲ ਕਹਿਣਾ ਇਹਨੂੰ ਡਬਲ ਬਾਇੰਗ ਟੈਕਨੀਕ ਕਹਿੰਦੇ ਅਸੀਂ ਹੁਣ ਮੈਂ ਛੋਟੀ ਗੰਗਾ ਗੱਲ ਨੂੰ ਕਿਉਂਕਿ ਮੈਨੂੰ ਪਤਾ ਟਾਈਮ ਆ ਆਪਣਾ ਲਿਮਿਟ ਹੀ ਚੇਂਜ ਕਰਾਂਗਾ ਸੋ ਇਹ ਕਰਨਾਂ ਦੇ ਚਾਹਤ ਸੀਗੀਆਂ ਇਹ ਤਾਂ ਮੈਂ ਜਾਨਸਾਰ ਬੰਦ ਕਰੀਆਂ ਤੇ ਨਾਲ ਇੱਕ ਗੱਲ ਹੋਰ ਕਰੀ ਜਿਹੜੀ ਕਈ ਵਾਰ ਮੈਂ ਕਹਿੰਦਾ ਨਹੀਂ ਮੈਨੂੰ ਨਾ ਰੋਜ਼ ਫੋਨ ਆਉਂ। ਕਿਉਂਕਿ ਵੀ ਗੀਕ ਦੇ ਉੱਤੇ ਲੋਕ ਤਰ ਲੱਗੇ ਹੋਏ ਸੀ। ਤੁਹਾਡਾ ਤੇਪਰ ਲੀਕ ਹੋ ਰਿਹਾ ਜੀ। ਤੁਹਾਡਾ ਤੇਪਰ ਨਹੀਂ ਕੋ ਰਿਆ ਜੀ। ਤੁਹਾਡਾ ਤੇਪਰ ਨਹੀਂ ਕੋ ਹੋਊਗਾ। ਮੈਂ ਇੱਕ ਦਿਨਾਂ ਇੱਕ ਫੋਨ ਆਇਆ ਇੱਥੋਂ ਚੰਡੀਗੜ੍ਹ ਤੋਂ ਕਿਸੇ ਅਖਬਾਰ ਦਾ। ਕੋਈ ਡੇੜੀ ਬੋਲੀ। ਮੈਨੂੰ ਕਹਿੰਦੀ ਜੀ ਕਹਿੰਦੀ ਤੁਹਾਡਾ ਜੀ ਤੇਪਰ ਲੀਕ ਹੋ ਗਿਆ। ਮੈਂ ਨਾ ਬਹੁਤ ਅੱਕਿਆ ਬੈਠਾ ਸੀ ਸੱਚੀ ਦੱਸਾਂ। ਗਮਸਿਕੀ ਰਿਹਾ ਨਾ ਇੱਕ ਸਵਾਲਾਂ ਤੋਂ ਮੈਂ ਕਿਹਾ ਵੀ ਬਬ ਤੁਸੀਂ ਮੈਨੂੰ ਰੋਜ਼ ਇਹੀ ਸਵਾਲ ਕਰੀ ਜਾਂਦੇ ਹੋ ਵੀ ਤੁਹਾਡੇ ਕੋਲ ਇੱਕ ਕੈਦੀ ਆਉਣਾ ਹੈ ਉਹ ਕੈਦੀ ਜਿਹੜਾ ਹੈ ਉਹਦਾ ਤੁਸੀਂ ਗੁੱਠਾ ਲਵਾਓਗੇ ਕਿ ਪੰਜਾ ਲਵਾਓਗੇ شناخت ਵਾਸਤੇ ਤੁਸੀਂ ਉਹਨੂੰ شناختੀ ਪੱਤਰ ਕਿਹੋ ਜਿਹਾ ਜਿਹਨੂੰ ਪਰੋਲ ਨੰਬਰ ਕਹਿੰਦੀ ਹੈ ਮੈਂ ਜਾਣ ਕੇ ਟੀਟ ਮਗਰ ਵੀ شناختੀ ਪੱਤਰ ਕਿਹੋ ਜਿਹਾ ਦੇਵੋਗੇ ਉਹਦੇ ਕੱਪੜੇ ਕਿਹੋ ਜਿਹੇ ਪਾਓਗੇ ਉਸ ਕੈਦੀ ਦੇ ਜੇ ਜੇ ਤੁਹਾਨੂੰ ਬੰਦ ਕਰਨਾ ਹੈ 3 ਘੰਟੇ ਉਹਦੀ ਸੁਨਾਖਾ ਕਿੰਨੀ ਉੱਚੀਆਂ ਕਰੋਗੇ ਉਹ ਤੇ ਗੇਟ ਕਿੱਡਾ ਵੱਡਾ ਮੋਟਾ ਲਾ ਕੇ ਰੱਖੋਗੇ ਉੱਤੇ ਪਹਿਰੇ ਕਿੰਨੇ ਲਾਓਗੇ ਅੰਦਰਦਾਰ ਕਿੰਨੇ ਅੰਦਰ ਕਿੰਨੇ ਪਹਿਰੇਦਾਰ ਲਾਓਗੇ ਵੀ ਤਾਂ ਕਿ ਉਹ ਬਾਹਰ ਨਾ ਜਾਵੇ ਉਹ ਕਹਿੰਦੀ ਐ ਤੁਸੀਂ ਕਦੇ ਇਹ ਸੋਚਿਆ ਵੀ ਕੋਈ ਅਨੁਆਜਾ ਛੋਕਰਾ ਜਾਂ ਛੋਕਰੀ 18 16 18 ਸਾਲ ਦਾ ਉਹਦੇ ਕੋਲ ਅਰਮਾਨ ਨੇ ਜ਼ਿੰਦਗੀ ਦੇ ਵਿੱਚ ਉਹਦੇ ਮਾਪੇ ਭੈਣ ਭਾਈ ਚਾਚੇ ਚਾਇ ਮਾਮੇ ਮਾਸੀਆਂ ਰਿਸ਼ਤੇਦਾਰ ਦੋਸਤ ਮਿੱਤਰ ਆਂਡ ਗੁਆਂਢ ਉਹ ਸਾਰੇ ਦੇਖ ਰਹੇ ਨੇ ਵੀ ਇਹ ਬੱਚਾ ਇੰਨਾ ਧਿਆਨ ਦੇ ਰਿਹਾ ਹੈ ਉਹਦੇ ਨਤੀਜੇ ਵੱਲ ਦੇਖ ਰਹੇ ਨੇ ਕੋਈ ਇਨਸਾਨ ਹੈ ਇਹ ਸੋਚਿਆ ਕਦੇ ਕੋਈ ਸਵਾਲ ਪੁੱਛਿਆ ਤੇ ਕਦੇ ਪੁੱਛਿਆ ਵੀ ਜੇ ਉਹ ਸਨਾਖਤੀ ਪੱਤਰ ਭੁੱਲਿਆ ਆ ਫਿਰ ਜੇਲ੍ਹ ਚ ਮਾਰ ਲੋਗੇ ਜੇ ਅੰਦਰ ਜੇਲ੍ਹ ਚ ਉਹਨੂੰ ਕਾਗਜ਼ ਫੜਾਏ ਭਰਨ ਵਾਸਤੇ ਜਿਹੜੇ ਉਹਨੇ ਉਲਟੇ ਕਾਗਜ਼ਾ ਉਲਟੇ ਤੇ ਲਿਖਤਾ ਨੰਬਰ ਤੇ ਉਲਟੇ ਦਾ ਉਲਟੇ ਤੇ ਲਿਖਤਾ ਫਿਰ ਉਹਦਾ ਕੋਈ ਹੱਲ ਕਰ ਦੋਗੇ ਜੇ ਉਹਦੀ ਪੈਂਟ ਤੇ ਜਾਂ ਸਲਵਾਰ ਤੇ ਕਿੱਲੇ ਚੁੱਭਦਾ ਹੋਇਆ ਜਿਹੜੇ ਬੈਂਚ ਤੇ ਬਿਠਾ ਕੇ ਫਾਰਮ ਭਰਾਉਣਾ ਹੈ ਫਿਰ ਉਹ ਕਿੱਲ ਕਢਵਾ ਦੋਗੇ ਜਾਂ ਦਿਨ ਚ ਬਦਲ ਦੋਗੇ ਜੇ ਉੱਥੇ ਰੋਸ਼ਨੀ ਨਾ ਹੋਈ ਕਿ ਤੁਸੀਂ ਚਾਨਣ ਕਰ ਦੋਗੇ ਜੇ ਉਹਦਾ ਸਿਰ ਦੁਖਣ ਲੱਗ ਗਿਆ ਉਹਨੂੰ ਕੋਈ ਦਵਾਈ ਦੇ ਦੋਗੇ ਜੇ ਉਹ ਕਾਗਜ਼ ਪਰ ਦੇ ਪਰ ਦੇ ਬਾਅਦ ਪਤਲ ਲੱਗਦੀ ਅੱਧੇ ਤੱਕ ਕੋਰੇ ਹੀ ਤੇ ਕਾਗਜ਼ ਇਹਦੇ ਤੋਂ ਹੁਣ ਮੈਂ ਕੀ ਭਰਾਂ ਫਿਰ ਹੁਣ ਜਿਹੜਾ ਉਹਨੇ ਅੱਧਾ ਤਾਂ ਭਰ ਲਿਆ ਅੱਧਾ ਕੋਰਾ ਨਿਕਲਿਆ ਆ ਕੋਰਾ ਨਿਕਲਿਆ ਵੀ ਜੇ ਨੇ ਕਾਗਜ਼ੀ ਮਾਰੇ ਦਿੱਤੇ ਨੇ ਉਹਦਾ ਕੋਈ ਹੱਲ ਕਰ ਦੋਗੇ ਤਾਂ ਕਿ ਕੋਈ ਨੁਕਸਾਨ ਵੀ ਨਾ ਹੋਵੇ ਇਹ ਤੁਸੀਂ ਪੁੱਛਦੇ ਨਹੀਂ ਕੋਈ ਇਨਸਾਨ ਹੈ ਉਹ ਨੌਜਵਾਨ ਹੈ ਡੱਕਾ ਲੜਕੀ ਉਦੇਦਾਰ ਮਾਨ ਲੈ ਜੀ ਬੰਦ ਤੋ ਕੰਨੀ ਚੰਗਾ ਇਹ ਦੱਸ ਮੈਂ ਕਿਹਾ ਮੈਂ ਫੈਸਲਾ ਕਰਤਾ ਵੀ ਹਰੇਕ ਬੱਚੇ ਨੂੰ ਮੌਕੇ ਤੇ ਵੀ ਰੋਲ ਨੰਬਰ ਜਾਰੀ ਹੋਊਗਾ ਡੁਪਲੀਕੇਟ ਕੋਈ ਪੈਸਾ ਨਹੀਂ ਲਵਾਂਗਾ আর ਹਰ ਬਿਲਡਿੰਗ ਦੇ ਗੇਟ ਤੇ ਲੱਗਿਆ ਹੋਊਗਾ ਕੰਪਿਊਟਰ ਅਰ ਉਹਨਾਂ ਨੂੰ ਬੜਾ ਕੇ ਸਮਝਾਇਆ ਜਿਹੜੇ ਪੁੱਛਾ ਲੈ ਕਢਾਉਂਦੇ ਸੀ ਜਾਨੀ ਬਲੀ ਜੀ ਡਾਇਰੈਕਟਰ ਸੀ ਉੱਥੇ ਜਿਹੜੇ ਚੈੱਕ ਕਰਕੇ ਅੰਦਰ ਦੰਗਣ ਵਾਲੇ ਵੀ ਜਦ ਕੋਈ ਮੜਕਾ ਲੜਕੀ ਨਾ ਦੋਖਵਾਰੀ ਗੇਵ ਚ ਹੱਥ ਪਾਵੇ ਸਮਝੋ ਉਹਦੇ ਕੋਲ ਰੋਲ ਨੰਬਰ ਨਹੀਂ ਹੈ ਪੁੱਛਣਾ ਹੌਲੀ ਦੇ ਕੇ ਉਹਨੂੰ ਪੁੱਛਣਾ ਹੈ ਇਹ ਰੋਲ ਦੀ ਬੇਟਾ ਬਿਟੀ ਕੀ ਗੱਲ ਹੋ ਗਈ ਉਹ ਕੋਈ ਜੀ ਰੋਲ ਨੰਬਰ ਨਹੀਂ ਫਿਰ ਕੀ ਹੋ ਗਿਆ ਇੱਥੋਂ ਦਾ ਦੂਜਾ ਦਾ ਉੱਥੇ ਗੇਟ ਤੇ ਲਾਉਣਾ ਹੈ ਉਹ ਨਹੀਂ ਜਾਣਾ ਨਾ ਪਵੇ ਉਹਨਾਂ ਨੇ ਮੈਨੂੰ ਪੁੱਛਾਈ ਕਿਉਂ ਮੈਂ ਕਿਹਾ ਮਾਤੇ ਜਿਹੜੇ ਨਾਲ ਆਏ ਨੇ ਨਾ ਜੇ ਉਹਨਾਂ ਨੂੰ ਪਤਾ ਲੱਗਿਆ ਵੀ ਇਹਦਾ ਰੋਲ ਨੰਬਰ ਨਹੀਂ ਤਾਂ ਨੜਾਇਕ ਨੇ ਧਾਂ ਨਹੀਂ ਰੱਖਦੇ ਸੁਣਦੇ ਹੀ ਨਹੀਂ ਅੱਜ ਕੱਲ ਦੇ ਮੈਂ ਉਹਦਾ ਵਿਚਾਰੇ ਦਾ ਮਾਚੀ ਮਰਜੂ ਉਹਨਾਂ ਨੂੰ ਪਤਾ ਨਹੀਂ ਕਿ ਨਾ ਮਾਤਿਆਂ ਨੂੰ ਹੁੰਦੀ ਐ ਲੋੜ ਨੰਬਰ ਨਹੀਂ ਡੱਕਿਆ ਐ ਅਜਾਇਦਾ ਗਿਰ ਗਿਆ ਕਿਤੇ ਅਰੇ ਫੈਸਲਾ ਲੈਣ ਵੇਲੇ ਮੇਰੇ ਸਾਰੇ ਅਫਸਰਾਂ ਨੇ ਇਹ ਲਿਖਿਆ ਸੀ ਵੀ ਇਹ ਫੈਸਲਾ ਗਲਤ ਹੋਏਗਾ ਮੈਂ ਨਹੀਂ ਕਹਿੰਦਾ ਮੇਰੇ ਅਫਸਰ ਸਾਡੇ ਜਿਹੜੇ ਨੇ ਉਹ ਮੇਰੇ ਆਲੀ ਗੱਲ ਲਿਖਣ ਮੈਂ ਲਿਖਿਆ ਹਾਂ ਠੀਕ ਐ ਇਹਨਾਂ ਨੂੰ ਇਹ ਗਲਤ ਲੱਗਦਾ ਐ ਇਹ ਇੰਨਾ ਕਾਰਨਾ ਕਰਕੇ ਜ਼ਰੂਰੀ ਐ ਫੈਸਲਾ ਲੈਣਾ ਮੈਂ ਫੈਸਲਾ ਲੈਣਾ ਹੈ ਅਦਾਲਤ ਚ ਜਾਏਗਾ ਕੇਸ ਮੈਂ جواب ਦੇਵਾਂ ਕਿਉਂਕਿ ਉਹਨਾਂ ਤੱਕ ਉਹਨਾਂ ਦਾ ਕਹਿਦਾ ਕੀ ਸਕਦਾ ਸੀ ਨਾ ਆ ਲਿਖਿਆ ਵੈ ਸਾਡਾ ਦੂਜੀ ਗੱਲ ਇਹ ਨੁਕਸ ਹੈ ਵੀ ਥੰਡੇ ਨੂੰ ਕਹਿੰਦੇ ਤੂੰ ਦੇਖ ਕਿਉਂ ਨਹੀਂ ਦੇਖ ਥੰਲੇ ਵਾਲਾ ਥਲੇ ਨੂੰ ਦੇਖੰਦੋ ਜਿਹੜਾ ਦਿਖਦਾ ਮੈਂ ਕਹਿੰਦਾ ਨਜਾਇਜ਼ ਲਿਖ ਲਈ ਤੁਸੀਂ ਅਫਸਰ ਕਹਦੇ ਹੋ ਫਿਰ ਇਹ ਦੂਜੀ ਗੱਲ ਕਰੀ ਤੀਜੀ ਗੱਲ ਉੱਥੇ ਫੈਸਲਾ ਕਰਤਾ ਵੀ ਜੇ ਕਿਸੇ ਦਾ ਨੰਬਰ ਇੱਧਰ ਦਾ ਭਰਿਆ ਜਾਊਗਾ ਕੰਪਿਊਟਰ ਚ ਉਹਨੇ ਉਦਾਂ ਹੀ ਪੜ ਦੇਣਾ ਕੰਪਿਊਟਰ ਚ ਇੱਕ ਪ੍ਰੋਗਰਾਮ ਹੁੰਦਾ ਹੈ ਜਿਹੜਾ ਦੱਸਦਾ ਵੀ ਇਹ ਨੰਬਰ ਤਾਂ ਫਿੱਟ ਨਹੀਂ ਆ ਰਿਹਾ ਇਹ ਨੰਬਰ ਤਾਂ ਤੁਹਾਡਾ ਹੈ ਹੀ ਨਹੀਂ ਉਹ ਕੱਢ ਲੋ ਵੱਖਰੇ ਉਹਨਾਂ ਨੂੰ ਫਿਜ਼ੀਕਲੀ ਮਲਾ ਲਓ ਨਾ ਨੁਕਸਾਨ ਨਹੀਂ ਪੁੱਦੇ ਚੌਥਾ ਕਰਤਾ ਬੀਜੇ ਪੱਤੀ ਮੱਤੇ ਦਾ ਤੇ ਅੱਧਾ ਹੋਣ ਤੋਂ ਬਾਅਦ ਪਤਾ ਲੱਗੇ ਵੀ ਅੱਧੇ ਸਵਾਲ ਹੀ ਨਹੀਂ ਛਪੇ ਹੋਏ ਜਾਂ ਸਵਾਲ ਗਲਤ ਛਪੇ ਹੋਏ ਨੇ ਜਾਂ ਘੱਟ ਪੜੇ ਨਹੀਂ ਜਾਂਦੇ ਉਹਦਾ ਅੱਧਾ ਉਹ ਲੈ ਲਓ ਲਿਖ ਦਿਓ ਉਹਦੀ ਕਾਪੀ ਵੱਖਰੀ ਸੀਲ ਕਰ ਦਿਓ ਉਹਨੇ ਇੱਕ ਹੋਰ ਕਾਪੀ ਦੇ ਦਿਓ ਕੁਐਸਚਨ ਪੇਪਰ ਵੀ ਹੋਰ ਦੇ ਦਿਓ ਉਸੇ ਸੀਰੀਜ਼ ਦਾ ਕੋਈ ਕਰ ਲਿਖ ਦਿਓ ਰਿਕਾਰਡ ਕਰ ਦਿਓ ਹਰ ਇੱਕ ਉਹ ਸੁਪਰਡੈਂਡ ਕੋਲ ਤੇ ਜਾ ਕੇ ਸਾਨੂੰ ਪੁੱਛਣ ਦੀ ਲੋੜ ਨਹੀਂ ਇਹ ਗੱਲ ਕਿਸੇ ਅਧਿਕਾਰੀ ਨੂੰ ਪੁੱਛਣ ਦੀ ਲੋੜ ਨਹੀਂ ਉੱਤੇ ਇਨਸਟਰਕਸ਼ਨਾਂ ਚ ਲਿਖਤਾ ਵੀ ਉਹ ਐਂ ਜਾਰੀ ਕਰਿਆ ਜਾਂਦਾ ਪਰ ਜਿਹੜੀ ਉਹਦੀ شناخت ਦੀ ਗੱਲ ਸੀ ਬਿਲਕੁਲ ਬੈਂਚ ਨਾਲ ਹਿੱਲਿਆ ਉਹ ਤਾਂ ਕਰਤਾ ਵੀਡੀਓਗ੍ਰਾਫੀ ਕਰੋ ਪਹਿਲਾਂ ਯੂਨੀਵਰਸਿਟੀ ਵੀਡੀਓਗ੍ਰਾਫੀ ਕਰਦੀ ਸੀ ਜਦ ਮੈਂ ਸਰਕਾਰ ਸੀ ਅਸੀਂ ਕਿਹਾ ਵੀ ਵੀਡੀਓ ਕਰੀ ਵੀ ਕਰਾ ਕਰੋ ਉਹ ਜਿਵੇਂ ਬਰਾਤ ਵਾਲਾ ਨਹੀਂ ਕਰਦੇ ਨਾ ਇਦਾਂ ਕਰਦੇ ਸੀ ਮੈਂ ਕਿਹਾ ਕੱਲੇ ਕੱਲੇ ਦੀ ਕਰਨੀ ਆ ਖੜਾ ਕੇ ਪੈਰ ਤੋਂ ਸਿਰ ਤੱਕ ਸਿਰ ਤੋਂ ਪੈਰ ਤੱਕ ਜ਼ੂਮ ਕਰਕੇ ਕਰਨਾ ਇਮਤਿਹਾਨ 'ਚ ਖੜਾ ਕੇ ਜਦੋਂ ਇਮਤਿਹਾਨ ਦੇ ਰਿਹਾ ਸੀ ਤੇ ਬੈਠੇ ਦੀ ਟਾਈਮ ਵਧਾਤਾ ਪੇਪਰ ਦਾ ਥੋੜਾ ਜਿਹਾ ਕਿਉਂਕਿ ਨਾ ਟਾਈਮ ਵੀ ਸਟੋਰੀ ਦੂਜੀ ਗੱਲ ਅੰਗੂਠਾ ਲਾਉਣਾ ਤੀਜੀ ਗੱਲ ਦਸਤਕਤ ਕੌਕੀ ਗੱਲ ਇਹ ਕਰਨੀ ਹੈ ਕਿ ਜਿਹੜੇ ਬੱਚੇ ਨੇ ਸਾਨੂੰ ਅਰਜੀ ਦੇਣੀ ਹੈ ਉਹ ਆਪ ਦਾ ਫਾਰਮ ਸਿਫਟ 230 ਤੋਂ ਟੈਸਟ ਕਰਾ ਸਕਦਾ ਹੈ ਜਾਂ ਤਾਂ ਆਪਣੇ ਸਕੂਲ ਦੇ ਮੁਖੀ ਤੋਂ ਕਰਾਵੇ ਜਿਹੜੇ ਚੋਪੜਿਆ ਜਾਂ ਐਸ ਡੀ ਐਮ ਤੋਂ ਕਰਾਵੇ ਮੈਜਿਸਟ੍ਰੇਟ ਤੋਂ ਕਰਾਵੇ ਜਾਂ ਜੁਡੀਸ਼ੀਨ ਤੋਂ ਕਰਾਵੇ ਕਿ ਐਗਜ਼ੈਕਟਿਵ ਜਿਸ ਨੂੰ ਥੱਲੇ ਮੰਨਣਾ ਹੀ ਨਹੀਂ ਮੈਨੂੰ ਆਈਏ ਸਰਸਰਾਂ ਦੇ ਫੋਨ ਆਏ ਕਹਿੰਦੇ ਇਹ ਤਾਂ ਬੜੀ ਸਖਤ ਸ਼ਰਤ ਹੈ ਮੇਰਾ ਇੱਕ ਕਲਾਸ ਫੈਲ ਨੂੰ ਪ੍ਰੈਕਟਿਸ ਕਰਦਾ ਸੀ ਐਮ ਡੀ ਕਰੀ ਹੋਈ ਸੀ ਬੜੇ ਮਿੱਤਰਾਂ ਸੀ ਪਹਿਲਾਂ ਯਾਰ ਇਹ ਕੀ ਕਰੇ ਤੁਸੀਂ ਮਰ ਖਾਂ ਆ ਜਾ ਰਿਹਾ ਬਸ ਐਂ ਕਰੇ ਇੱਕ ਸੈਕਟਰੀ ਨੇ ਤਾਂ ਮੈਨੂੰ ਵੀ ਕਿਹਾ ਇਹ ਤਾਂ ਤੁਸੀਂ ਐਵੇਂ ਹੀ ਰੋਕਣ ਤੰਗ ਕਰ ਜਾ ਮੈਂ ਚਲੋ ਜੀ ਐਵੇਂ ਤੰਗ ਕਰਦੇ ਸੀ ਇੱਕ ਪ੍ਰਿੰਸੀਪਲ ਸੈਕਟਰੀ ਤੁਹਾਨੂੰ ਫੋਨ ਕਰਕੇ ਕਹਿੰਦਾ ਵੀ ਤੁਸੀਂ ਐਵੇਂ ਤੰਗ ਕਰਦੇ ਹੋ ਬੰਦੇ ਦਾ ਸੀਨੇ ਆ ਜਾਂਦੇ ਨੇ ਤੇ ਕੱਲ ਨੂੰ ਆਪਦੇ ਨਾਲ ਦੇ ਨੂੰ ਕਹਿ ਕੇ ਮੇਰੇ ਤੇ ਕੋਈ ਕੇਸ ਬਣਾ ਦੇਣ ਕਿ ਕੋਈ ਨਹੀਂ ਮੈਂ ਕਿਹਾ ਜੀ ਠੀਕ ਹੈ ਤੁਹਾਨੂੰ ਲੱਗਦਾ ਹੈ ਵੀ ਅਸੀਂ ਐਵੇਂ ਤੰਗ ਕਰ ਜਾ ਕੋਈ ਗੱਲ ਨਹੀਂ ਇੱਕ ਮੈਨੂੰ ਅ ਬڑے ਰੈਜ਼ੀਡੈਂਟ ਕਮਿਸ਼ਨਰ ਸੀ ਉਹ ਫੋਨ ਕਰ ਗਿਆ ਸਾਨੂੰ ਸੈਂਟਰ ਦੱਸ ਦਿਓ ਜੀ ਉਹਦੀ ਬੇਟੀ ਨੇ ਵੀ ਮੈਂ ਕਿਹਾ ਜੀ ਕੋਈ ਗੱਲ ਨਹੀਂ ਸੈਂਟਰ ਨਹੀਂ ਅਸੀਂ ਦੱਸ ਮੈਂ ਉੱਥੋਂ ਜਾ ਰਿਹਾ ਸੀ ਪਾਰਤ ਨਗਰ ਚੌਕ ਤੇ ਮੈਂ ਘੰਟਾ ਖੜਾ ਰਾਤ ਨੂੰ 9 ਵਜੇ ਉਹਦੀ ਗੱਲ ਸੁਣਦਾ ਰਿਹਾ ਮੈਂ ਨਹੀਂ ਦੱਸਿਆ ਫਿਰ ਉਹ ਕਹੀ ਗਿਆ ਐ ਫਲਾਣ ਨੇ ਕਿ ਜੇ ਤੇ ਮੇਰੀ ਡਿਊਟੀ ਆ ਕੇ ਬੱਚੇ ਨੂੰ ਸੈਂਟਰ ਦਾ ਪਤਾ ਲੱਗੇ ਸਮੇਂ ਸਿਰ ਇਹ ਤੁਹਾਡੀ ਡਿਊਟੀ ਨਹੀਂ ਹੈ ਇਹ ਮੇਰੀ ਡਿਊਟੀ ਹੈ ਕਿ ਬੱਚੇ ਉੱਥੇ ਸਮੇਂ ਸਿਰ ਪਹੁੰਚ ਸਕਣ ਮੈਂ ਇਦਾਂ ਸੈਂਟਰ ਬਣਾਵਾ ਕਿ ਇੰਨੇ ਸਮੇਂ ਚ ਦੱਸਾਂ ਆ ਕੇ ਉਹ ਪਹੁੰਚ ਸਕਣ ਉਹ ਆਪਣਾ ਤਾਂabri ਨਾ ਪਵੇ ਨਹੀਂ ਨਹੀਂ ਫਿਰ ਦੱਸਦਾਂ ਤਾਂ ਕੀ ਹਰ ਜਾ ਮੈਂ ਕਿਹਾ ਜੇ ਅਸੀਂ ਨਹੀਂ ਦੱਸਣਾ ਵੈਸੇ ਤਾਂ ਮੈਨੂੰ ਪਤਾ ਵੀ ਨਹੀਂ ਅਜੀ ਉਹਨਾਂ ਤਾਂ ਕਸੀ ਡਿਸਾਈਡ ਹੀ ਸੀ ਪੰਖੇ ਜਗ੍ਹਾ ਡਿਸਾਈਡ ਕਰਦੇ ਸੀ ਪਰ ਕਰਦੇ ਇੱਕ ਜਗ੍ਹਾ ਤੇ ਸੀ ਮੈਂ ਜੇ ਤਾਂ ਮੈਨੂੰ ਤਾਂ ਵੈਸੇ ਪਤਾ ਵੀ ਨਹੀਂ ਵੀ ਕਿਹੜਾ ਹੋਊਗਾ ਪਰ ਜੇ ਮੈਨੂੰ ਪਤਾ ਹੁੰਦਾ ਮੈਂ ਦੱਸਣਾ ਤਾਂ ਵੀ ਨਹੀਂ ਸੀ ਮੇਰੀ ਇਹ ਵੀ ਮੈਂ ਥੋੜਾ ਆਖਣਾ ਹੈ ਨਾ ਮਾਮਲੇ ਚ ਮਤਲਬ ਜਿਹੜੇ ਬੰਦੇ ਨੂੰ ਮੈਂ ਮੈਂ ਕਹਿ ਦਿੰਦਾ ਵੀ ਦੇਖ ਮੈਨੂੰ ਇਹ ਪਤਾ ਨਹੀਂ ਹੈ ਪਰ ਜੇ ਮੈਨੂੰ ਪਤਾ ਹੁੰਦਾ ਦੱਸਦਾ ਮੈਂ ਤਾਂ ਵੀ ਨਹੀਂ ਸੀ ਤਾਂ ਕਿ ਉਹ ਆਏ ਪਰ ਦੇਖਣ ਲੱਗੇ ਵੀ ਇਹਨੂੰ ਪਤਾ ਹੀ ਨਹੀਂ ਯਾਰ ਤਾਂ ਨਹੀਂ ਦੱਸਿਆ ਨਹੀਂ ਤਾਂ ਸ਼ਾਇਦ ਦੱਸਨ ਨੂੰ ਪਤਾ ਹੋ ਵੀ ਨਾ ਇਹ ਨਹੀਂ ਨਹੀਂ ਦੱਸਣਾ ਲੈਖਣਾ ਰੱਖਿਓ ਦੋਸਤੋ ਅੱਗੇ ਇਹ ਹੋਈਆਂ ਚਲੋ ਬਹੁਤ ਸਾਰੀਆਂ ਆਈਆਂ ਬਹੁਤ ਸਾਰੀਆਂ ਧਮਕੀਆਂ ਇੱਕੜੇ ਕਿਹਾ ਇੱਕ ਇੰਸਟੀਚਿਊਟ ਸੀ ਅਸੀਂ ਜਿਹਦੇ ਬੱਚੇ ਬੜੇ ਜ਼ਿਆਦਾ ਆਇਆ ਕਰਨ ਉਹ ਲੋਕ ਉੱਥੇ ਕੋਚੋਰੀਆਂ ਦੇ ਵਿੱਚ ਬੱਚਿਆਂ ਨੂੰ ਰੱਖਿਆ ਕਰਨ ਇਹ ਤਾਂ ਜੀ ਪੀਐਮ ਚਾ ਜਾਂਦੇ ਨੇ ਉਹ ਆ ਗਏ ਜੀ ਢੂਡ ਸੌ ਫਾਰਮ ਲੈ ਕੇ ਇੰਸਟੀਚਿਊਟ ਵਾਲੇ ਵੀ ਫਾਰਮ ਜਮ੍ਹਾਂ ਕਰ ਲਓ ਕਿ ਮੈਂ ਆਰਡਰ ਕਰਿਆ ਹੋਇਆ ਸੀ ਉਹ ਆਇਆ ਡਿਪਟੀ ਰਿਸ ਕਹਿੰਦਾ ਜائیں 150 ਫਾਰਮ ਲੈ ਕੇ ਆ ਗਏ ਵੀ ਸਾਡਾ ਫਾਰਮ ਜਮ੍ਹਾਂ ਕਰੋ ਹਨ ਕਰੂ ਵੀ ਆਪਣੀ ਜਮਾ ਕਰਨਾ ਕੰਜੂ ਕੰਜੂ ਸੰਭ ਦੇ ਕੇ ਤੂੰ ਭਾਈ ਹੁਣ ਕੋਈ ਲਿਖੇ ਕਾਤਾ ਦੇਣਾ ਇਸ ਤੋਂ ਪ੍ਰੋਸਪੈਕਟ ਕੀ ਲਿਖਿਆ ਨਹੀਂ ਬੱਚਾ ਫਾਰਮ ਆਪਦੇ ਉਹ ਗਾ ਡਾਕ ਰਹੀ ਭੇਜੂਗਾ ਇੱਥੇ ਲਿਖੇ ਨਹੀਂ ਵੀ 150 ਫਾਰਮ ਲੈ ਕੇ ਕੋਈ ਆ ਸਕਦਾ ਸੋ ਇਹਨੂੰ ਕਾਤਾ ਲਿਖੇ ਦੇਣਾ ਅਸੀਂ 150 ਨਹੀਂ ਦੇਣਾ ਕੇ ਫੇਰ ਆਇਆ ਉਹ ਕਹਿੰਦਾ ਜੋ ਆਇਆ ਕਹਿੰਦਾ ਵੀ ਅਸੀਂ ਰਜਿਸਟਰੀ ਕਰਾ ਕੇ ਭੇਜਾਂਗੇ ਮੈਂ ਕੋਈ ਨਹੀਂ ਭੇਜ ਜਨ ਤਾ ਆਪਾਂ ਨੂੰ ਰੱਦ ਕਰ ਦਾਂਗੇ ਆਨਲਾਈਨ ਕੋਰਟ ਚ ਕੇਸ ਜਵਾਬ ਦੇ ਦਾਂਗੇ ਅਸੀਂ ਕਿਉਂ ਕਿਉਂਕਿ ਉਹਨਾਂ ਨੇ ਇਕੱਠੇ ਇੱਕ ਜਗ੍ਹਾ ਤੇ ਆਣ ਕੇ ਫਾਰਮ ਇੱਕ ਜਗ੍ਹਾ ਤੇ ਰੋਲ ਨੰਬਰ ਲੱਗਣਗੇ ਉਸ ਕਮਰੇ ਦੇ ਸੁਪਰਡੈਂਡਨ ਮਿਲ ਜਾਣਗੇ ਇਧਰ ਕੋ ਖਾ ਕੰਮ ਨਹੀਂ ਨਾ ਫਿਰ ਤੁਹਾਨੂੰ ਮੈਂ ਦੱਸਦਾ ਇਹ ਗੱਲ ਫਿਰ ਮੈਂ ਦੇਖਿਆ ਵੀ ਰੋਲ ਨੰਬਰ ਜਿਹੜੇ ਨੇ ਇਹ ਪਤਾ ਨਾ ਲੱਗੇ ਮੈਨੂੰ ਵੀ ਨਾ ਪਤਾ ਹੋਵੇ ਰੋਲ ਨੰਬਰ ਕਿੰਨੇ ਲੱਗਣੇ ਨੇ ਸਾਰੇ ਜਿਹੜੇ ਫਾਰਮ ਆਏ ਨੇ ਦਾਖਲੇ ਵਾਸਤੇ ਇੰਨੰ ਤੇ ਆਂਦੇਣ ਵਾਸਤੇ ਉਹ ਸਕੈਨ ਹੋਈ ਜਾਂਦੇ ਨੇ ਉਹ ਰਾਤ ਨੂੰ 12 ਵਜੇ ਤੱਕ ਸਕੈਨ ਹੋ ਕੇ ਰੋਲ ਨੰਬਰ ਸਲਿੱਪ ਤਿਆਰ ਹੋਣੀ ਹੈ ਉਦੋਂ ਤੇ ਕਿਤੇ ਮੇਰੇ ਦਸਕਤ ਹੋਣੇ ਨੇ ਇੱਕ ਰੋਲ ਨੰਬਰ ਕਿਵੇਂ ਲਾਇਆ ਜਾਣ ਇਹ ਫੈਸਲਾ ਮੈਂ ਕਰਨਾ ਮੈਂ ਰਾਤ ਨੂੰ 12 ਵਜੇ ਯੂਨੀਵਰਸਿਟੀ ਜਾਣਾ ਹੈ ਸਾਈਨ ਮਾਰ ਦੇਣੇ ਨੇ ਰੋਲ ਨੰਬਰ ਲਾਉਣ ਵਾਸਤੇ ਨੂੰ ਪੁੱਛਣਾ ਹਾਂ ਕਾਕਾ ਇਹ ਆਪਾਂ ਬਾਪ ਦੇ ਨਾਮ ਦੇ ਹਿਸਾਬ ਨਾਲ ਲਾ ਸਕਦੇ ਹਾਂ ਹਾਂਜੀ ਲਾ ਸਕਦੇ ਆ ਮਾਂ ਦੇ ਨਾਮ ਨੂੰ ਪਹਿਲਾਂ ਰੱਖ ਕੇ ਲਾ ਸਕਦੇ ਹਾਂ ਹਾਂਜੀ ਲਾ ਸਕਦੇ ਆ ਜਿਹਦੇ ਵਾਈ ਲਾ ਸਕਦੇ ਹਾਂਜੀ ਲਾ ਸਕਦੇ ਆ ਆਪਾਂ ਬੱਚੇ ਦੇ ਨਾਮ ਦੇ ਹਿਸਾਬ ਨਾਲ ਲਾ ਸਕਦੇ ਹਾਂਜੀ ਲਾ ਸਕਦੇ ਆ ਆਪਾਂ ਰੈਂਡਮ ਲਾ ਸਕਦੇ ਆ ਹਾਂ ਜੀ ਲਾਸਤ ਨਾ ਕਲੇ ਕਰਨਾ ਚੰਗਾ 1 11 21 ਆਏ ਨਾ ਦੋ ਮੈਨੂੰ ਕੀ ਪਤਾ 1 ਨੰਬਰ ਤੇ ਕਿਹੜਾ ਫਾਰਮ ਆ 21 11 ਤੇ ਕਿਹੜਾ 21 ਤੇ ਕਿਹੜਾ 1 ਵਾਲੇ ਨੂੰ 1 ਲੱਗਿਆ 11 ਵਾਲੇ ਨੂੰ 2 ਲੱਗੂ ਇਦਾਂ ਘੁਮਾਈ ਜਾਓ ਬੱਚੇ ਇਕੱਠੇ ਹੋਈ ਨਹੀਂ ਸਕਦੇ ਜੇ 10ਵੀਂ ਇਕੱਠੇ ਹੋ ਗਏ ਹੁਣ ਤਾਂ ਵੀ ਉਹ ਇਕੱਠੇ ਨਹੀਂ ਹੋਣੇ ਇੱਕ ਕਮਰੇ ਚ ਹੋਰ ਕਿਸੇ ਕਮਰੇ ਜਾਣਗੇ ਕਿਤੇ ਹੋਰ ਜਾਣਗੇ ਸੋ ਇਹ ਜਿਹੜਾ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਰੌਨ ਨੰਬਰ ਕਿਹਦੇ ਕਿਹੜਾ ਲੱਗਣਾ ਹੈ ਮੈਨੂੰ ਵੀ ਨਾ ਪਤਾ ਹੋਵੇ ਹਾਲਾਂਕਿ ਮੇਰਾ ਹੁਕਮ ਹੋਣ ਨਾ ਲਾਉਣ ਵਾਲੇ ਨੂੰ ਪਤਾ ਹੈ ਨਾ ਮੈਨੂੰ ਪਤਾ ਫਿਰ ਰਾਤ ਨੂੰ ਉਹ ਰੋਲ ਨੰਬਰ ਤੈਕ ਹੋਣੇ ਨੇ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਉਹ ਪੋਸਟ ਹੋਣੇ ਨੇ ਤਾਂ ਕਿ ਬੱਚੇ ਨੂੰ ਮਿਗਿਆਨ ਟਾਈਮ ਤੇ ਨਹੀਂ ਤਾਂ ਤੁਸੀਂ ਅਸੀਂ ਫ੍ਰੀਜ਼ ਕੋਡ ਫਰਜ ਕੋਵਾ ਦਿੰਦੇ ਸਾਰੇ ਫ੍ਰੀਜ਼ ਕੋਡ ਤਾਂ 10 ਦਿਨ ਡਾਕ ਨਹੀਂ ਨਿਕਲਣੀ ਐ ਏਡੀ ਵੱਡੀ ਉਹਦੇ ਹੀ ਛਾਂਟੀ ਹੋਣੀ ਆ ਫਿਰ ਉਹ ਗਾ ਸਰਕਲ ਤੇ ਜਾਂਦੇ ਨੇ ਡਾਕਲਾ ਸਿਸਟਮ ਹੈ ਹੁਣ ਜਿਹਦੇ ਜਿਹਦੇ ਜਿਹਨੂੰ ਸਿੱਧਾ ਮੰਡਿਆ ਜਾਂਦਾ ਬੱਚੇ ਨੂੰ ਰੋਲ ਨੰਬਰ ਮਿਲਦੇ ਸੀ ਉਹ ਦਿੱਕਤ ਨਹੀਂ ਆਉਂਦੀ ਸੀ ਤੁਹਾਨੂੰ ਤੋ ਇਹ ਜਿਹੜੀਆਂ ਗੱਲਾਂ ਮੈਂ ਇਹ ਤਕਰੀਆਂ ਪਹਿਲਾਂ ਦੀਆਂ ਪੇਪਰ ਸੈਟ ਦੀਆਂ ਹੋਰ ਦੀਆਂ ਪੇਪਰ ਕਿਸੇ ਨੂੰ ਨਹੀਂ ਪਤਾ ਲੱਗੇਗਾ ਪ੍ਰਿੰਟ ਮੈਂ ਆਪ ਟਾਈਪ ਸਿੱਖੀ ਤੇ ਹੁੰਦਾ ਨਾ ਕੈਮਿਸਟਰੀ ਵਗੈਰਾ ਜੁੱਤੇ CO2 ਉੱਤੇ ਉਹ ਥੱਲੇ ਪਾਉਣੀ ਆ ਉੱਤੇ ਪਾਉਣੀ ਆ ਇਸ ਤਰ੍ਹਾਂ ਦੇ ਬੜੇ ਹੁੰਦੇ ਨੇ ਪੋਸਟ ਉਹਨੂੰ ਕਹਿੰਦੇ ਨੇ ਸੁਪਰ ਸਕ੍ਰਿਪਟ ਹੈ ਜੀ ਤੇ ਉਹ ਮੈਂ ਸਾਰਾ ਸਿੱਖਿਆ ਕਿਉਂਕਿ ਜੇ ਮੈਂ ਕਿਸੇ ਹੋਰ ਨੂੰ ਟਾਈਪ ਕਰਨ ਦਿੰਨਾ ਉਹ ਪੇਪਰ ਤੋ ਤਾਂ ਨਹੀਂ ਕਰ ਦੂ ਦੂਜਾ ਜੰਮੈ ਨਹੀਂ ਸਿੱਖਿਆ ਸੀ ਉਦੋਂ ਟਾਈਪ ਕਰਾਉਣੇ ਵੇ ਬਾਹਰਲੇ ਬੰਦੇ ਨੂੰ ਬੁਲਾ ਕੇ ਬਿਠਾਉਣਾ ਯੂਨੀਵਰਸਿਟੀ ਦਾ ਬੰਦਾ ਸਟੈਂਡੋਂ ਟਾਈਪ ਹੀ ਨਹੀਂ ਕਰੇਗਾ ਉਹਦੇ ਕੋਲ ਬਹਿ ਜਾਣਾ ਹੈ オリジナル ਦੇਣਾ ਹੀ ਨਹੀਂ ਆਪ ਦੇ ਕੰਪਿਊਟਰ ਚ ਚਲਾਈ ਕਰਾਉਣੇ ਸਿਰਫ ਕੀ ਦਬਣੀ ਹੈ ਬਣਾਉਣਾ ਹੋਇਆ ਜਿਹੜਾ ਸਾਇੰਸ ਦਾ ਵਿਦਿਆਰਥੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗੇ ਵੀ ਕੀ ਹੈ ਉਹਨੂੰ ਇਹ ਪਤਾ ਨਹੀਂ ਕਿ ਕੋਈ ਪੇਪਰ ਹੋਣਾ ਫਿਰ ਉਹ ਤਾਂ ਇੱਕ ਨਹੀਂ ਟਾਈਪ ਕਰਾਉਣਾ 10-12 ਟਾਈਪ ਕਰਾ ਲੈਣੇ ਨੇ ਖਾਲੀਅਤ ਆਇਆ ਖਾਲੀਅਤ ਚਲਾ ਜਾਇਕ ਨੂੰ ਪੇਮੈਂਟ ਕਰਦੇ ਤਾਂ ਕਿ ਨਾ ਮੈਨੂੰ ਵੀ ਕੋਈ ਪਤਾ ਨਹੀਂ ਸੋ ਇਸ ਤਰ੍ਹਾਂ ਮੈਂ ਕਹਿੰਦਾ ਕਈ ਥੀਂ ਪੇਪਰ ਬਣਾਉਂਦੇ ਸੀ ਅਸੀਂ ਇੱਕ ਪੇਪਰ ਨਹੀਂ ਬਣਾਉਂਦੇ ਸੀ ਕਈ ਕੀ ਬਣਾਉਂਦੇ ਸੀ ਫਿਰ ਜੁਨਾ ਪਾਉਂਦੇ ਸੀ ਵੀ ਜਿਹੜਾ ਆ ਗਿਆ ਹਲੇ ਸੋ ਇੱਕ ਹੀ ਕਰ ਇਹ ਸਭ ਕੁਝ ਕਰਨ ਦੇ ਵੇਲੇ ਜਿਹੜੀ ਗੱਲ ਹੈ 2006 ਚ ਜਦ ਮੈਂ ਲੱਗਿਆ ਸੀ ਬਾਈ ਚਾਂਸ ਕਰਨੇ ਯਾਰ ਆਪਣਾ ਤਾਂ ਯੂਨੀਵਰਸਿਟੀ ਦਾ ਬਹੁਤ ਬੁਰਾ ਹਾਲ ਹੈ ਵੀ ਆਪਾਂ ਐਤੀ ਕਿਤੋਂ ਬਾਹਰੋਂ ਕਰਾ ਲਈ ਪੰਜਾਬ ਯੂਨੀਵਰਸਿਟੀ ਨੇ ਐਸੀ ਕਰ ਲਿਆ ਪੰਜਾਬ ਯੂਨੀਵਰਸਿਟੀ ਨੇ ਸਭ ਤੋਂ ਉਡਾ ਕੇ 40 ਲੱਖ ਰੁਪਇਆ ਮੰਗਿਆ ਜਿਹੜਾ 5 6 ਲੱਖ ਤੇ ਹੋ ਜਾਂਦਾ ਠੀਕ ਹੈ ਇਹਨਾਂ ਨੂੰ ਹੋਇਆ ਵੀ ਐਂ ਤਾਂ ਸੀ ਤਾਂ ਪੈਸੇ ਕਰਨ ਨੇ ਅਸੀਂ ਮੰਨ ਗਏ ਵੀ ਠੀਕ ਹੈ ਉਹਦੇ ਵਿੱਚ ਕੀ ਹੋਇਆ ਮੈਂ ਕਿਉਂ ਕਹਿੰਨ ਰਲਈ ਹੋਈ ਸੀ ਉਹਦੇ ਵਿੱਚ ਇਹ ਹੋਇਆ ਅਸੀਂ ਪੋਸਟ ਗ੍ਰੈਜੂਏਟ ਟੈਸਟ ਵੀ ਪੰਜਾਬ ਯੂਨੀਵਰਸਿਟੀ ਤੋਂ ਕਰਾਇਆ ਸੀ ਸਾਨੂੰ ਇੱਕ ਬੱਚਾ ਪੱਕਾ ਪਤਾ ਲੱਗਿਆ ਜਿਹਦਾ 2 ਰੈਂਕ ਆਇਆ ਵੀ ਬੱਚੇ ਦੇ ਇਮਤਿਹਾਨ ਤੇ ਬੈਠੇ ਹੀ ਨਹੀਂ ਅਸੀਂ ਯੂਨੀਵਰਸਿਟੀ ਨੂੰ ਕਿਹਾ ਉਹ ਕਹਿੰਦੇ ਸਾਡਾ ਤਾਂ ਗਲਤ ਹੋ ਹੀ ਨਹੀਂ ਸਕਦਾ ਸਾਡਾ ਤਾਂ ਆ ਹੀ ਨਹੀਂ ਹੋ ਸਕਦਾ ਸਾਨੂੰ ਉਸ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਰਾਤ ਨੂੰ ਮੇਰੇ ਹਸਪਤਾਲ ਤੇ ਡਿਊਟੀ ਕਰ ਰਿਹਾ ਸੀ। ਨਾ ਸੋਰੀ ਰਾਤ ਨੂੰ ਲੈ ਨੇ ਛੁੱਟੀ ਰੱਖੀ ਐ ਦੂਜੇ ਦਿਨ ਡਿਊਟੀ ਕਰ ਰਿਹਾ ਸੀ। ਜਿੱਦੇ ਪੇਪਰ ਸੀ। ਜਿਹੜਾ ਬੰਦਾ ਡਿਊਟੀ ਕਰ ਰਿਹਾ ਅਨ ਆਫੀਸ਼ੀਅਲੀ ਬਿਨਾ ਪੇਪਰ ਦੇ ਪੇਪਰ ਹੈ ਉਹਦੇ ਉਹ ਦੋ ਦਿਨਾਂ ਦਾ ਅਰਥ ਕੀ ਨਹੀਂ ਬਣੇਗਾ। ਕਿਹਦੇ ਤੁਸੀਂ ਪੰਗਾ ਨਹੀਂ ਲੈ ਸਕਦੇ। ਉਸ ਤੋਂ ਬਾਅਦ ਕੀ ਹੋਇਆ ਜਿਹੜੀ ਉਹਨਾਂ ਦੀ ਰਸੀਦ ਹੈ ਸਾਡੇ ਕੋਲੇ 5 ਲੱਖ ਰੁਪਏ ਦੀ। ਉਹ ਰਸੀਦ ਮੈਂ ਟੇਬਲ ਤੇ ਰੱਖਿਆ ਮੈਂ ਵੀ ਮੈਂ ਦੇਖਦਾ ਸੀ ਕਿਉਂਕਿ ਯੂਨੀਵਰਸਿਟੀ ਵਾਲੇ ਰਲੇ ਹੋਈ ਸੀ ਉਹ ਮੈਂ ਟੇਬਲ ਤੇ ਰੱਖਤੀ ਤੇ ਨਾਲ ਅਸੀਂ ਸੁਪਰ ਸਪੈਸ਼ਲਿਟੀ ਦਾ ਰਿਜ਼ਲਟ ਕੱਢਿਆ ਸੀ 25 ਕਿ ਬੱਚਿਆਂ ਦਾ ਦਾਖਲੇ ਲਈ ਉਹ ਆਏ ਪਰ ਕਿ ਖੰਡਾ ਤੇ ਅਸਲੀ ਫੋਟੋ ਕਾਪੀ ਕਰਕੇ ਅੰਦਰ ਮਾਰੀ ਚ ਰੱਖ ਲਈ ਮੈਂ 5 ਵਜੇ ਲੌਕ ਕਰਕੇ ਗਿਆ ਸਵੇਰੇ ਮੈਂ 9 ਵਜੇ ਸਹੀ ਆ ਗਿਆ ਉਹ ਰਸੀਦ ਗਾਇਬ ਹੈ ਮੈਂ ਵਾਜ ਚਾਂਸੇ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਉਹ ਰਸੀਦ ਗਾਇਬ ਗਾਇਬ ਹੋ ਗਈ ਨਹੀਂ ਕਹਿੰਦੇ ਕੋਈ ਐਵੇਂ ਹੀ ਕਿਸੇ ਨੇ ਮੈਂ ਕਿਹਾ 나ਜੀ ਨਾ ਇਹ ਬੇਇੱਜ਼ਤੀ ਕਰਨੀ ਹੁੰਦੀ ਚੱਕ ਕੇ ਪੇਪਰ ਸਾੜ ਦਿੰਦਾ ਉਹ ਕਹਿੰਦਾ ਵੀ ਲਓ ਜੀ ਇਹਨਾਂ ਦਾ ਉਹੀ ਦਾਖਲ ਕਰਤੇ ਦਿਖਾਓ ਕਿੱਥੇ ਨੇ ਪੇਪਰ ਮੈਂ ਉਹਨੂੰ ਕਿਹਾ ਮਤਲਬ ਵੀ ਅਸੀਂ ਫੋਟੋਕਾਪੀ ਵੀ ਰੱਖੀ ਆ ਸੀ ਉਹ ਦੋ ਅੱਗੇ ਚੱਲਣ ਵਾਲਿਆ ਨਾਲ ਦੀ ਨਾਲ ਹੀ ਸਾਡਾ ਇੱਕ ਡਿਪਟੀ ਰਜਿਸਟਰਾਰ ਛੁੱਟੀ ਲੈ ਗਿਆ ਕੌਣ ਘਟਾ ਗਿਆ ਮੈਂ ਅਰਧ ਸਰਕਾਰੀ ਪੱਤਰ ਕਹਿੰਦੇ ਨੇ ਉਹਨੂੰ ਮੈਂ ਅਰਧ ਸਰਕਾਰੀ ਪੱਤਰ ਸਾਰੇ ਬੋਰਡ ਆਫ ਮੈਨੇਜਮੈਂਟ ਨੂੰ ਲਿਖਿਆ ਵੀ ਆ ਗੱਲ ਹੋਈ ਹੈ ਐਦਾਂ ਹੋਈ ਹੈ ਮੈਨੂੰ ਪੂਰੇ ਸ਼ੰਕਾ ਦੀ ਹੈ ਤੇ ਤਰਦੀ ਕਰੇ ਬੋਰਡ ਦੇ ਬੜੇ ਮੁਅੱਜ਼ਜ਼ ਮੈਂਬਰ ਜਿਹੜੇ ਕਹਿੰਦੇ ਬਈ ਤਾਂ ਮੁੱਖ ਮੰਤਰੀ ਬਣਦੇ ਵਿਚਾਰਵਾਣ ਬਹੁਤ ਸਾਰੇ ਹੁੰਦੇ ਉਹਨਾਂ ਨੇ ਵਾਈਸ ਚਾਂਸਲ ਨੂੰ ਕਿਸਮ ਦੀ ਖਚਾਈ ਕਰੀ ਵੀ ਇਹ ਰਜਿਸਟਰ ਨੇ ਚਿੱਠੀ ਕਿਉਂ ਲਿਖੀ ਹੈ ਮੈਨੂੰ ਤਾਂ ਕਿਹਾ ਨਹੀਂ ਮੈਨੂੰ ਕਹਿੰਦੇ ਉਹਨੂੰ ਪਤਾ ਵੀ ਇਹ ਨਹੀਂ ਤਾਂ 31 ਨਾਲ ਦੀ ਨਾਲ ਹੀ ਪਾ ਦੇਣੇ ਦੇਖਿਓ ਜੋ ਹੁੰਦਾ ਚਾਹਤ ਤੁਸੀਂ ਸਿਰ ਤੇ ਕਫਨ ਬਣ ਕੇ ਨਾ ਚਾਹਦੇ ਕੋਈ ਗੱਲ ਨਹੀਂ ਸਿਰ ਬੈਠ ਸਕਦਾ ਤੁਹਾਡਾ ਇਹ ਕਿੱਥੇ ਲਿਖੇ ਬਿ ਲੜਾਈ ਸਿਰ ਨਹੀਂ ਰਹੇਗਾ ਫਿਰ ਮੈਨੂੰ ਤਾਂ ਗੁਰੂ ਸਾਹਿਬ ਦਾ ਸ਼ਬਦ ਯਾਦ ਸੀ ਜੋ ਤੋ ਪ੍ਰੇਮ ਖੇਡਣ ਦਾ ਚਾਹੋ ਸਿਰ ਤਰਫਾਂ ਕਰੀ ਮੋਰੀ ਇਹ ਤੋ ਮਾਰਗ ਪੈਰ ਤੜੀਏ ਸਿਰਫ ਦੀਜੇ ਕਾਨ ਨਾ ਕੀਜੇ ਜੇ ਮੈਂ ਉੱਥੇ ਪੈਰ ਤੜਿਆ ਫਿਰ ਸਿਰ ਦੇ ਨੇ ਮੈਂ ਨਹੀਂ ਦਿੱਕਣਾ ਉਹ ਉਹ ਹੋ ਗਿਆ ਯੂਨੀਵਰਸਿਟੀ ਦਾ ਯੂਨੀਵਰਸਿਟੀ ਦਾ ਪੇਪਰ ਲੀਕ ਹੋ ਗਿਆ ਰਾਤ ਨੂੰ 12 ਵਜੇ ਪਰੀਦਕੋਟ ਦੇ ਡੀਸੀ ਸਾਹਿਬਾ ਸੀਗੇ ਉਹਨਾਂ ਦਾ ਫੋਨ ਆਇਆ ਮੈਨੂੰ ਕਿ ਤੁਹਾਡਾ ਪੇਪਰ ਲੀਕ ਹੋ ਗਿਆ ਇਹ ਇਹ ਚੈੱਕ ਕਰ ਸਕਦੇ ਹੋ ਮੈਂ ਤੁਹਾਡੇ ਕੋਲ ਪੇਪਰ ਭੇਜ ਰਹੀ ਹਾਂ। ਅੱਜ ਸੀ ਤੋਪਾਰੋਂ ਕਰਾਇਆ ਕੋਈ ਗੱਲ ਨਹੀਂ ਚੈੱਕ ਕਰ ਲਾਂਗੇ ਹੁਣ। ਤੇ ਕਹਿੰਦੇ ਕਰ ਲੋਗੇ ਚੈੱਕ ਮੈਂ ਕਿਹਾ ਹਾਂਜੀ ਕਿਉਂ ਨਹੀਂ ਕਰਾਂਗੇ ਸਵੇਰ ਨੂੰ ਤਾਂ ਪੇਪਰ ਹੈ। 2 ਜੁਲਾਈ ਦਾ ਪੇਪਰ ਸੀ ਉਹਦੇ ਵਿੱਚ ਵਿਚਾਲੇ ਦੱਸ ਦਿੰਨਾ। ਮਾਫੀਆ ਨੂੰ ਮੈਂ ਤੋੜਿਆ ਕਿ ਮੈਂ ਦੱਸ ਕੋ ਦਿੰਦਾ ਇਤਨਾ ਹੀ ਹੋਰ ਹੈ। ਸਾਰਾ ਪ੍ਰੋਸਪੈਕਟ ਬਣਾ ਕੇ ਮੈਂ ਇੱਕ ਦਿਨ 2 ਵਜੇ ਸਕ੍ਰਿਬਲ ਕਰਾਇਆ ਕਿ 25 ਜੂਨ ਨੂੰ ਪੇਪਰ ਹੋਣਾ ਹੈ। ਕਿ 2006 ਦੀ ਗੱਲ ਦੱਸਾਂ। ਉਸ ਟੈਨੋ ਨੂੰ ਆਪਦੇ ਨੂੰ ਫੜਾਇਆ ਮੈਂ ਉੱਥੋਂ ਇੱਧਰ ਨੂੰ ਆ ਗਿਆ ਚੰਡੀਗੜ੍ਹ ਨੂੰ ਮੈਨੂੰ ਜੀਰ ਕੁ ਬਰਾ ਕੇ ਫੋਨ ਆ ਗਿਆ ਕਿਸੇ ਪਤਾ ਨਹੀਂ ਕੌਣ ਬੰਦਾ ਸੀ ਕਹਿੰਦਾ ਤੁਹਾਡਾ ਫਿਰ 25 ਨੂੰ ਪੇਪਰ ਹੋ ਰਿਹਾ ਹੈ ਮੈਂ ਹੱਤਾਂ ਨੂੰ ਕਿਹਾ ਉਹ ਕਹਿੰਦਾ ਇਹ ਫਲਾ ਨਹੀਂ ਕੁਲੀ ਨੂੰ ਦੱਸਿਆ ਵੰਟਾ ਉਹ ਸਾਰੇ ਪੇਪਰ ਲੀਕ mafia ਦੇ ਬੰਦੇ ਸੀ ਮੈਂ ਫਿਰ ਉਹਨੂੰ ਪਤਾ ਹੋਣਾ ਮੈਨੂੰ ਤਾਂ ਪਤਾ ਨਹੀਂ ਮੈਂ ਨਾਲ ਦੀ ਨਾਲ ਆਪਦੇ ਡਿਪਟੀ ਰਜਿਸਟਰਰ ਨੂੰ ਫੋਨ ਕਰਿਆ ਦੋ 25 ਜੂਨ ਨਹੀਂ 2 ਜੁਲਾਈ ਕਰਨੀ ਐ ਡੇਟ ਪ੍ਰਿੰਟ ਵੇਲੇ ਪਟਿਆਲੇ ਫੁਲਕੀਆਂ ਪ੍ਰੈਸ ਜੋ ਅਸੀਂ ਛਪਾਉਂਦੇ ਸੀ ਪ੍ਰੋਸਪੈਕਟ ਉੱਥੇ ਦੀ ਮੈਂ 2 ਜੁਲਾਈ ਪਾਈ ਉਪਰੋਂ ਜੁਲਾਈ ਮਰ ਗਈ ਦਿੱਕਾ ਹੋ ਗਈ ਰਾਤ ਨੂੰ ਅਸੀਂ ਇਸੇ ਹੱਦ ਦਿੰਦੇ ਸੀ ਸਵੇਰ ਨੂੰ 2 ਜੁਲਾਈ ਆ ਗਈ ਐਵੀ ਮਾਤਰਾ ਦਿੱਤੀ ਵੀ ਨਾਲ ਨਾਲ ਜਮਨ ਤੁਸੀਂ ਨਾਲ ਦਿਨ ਉਸ ਸਟੈਨੋ ਹਟਾਤਾ ਜਿਹੜਾ ਮੇਰੇ ਨਾਲ ਸਟੈਨੋ ਸੀ ਉਹ ਕਹਿੰਦਾ ਯਾਰ ਮੈਂ ਕਹਿੰਦਾ ਨਥਿੰਗ ਟੂ ਡੂ ਤੈਨੂੰ ਕੱਲੇ ਨੂੰ ਮੈਂ ਦੇਖ ਕੇ ਦੇ ਗਿਆ ਪੈਨਸ਼ਨ ਨਾਲ ਕੌਣ ਬੋਲੀ ਕਿ ਮੈਨੂੰ ਪਤਾ ਲੱਗਿਆ ਲੋਕਾਂ ਨੂੰ ਜਾਂ ਤੈਨੂੰ ਪਤਾ ਸੀ ਜਾਂ ਮੈਨੂੰ ਪਤਾ ਸੀ ਮੈਂ ਇੱਥੇ ਆਇਆ ਮੇਰੀ ਬੇਟੀ ਇੱਥੇ ਇੰਜੀਨੀਅਰਿੰਗ 'ਚ ਪੜ੍ਹਦੀ ਸੀ ਉਹ ਮੈਨੂੰ ਕਹਿੰਦੀ ਪਾਪਾ ਕਹਿੰਦੀ ਤੁਹਾਡਾ ਤਾਂ 25 ਤਰੀਕ ਨੂੰ ਪੇਪਰ ਹੋ ਰਿਹਾ ਹੈ ਉਹ ਮੈਂ ਕਿਹਾ ਤੈਨੂੰ ਕੀ ਨਹੀਂ ਕਹਤਾ ਗੰਨਿਆ ਤਾਂ ਅਕੈਡਮੀਆ ਚੋਂ ਹੋ ਗਿਆ ਮੈਂ ਕਿਹਾ ਫਿਰ ਉਹਨਾਂ ਨੂੰ ਪਤਾ ਹੋ ਮੈਂ ਕਿਉਂ ਦੱਸਾਂ ਵੀ ਮੈਂ ਡੇਟ ਬਦਲਦੀ ਜਾਂ ਆਈ ਹੀ ਸੀ ਇਹ ਤੈਦੀ ਮਦਦ ਕੀਤੀ ਉਹਨਾਂ ਨੂੰ ਦੂਜੇ ਤੋਂ ਅਖਬਾਰ ਚ ਜ਼ਿਆਦਾ ਆ ਰਿਹਾ 2 ਜੁਲਾਈ ਉਹ ਸਭ ਨੂੰ ਲੱਗ ਗਿਆ ਵੀ ਇਹ ਸਾਡਾ ਕਿਤੇ ਨਾ ਕਿਤੇ ਫਸ ਗਿਆ ਤੇ ਚ ਫਿਰ ਤੇ ਤ ਇਹਨਾਂ ਨੂੰ ਕਿਹਾ ਵੀ ਪੇਪਰ ਲੀਕ ਹੋ ਗਿਆ ਹੁਣ ਆ ਵੀ ਸੁਣੋ ਪੇਪਰ ਲੀਕ ਦੀ ਇਹ ਇੱਕ ਮੈਨੂੰ ਪੱਤਰਕਾਰ ਦਾ ਫੋਨ ਆਇਆ ਤੁਹਾਡਾ ਜੀ ਪੇਪਰ ਲੀਕ ਹੋ ਜਾਣਾ ਮੈਂ ਕਿਹਾ ਆਇਂ ਕਿ ਮੈਂ ਹੋ ਜੂਗਾ ਉਹਨੇ ਹੁੰਦਾ ਨਹੀਂ ਕਹਿੰਦੇ ਹੋ ਜੂ ਮੈਂ ਨਹੀਂ ਹੁੰਦਾ ਕਹਿੰਦੇ ਹੋ ਜੂ ਵੇਖੇ ਨਹੀਂ ਹੁੰਦਾ ਕਹਿੰਦੀ ਜੇ ਹੋ ਗਿਆ ਫਿਰ ਉਹਨੇ ਕਿਹਾ ਜੇ ਹੋ ਗਿਆ ਮੈਂ ਐਵੇਂ ਜਿਵੇਂ ਤੁਸੀਂ ਮੇਰੇ ਗੱਲਾਂ ਤੋਂ ਸੁਣਿਓ ਮੈਂ ਜੜਾਂਗਾ ਬਹੁਤ ਮਾਰਨਾ ਪਰ ਜੜਾਂਗੇ ਦਾ ਮਤਲਬ ਇਹ ਹੁੰਦਾ ਵੀ ਝੂਠ ਆ ਕੋ ਮੈਂ ਕਿਹਾ ਅਸੀਂ ਸਟੈਂਡ ਬਾਈ ਰੱਖਾਂਗੇ ਨਾ ਉਹਦੋਂ ਪਹਿਲਾਂ ਮੇਰੇ ਮਨ 'ਚ ਕੁਛ ਹੈ ਸੱਚੀ ਗੱਲ ਤੋਂ ਹੰਦਸਾ ਇਹ ਕਈ ਵਾਰ ਤੁਹਾਡੇ ਸਵਾਲ ਵੀ ਤੁਹਾਨੂੰ ਬੰਦੇ ਨੂੰ ਸੋਚਣ ਵਾਸਤੇ ਮਜਬੂਰ ਕਰ ਦਿੰਦੇ ਨੇ ਮੈਨੂੰ ਕਹਿੰਦੀ ਜੋ ਵੀ ਲੀਕ ਹੋ ਗਿਆ ਮੈਂ ਕਿਹਾ ਉਹ ਨਹੀਂ ਲੀਕ ਹੁੰਦਾ ਤੇ ਕਹਿੰਦੀ ਹੋ ਗਿਆ ਮੈਂ ਨਹੀਂ ਹੁੰਦਾ ਇਹ ਜਦੋਂ ਕਿਹਾ ਤੀਜੀ ਵਾਰੀ ਉਦੋਂ ਤੱਕ ਮੈਂ ਫੈਸਲਾ ਕਰ ਲਿਆ ਬੀ ਮੈਨ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਨਾ ਮੈਂ ਹੀ ਪੇਪਰ ਬਣਾਉ ਮੈਂ ਹੀ ਲਿਖੂ ਮੈਂ ਹੀ ਸਭ ਕੁਝ ਕਰਕੋਦੀ ਮੈਂ ਕਿਹਾ ਜੇ ਰਜਿਸਟਰ ਮਰ ਗਿਆ ਤਾਂ ਪੇਪਰ ਲਿਖੂ ਮਰਨ ਦਾ ਮਤਲਬ ਕੀ ਸੀ ਜਦ ਤੱਕ ਮੈਂ ਆਪ ਹੀ ਵੇਚਦਾ ਮੌਰੀ ਮਰ ਜਾ ਜੇ ਮੈਂ ਨੈਤਿਕ ਤੌਰ ਤੇ ਮਰ ਗਿਆ ਖੁਦ ਵੇਚਣ ਲੱਗਿਆ ਪੇਪਰ ਫਿਰ ਮਰੀ ਗਿਆ ਨਾ ਜੇ ਜਾਂ ਮੈਂ ਫਿਜ਼ੀਕਲੀ ਮਰ ਜਾ ਕੋਈ ਹੋਰ ਚੁੱਕ ਲੇ ਜਿੰਨਾ ਚਿਰ ਮੈਂ ਜਿਉਣਾ ਪੇਪਰ ਨਹੀਂ ਖੋਲੇਗਾ ਕਿ ਨਹੀਂ ਹਿੰਮਤ ਪੈਣੀ ਪੇਪਰ ਵੀ ਕਰ ਦੇਗਾ ਤੇ ਇਹ ਯੂਨੀਵਰਸਿਟੀ ਦਾ ਪੇਪਰ ਲੀਕ ਹੋ ਜਾਦਾ ਜਦੋਂ ਉਹ ਆਇਆ ਇਹਨਾਂ ਦੇ ਮੈਂ ਕੰਟਰੋਲ ਨੂੰ ਫੋਨ ਕਰਿਆ ਅੱਧੇ ਘੰਟੇ ਬਾਅਦ ਉਹਨ ਡਾਕਟਰ ਸਾਹਿਬ ਮੇਰਾ ਵਾਈਸ ਚਾਂਸਲ ਕਹਿੰਦਾ ਹੈ ਵੀ ਆਪਾਂ ਸਵੇਰੇ ਦੇਖ ਲਾਂਗੇ ਮੈਂ ਸਵੇਰੇ ਤੁਸੀਂ ਤੁਹਾਡਾ ਟਰੱਕ ਸੂਈ ਸੀ ਤੁਸੀਂ ਮੈਂ ਕਿਹਾ ਪਹਿਲਾਂ ਆਪਦਾ ਲੀਕ ਕਰਤਾ ਉਹ ਟਰੱਕ ਇਹਦਾ ਦੱਸਿਆ ਨਹੀਂ ਕਿਹੜੀ ਕਿਰੇ ਨੇ ਚੁੱਕਿਆ ਸੀ ਪਹਿਲਾਂ ਤੁਸੀਂ ਕਹੀਗੇ ਲੱਡੂ ਆ ਗਿਆ ਜੀ ਪੇਪਰ ਤਾਂ ਫਿਰ ਬੱਚਾ ਨੂੰ ਬਿਠਾ ਕੇ 11 ਵਜੇ ਕਹਤੋ ਵੀ ਕਰਨਾਲ ਉਹ ਉਲਟ ਗਿਆ ਮਾ ਲੱਡੂ ਟਰ ਉਲਟ ਪਾਸੇ ਨੂੰ ਚਲਾ ਗਿਆ ਉਹਨਾਂ ਦਾ ਚੰਡੀਗੜ੍ਹ ਨੂੰ ਸੀ ਅੱਤ ਤੁਸੀਂ ਬੇਵਕੂਫ ਬਣਾਉਣੇ ਲੋਕਾਂ ਨੂੰ ਐਨੰਤੁਖਿਆ ਉਹ ਤਾਂ ਲੀਕ ਕਰ ਦਿਓ ਹੈ ਸਵੇਰੇ 4 ਵਜੇ ਮੀਟਿੰਗ ਫਿਕਸ ਕਰਤੀ ਕਹਿ ਨਹੀਂ ਅਬਦੇਵ ਜੀ ਚਾਂਸ ਤੋਂ 10000 ਬੱਚਿਆਂ ਨੇ ਆਉਣਾ 12000 ਨੇ ਉਹਨਾਂ ਦੇ ਮਾਪਿਆਂ ਨੇ ਆਉਣਾ ਉਹ ਬੇਵਕੂਫ ਨੇ ਮੈਨੂੰ ਜਿਸ ਕਾਰਨ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਦੁਕਾਨ ਹਰ ਆਸਨਾ ਕਰ ਤੇਰੇ ਅਸੀਂ 4 ਵਜੇ ਗੱਡੀਆਂ ਸਾਡੇ ਪਿੱਛੇ ਲੱਗੀਆਂ 40 ਸੈਕਟਰ ਸਾਡਾ ਦਫਤਰ ਸੀ ਉਤੋਂ ਗੁਰਦੁਆਰੇ ਕੋਲੋਂ ਗੱਡੀ ਲੱਗੀ ਪਿੱਛੇ ਆਖੋ ਖਰੈਨ ਭਵਨ ਕੋਲੋਂ ਲੱਗੀ ਫਿਰ ਉੱਤੇ ਗੁਲਾਟੀ ਭਵਨ ਕੋਲੋਂ ਲੱਗੀ ਇੱਕ ਗੱਡੀ ਪਿੱਛੇ ਮੈਂ ਉਧਰੋਂ ਨਿਕਲ ਗੱਡੀ ਪਵਾ ਲਈ ਮੇਰਾ ਡਰਾਈਵਰ ਸੀਗਾ ਉਹ ਬੜਾ ਤੇਜ਼ ਸੀ ਕਰਨੈਲ ਸਿੰਘ ਉਹਦਾ ਨਾਮ ਫੌਜੀ ਸੀ ਉਹ ਪੁਰਾਣਾ ਉਹ ਹਰੇਕ ਦਾ ਨੰਬਰ ਨੋਟ ਕਰੀ ਗਿਆ ਫਿਰ ਅਸੀਂ ਆ 15 ਸੈਕਟਰ ਬੀਜੀ ਗਏ ਅੱਗੇ ਯੂਨੀਵਰਸਿਟੀ ਦੇ ਦੋ ਨੰਬਰ ਗੇਟ ਤੇ ਗੱਡੀ ਖੜੀ ਫਿਰ ਅਸੀਂ ਪੀਜੀਆ ਦੇ ਰਸਤੇ ਨੂੰ ਉਧਰ ਨੂੰ ਪਾ ਲਈ ਚੱਕਰ ਨੂੰ ਠੱਠੇਰ ਗੱਡੀ ਖੜੀ ਫਿਰ ਉਧਰ ਨੂੰ ਪੀਜੀਆ ਜਾਂ ਕੇ ਮੈਂ ਆ ਐ ਕਰ ਕਰ ਨਾਲ ਸੀ ਹੁਣ ਪੀਜੀਆ ਚ ਅੰਦਰ ਲੈ ਜਾ ਗੱਡੀ ਕਿਉਂਕਿ ਪਿੱਛੇ ਉਹ ਕਿਹਾ ਮਾਫੀਆ ਅੰਦਰ ਲੈ ਗਏ ਉਹ ਛੱਡੇ ਹੁੰਦੀ ਆ ਪਿੱਛੋਂ ਦੀ ਲਾਂਕੇ ਥੱਲੇ ਕੋਈ ਨੀਵੀਂ ਜੀ ਛਾਂ ਹੁੰਦੀ ਹੁੰਦੀ ਹੁਣ ਤਾਂ ਬੰਦ ਕਰਤੀ ਉਹਨਾਂ ਨੇ ਬਹੁਤੀ ਇਹ ਆਮ ਬੰਦੇ ਵਾਸਤੇ ਉੱਤੋਂ ਮੈਂ ਤਾਂ ਪੀਜੀ ਵੀ ਰਹੀ ਸੀ ਮੇਰੀ ਤਾਂ ਗੱਡੀ ਉਹਨਾਂ ਨੇ ਵੈਸੇ ਵੀ ਨਹੀਂ ਬੰਦ ਕਰਨੀ ਸੀ ਕਿ ਉੱਤੇ ਮੈਂ ਉੱਥੇ ਅਸੀਂ ਖੜ੍ਹੀ ਰੱਖਿਆ ਅੱਧਾ ਘੰਟਾ 15-20 ਮਿੰਟ ਤਿੰਨ ਵਜੇ ਮੈਂ ਤਸਵਾਂ ਤਿੰਨ ਵਜੇ ਚੱਲ ਕੇ ਆਪਾਂ ਦਫ਼ਤਰ ਚੋਂ ਤਾਂ ਰਾਤ ਸਵੇਰੇ ਤੇ ਉੱਥੋਂ ਫਿਰ ਮੈਂ ਕਿਹਾ ਕੰਨੜਸਾ ਹੁਣ ਗੱਡੀ ਘੱਡ ਸਿੱਧੀ ਸ਼ੂਟ ਮਾਰ ਕੇ ਅੰਦਰ ਮਾਰ ਜੁਨੀਵਰਸਿਟੀ ਦੇ ਅਤਰੇ ਤਾਂ ਤੁਹਾਨੂੰ ਹੁੰਦੇ ਨੇ ਪਰ ਉਦੋਂ ਗੇਟ ਖੁੱਲੇ ਹੁੰਦੇ ਸੀ ਰਸਤੇ 'ਚ ਕੋਈ ਰੋਕਣੀ ਸੀ ਤਾਂ ਉਹਨੇ ਅੰਦਰ ਮਾਰੀ ਫਿਰ ਅਸੀਂ ਵਾਈਸ ਚਾਂਸਰ ਦਾ ਲੱਭਿਆ ਉੱਥੇ ਗਏ ਉਹਨਾਂ ਨੇ ਗੇਟ ਨਹੀਂ ਖੋਲਿਆ ਨੇੜੇ ਵੈਸਾਂ ਸੋਚੇ ਬੈਠੇ ਲੇਖੇ ਸੀ ਅੱਧਾ ਘੰਟਾ ਸਾਨੂੰ ਗੇਟ ਨਹੀਂ ਖੁੱਲਿਆ 10 ਦੇ ਸੀ ਅੰਦਰ ਗਿਆ ਅੰਦਰ ਗਏ ਪੇਪਰ ਦੇਖ ਰਹੇ ਨੇ ਉਹਦੇ ਕੁਝ ਬੋਲਦੇ ਨੇ ਕਦੇ ਕੁਝ ਬੋਲਦੇ ਚਲੋ ਮੈਂ ਡਿਟੇਲ ਚ ਜਾਵਾਂਗੇ ਆਇਆ ਫਰਾਉਣਾ ਇਹ ਹੈ ਉਹ ਹੈ ਆਏ ਕਿਵੇਂ ਹੋ ਜੂ ਹੁਣ ਕਿਵੇਂ ਪੜਾਵਾਂਗੇ ਮਾਜੀ ਪੜਾਉਣ ਨੂੰ ਕੀ ਹੈ ਮੈਂ ਐਕਸਪਰਟ ਕਿਥੋਂ ਮਾਜੀ ਐਕਸਪਰਟ ਨਹੀਂ ਕਿ ਲੋੜ ਤਾਂ ਅੰਗਰੇਜ਼ੀ ਮਿਲੋਣੀ ਹੈ ਇਹ ਤਾਂ ਹਰੇਕ ਨੂੰ ਲੜੂਗਾ ਕਿ ਜਦੋਂ ਮੈਂ ਕਹੀ ਗਿਆ ਮੈਨੂੰ ਕਹਿੰਦੇ ਤੂੰ ਬੋਲਦਾ ਪੜਦਾ। ਮੈਨੂੰ ਤਾਂ ਕਾਗਜ਼ ਫੜਿਆ ਜਿਹੜਾ ਮੈਨੂੰ ਡੀਸੀ ਨੇ ਭੇਜਿਆ ਸੀ। ਮੌਤ ਤੇ ਲਿਖਤਾ ਵੀ ਇਹ ਇਨਫਰਮੇਸ਼ਨਸ ਮੈਂ ਤਾਂ ਮੰਗੀ ਆ ਪੁਲਿਸ ਨੇ। ਇਹ ਤੇ ਰਿਕਾਰਡ ਹੈ। ਅੱਧੇ ਘੰਟੇ ਚ ਮੈਨੂੰ ਦੇ ਸੂਚਨਾ ਤਾਂ ਕਿ ਮੈਂ ਅੱਗੇ ਦੇ ਸਕਾਂ। ਦਸ ਕੇ ਤੁਹਾਰੇ ਅੱਗੇ ਉਹਦਾ ਨਾਮ ਲਿਖਿਆ ਇੱਕ ਤਰੀਕਾ ਹੁੰਦਾ ਦਫ਼ਤਰ ਚ। ਦਫ਼ਤਰੀ ਚ। ਉਹਦਾ ਨਾਮ ਲਿਖ ਕੇ ਉਹਦੇ ਅੱਗੇ ਆਇਆ ਸੋਟਦਾ ਮੈਂ ਵੀ ਜੇ ਉਹ ਮੈਨੂੰ ਜਿੱਥੇ ਮੇਰੀ ਕੋਈ ਬੇਸਤੀ ਕਰੇਗਾ ਮੈਂ ਬਰਾਂਬਰ ਤੇ ਕਰ ਦੇਣਾ ਬਸ ਉਹ ਨਿਉਂਦੇ ਉਹ ਦੀ ਇਤਿਆਂ ਦੇ 31 ਪਾਉਣ ਦੀ ਹੱਤ ਹੈ ਮੇਰੀ ਜੋ ਮਰਜ਼ੀ ਹੋ ਜੇ ਦੇਖੀ ਜੋ ਫਿਰ ਜੋ ਖੋੜਿਆ ਖੋੜਿਆ ਜਪੇ ਪਜੀਖ ਹੋਇਆ ਈ ਸੀਰੀਜ਼ ਦਾ ਉਹ ਮੈਨਾਂ ਕਦੇ ਕੋਈ ਕਰਦਾ ਮੈਂ ਕਿਹਾ ਯਾਰ ਤੂੰ ਜਿਹੜਾ ਸਹੀ ਤੁਸੀਂ ਲੀਕ ਕਰਿਓ ਉਹ ਦਿਖਾ ਦਿਓ ਫਿਰ ਉਹਨੇ ਖੋੜਿਆ ਉਹ ਈ ਸੀਰੀਜ਼ 200 ਦਾ 200 ਸਵਾਲ ਲੀਕ ਜਿਹੜਾ ਡੀਸੀ ਨਾ ਪੇਪਰ ਤੇ ਜਾ ਉਹਦੇ 200 ਸਵਾਲਾਂ ਦੇ ਉੱਤੇ ਆਨਸਰ ਲੱਗੇ ਹੋਏ ਚੱਕਰ ਲੱਗੇ ਹੋਏ ਜਵਾਬ ਦੇ ਉਹ ਬੱਚੇ ਫਸਟ ਹੀ ਆਉਣਗੇ ਨਾ 200 ਉਹਨਾਂ ਤੋਂ 200 ਸਵਾਲ ਵੀ ਪਤਾ ਲੱਗਾ ਜਵਾਬ ਵੀ ਪਤਾ ਲੱਗਿਆ ਉਦੋਂ ਮੈਂ ਬੁੱਧੂ ਬੁੱਧਾ ਹੋਏ ਗੋੜੇ ਹੋਣਾ ਬਿੱਤਾ ਆਕੇ ਜੀ ਫਿਰ ਉਹ ਬੜੇ ਉਹਨਾਂ ਦੇ ਸਿਰ ਤੇ ਘਰੇ ਪਾਣੀ ਦੇ ਉਦੋਂ ਤੱਕ ਮੈਂ ਕਿਸੇ ਨੂੰ ਨਹੀਂ ਜਾਣਦਾ ਸੀ ਵੀ ਇਹਨਾਂ ਦੀ ਕੁਆਲਿਫਿਕੇਸ਼ਨ ਜਦੋਂ ਉੱਥੇ ਆ ਕੇ ਬੈਠੇ ਜਿਹੜਾ ਵਾਈਸ ਚਾਂਸਲ ਮੈਨੂੰ ਕਹਿੰਦਾ ਸੀ ਹੁਣ ਮੈਂ ਐਕਸਪਰਟ ਕਿੱਥੋਂ ਬੁਲਾਉਂਗਾ ਸੰਸਦ ਤੁਸੀਂ ਮੰਨੋਗੇ ਵਾਈਸ ਚਾਂਸਲ ਖੋਲ ਦੋ ਫਿਜ਼ਿਕਸਾ ਜਿਹੜਾ ਪੇਪਰ ਦਾ ਇੰਚਾਰਜ ਬਣਾ ਉਹ ਫਿਜ਼ਿਕਸਾ ਹੈਡ ਜਿਹੜਾ ਰਜਿਸਟਰ ਉੱਥੇ ਬੈਠਾ ਵਾਰੀ ਉਹ ਕੈਮਿਸਟਰੀ ਦਾ ਜਿਹੜਾ ਉੱਥੇ ਇੱਕ ਡਾਕਟਰ ਦੂਆ ਸਾਹਿਬ ਬੈਠੇ ਉਹ ਬਾਇਓਲੋਜੀ ਦੇ ਬੋਟਨੀ ਜਾਂ ਇਕੋਲੋਜੀ ਦੀ ਮਾਈ ਗਾਡ ਇਹਨੇ ਵਿੱਚ ਕਿ ਵਾਈਸ ਚਾਂਸ ਕਹ ਰਿਹਾ ਮੈਂ ਐਕਸਪਰਟ ਕਿੱਥੋਂ ਬਣਾਉਂ ਤੈਨੂੰ ਹੁਣ ਤੁਸੀਂ ਕੀ ਕਹੋ ਇਹ ਸਵਾਲ ਦਾ ਜਵਾਬ ਕੋਈ ਦੇ ਦੇ ਮੈਨੂੰ ਵੀ ਇਹਦਾ ਮਤਲਬ ਕੀ ਹੈ ਹਾਲ ਕਾਲੀ ਅਜ ਪੁਰਾਣੀ ਐਡਮਿਨਿਸਟ੍ਰੇਸ਼ਨ ਦੀ ਚਿੱਠੀ ਆ ਗਈ ਤੁਸੀਂ ਉਹ ਚਿੱਠੀ ਦੇਖ ਕੇ ਦੱਸਣਾ ਹੈ ਤੁਸੀਂ ਦੱਸਣ ਤੋਂ ਆਨਾਂ ਕਾ ਨਹੀਂ ਕਰ ਰਹੇ ਹੋ ਜੇ ਆਨਾਂ ਕਾ ਨਹੀਂ ਕਰਦੇ ਹੋ ਕਿ ਜੇ ਮਤਲਬ ਤਾਂ ਤੁਸੀਂ ਹਿੰਮਤ ਨਹੀਂ ਕਰਨੀ ਹੈ ਮੈਨੂੰ ਉਹ ਡਿਸੀਜਨ ਕਿ ਮੈਂ ਕਹਣਾ ਕੋਈ ਗੱਲ ਨਹੀਂ ਕਿ ਹੁਣੀ ਪੇਪਰ ਖੋਲ ਕੇ ਦਿਖਾ ਦਿੰਨੇ ਆ ਪਰ ਮੈਂ ਸਵੇਰੇ ਪੇਪਰ ਦੇਣਾ ਨਹੀਂ ਕਿਉਂਕਿ ਜੇ ਨਾ ਲੀਖ ਹੋਇਆ ਹੋਇਆ ਤੁਸੀਂ ਦੇਖ ਲੈ ਤੁਸੀਂ ਵੀ ਕਰੋਗੇ ਮੈਂ ਇਹ ਕਹਿੰਦੀ ਹਿੰਮਤ ਰੱਖਣਾ ਵੀ ਦੇਖੋ ਤੁਸੀਂ ਮੈਨੂੰ ਕੋਈ ਇਤਰਾਜ਼ ਨਹੀਂ ਜਮਨੇ ਵਾਲੀ ਤੁਹਾਡੀ ਕੋਈ ਗੱਲ ਨਹੀਂ ਕਿ ਦੋਗੇ ਜੇ ਤਾਂ ਇਹ ਜਿਹੜਾ ਤੁਸੀਂ ਕਹਿੰਦੇ ਹੋ ਇਹ ਈਕ ਹੋਇਆ ਤੁਹਾਡੇ ਹੱਥ ਚਾ ਜੇ ਤਾਂ ਇਹੀ ਹੋਇਆ ਫਿਰ ਤੇ ਮੇਰੀ ਜ਼ਿੰਮੇਵਾਰੀ ਹੈ ਪਰ ਜੇ ਤੁਹਾਡੇ ਆਲਾ ਹੋਇਆ ਨਾ ਤੁਹਾਡੇ ਕੋਲ ਕੋਈ ਐਵੇਂ ਕਿਸੇ ਨੇ ਪਤਾ ਮੇਰੇ ਨਾਲ ਲੀਕ ਨਾ ਹੋਇਆ ਹੋਇਆ ਫਿਰ ਮੈਂ ਇਹ ਪੇਪਰ ਤਾਂ ਦੇਣਾ ਨਹੀਂ ਸਵੇਰੇ ਪੋਸਟਪੋਨ ਕਰੂੰ ਪਰ ਜ਼ਿੰਮੇਵਾਰੀ ਤੁਹਾਡੀ ਹੋਊਗੀ ਆ ਪਬਲੀਕਲੀ ਕਹੂੰਗਾ ਵੀ ਇਹਨਾਂ ਨੇ ਖੜਾਇਆ ਆ ਤੁਸੀਂ ਲੈ ਲਓ ਰਿਸਕ ਮੈਨੂੰ ਕੋਈ ਇਤਰਾਜੀ ਮੈਂ ਇਹ ਕਿਉਂ ਕਹੂੰ ਨਹੀਂ ਜੀ ਮੈਂ ਤਾਂ ਸਵੇਰੇ ਪੇਪਰ ਦੇਣਾ ਹੈ ਫਿਰ ਤੁਸੀਂ ਨਾ ਕਿਤੇ ਲੀਕ ਕਰ ਦੋ ਆਫਟਰ ਕਿ ਜੁਮੇਵਾਰ ਵਾਂ ਕਿਨੇ ਮੈਂ ਨਾ ਤੇ ਆਇਆ ਬੰਦਨ ਕਿ ਮੈਂ ਲਾਉਂਗਾ ਨਾਮ ਇਹਨੂੰ ਲਾਉਣਾ ਚਾਹੀਦਾ ਮੈਂ ਕਿੱਥੋਂ ਦੁੱਧੋਂ ਤੋ ਤਾ ਗਿਆ ਜੇ ਉਹਨਾਂ ਨੂੰ ਮੈਂ ਬੇਈਮਾਨ ਕਹਿਣਾ ਇੱਕ ਡਿਪਟੀ ਕਮਿਸ਼ਨਰ ਨੂੰ ਇੱਕ ਐਸਐਸਪੀ ਨੂੰ ਮੈਂ ਬੇਈਮਾਨ ਕਹਿਣਾ ਤੇ ਫਿਰ ਮੈਂ ਇਮਾਨਦਾਰ ਕਿੱਥੋਂ ਆ ਗਿਆ ਮੇਰਾ ਫਰਜ਼ ਇਹ ਬੰਦ ਹੈ ਕਿ ਦੇਖੋ ਜੀ ਇਹ ਮੇਰੀ ਜ਼ਿੰਮੇਵਾਰੀ ਹੈ ਜੇ ਤੁਸੀਂ ਦੇਖ ਲਓਗੇ ਪੇਪਰ ਮੈਂ ਨਹੀਂ ਵਿਸ਼ਵਾਸ ਕਰਦਾ ਫਿਰ ਜੇ ਈਕ ਹੋ ਗਿਆ ਨਾ ਫਿਰ ਮੈਂ ਤਾਂ ਸਮਝ ਤੋਸੀਂ ਨਹੀਂ ਕਰੇ ਕਿ ਦੇਖਿਆ ਤੁਸੀਂ ਨਹੀਂ ਤਾਂ ਕਿਵੇਂ ਦੇਖਣੀ ਫਿਰ ਇਸ ਕਰਕੇ ਜਦ ਤੱਕ ਤੁਸੀਂ ਉਹ ਪੇਪਰ ਲੀਕ ਹੋਇਆ ਚਲੋ ਅਸੀਂ ਉਹਨਾਂ ਨੇ ਕਹਿਤਾ ਜੀ ਤਾਂ ਸਾਰਾ 200 ਦਾ 200 ਸਵਾਦੀ ਕੋਇਆ ਮੈਨੂੰ ਤਾਂ ਪ੍ਰਿੰਟ ਹੋ ਕੇ ਵੀ ਕੋਇਆ ਉਹ ਮੇਰੇ ਪਹਿਲਾਂ ਹੱਥੋਂ ਵੀ ਕੋਈ ਨਹੀਂ ਲੜ ਰੋਲਣ ਆਪੋ ਫਿਰ ਜੀ ਵਾਈਸ ਚਾਂਸਲਰ ਨੂੰ ਕਿਹਾ ਕਿ ਵੀ ਆਪਾਂ ਨਾ ਐ ਕਰਦੇ ਹਾਂ ਹੁਣ ਤੁਸੀਂ ਕੋਈ ਪੈਰਲ ਪੇਪਰ ਰੱਖਿਆ ਕਹਿੰਦੇ ਨਹੀਂ ਆਸੀ ਪੈਰਲ ਰੱਖਿਆ ਹੋਇਆ ਤੇ ਅਸੀਂ ਪੈਰਲ ਪੇਪਰ ਦਵਾਂਗੇ ਤੁਸੀਂ ਧਿਆਨ ਇਹ ਦਿਓ ਪ੍ਰੈਸ ਨੂੰ ਵੀ ਸਾਡੀ ਯੂਨੀਵਰਸਿਟੀ ਬੜੀ ਸਿੱਕੇਬੰਦ ਹੈ ਇਹਦਾ ਕਦੇ ਪੇਪਰ ਲੀਖ ਨਹੀਂ ਹੋਇਆ ਕਿਸ ਕਰਕੇ ਅਸੀਂ ਕਦੇ ਪੇਪਰ ਵੀ ਨਹੀਂ ਬਣਾਉਂਦੇ ਪਰ ਐਸੀ ਬੀਕ ਹੋ ਗਿਆ ਪਰ ਇਹ ਪੇਪਰ ਬਾਬਾ ਫਰੀਦ ਕਰਾ ਰਹੀ ਸੀ ਉਹਦਾ ਇੱਕ ਪੇਪਰ ਹੈ ਅਸੀਂ ਤਾਂ ਕਰਾਈ ਰਹੇ ਸੀ ਤੇ ਉਹ ਡਰੇ ਹੋਏ ਬਹੁਤ ਸੀ ਕਿਉਂਕਿ ਉਹਨਾਂ ਦਾ ਹੱਥ ਸਾਡੀ ਖੁੰਦਾ ਸੀ ਉਹਨਾਂ ਨੇ ਇੱਕ ਹੋਰ ਬਣਾ ਕੇ ਰੱਖਿਆ ਹੋਰ ਬਣਾਇਆ ਉਹ ਸਾਨੂੰ ਦੱਸਿਆ ਇਹਨਾਂ ਨੇ ਵੀ ਅਸੀਂ ਰਾਤੋ ਰਾਤ ਸਾਰਾ ਕਰ ਲਿਆ ਪ੍ਰਬੰਧ ਤੇ ਤੁਹਾਨੂੰ ਅਸੀਂ ਪੇਪਰ ਦੇ ਦਿੰਨੇ ਸਵੇਰ ਨੂੰ ਤੇ ਅਸੀਂ ਹੁਣ ਉਹ ਪੇਪਰ ਕਰਾਉਣਾ ਬਚਾਲ ਕਹਣਾ ਮੈਂ ਤਾਂ ਝੂਠ ਨਹੀਂ ਬੋਲਣਾ ਇਹ ਤਾਂ ਮਤਲਬ ਕੀ ਹੈ ਅਡਿਕਾ ਲਾਉਣਾ ਸੀ ਨਾ ਇਹ ਤਾਂ ਮਤਲਬ ਇਹ ਸੀ ਲੋਕਾਂ ਨੂੰ ਵੇਕੂ ਬਣਾਉਣਾ ਸੀ ਨਾ ਮੇਰਾ ਵੈਸ਼ਨ ਲੱਗੇ ਵੀ ਕੀ ਕਰੀ ਹੁਣ ਮੈਂ ਜੀ ਕੈਪਟਨ ਸਾਹਿਬ ਨੂੰ ਫੋਨ ਮਾਰੋ ਕੈਪਟਨ ਸਾਹਿਬ ਨੂੰ ਫੋਨ ਕਰਿਆ ਕੈਪਟਨ ਸਾਹਿਬ ਜਗਨੰਦਰ ਸਿੰਘ ਉਧਰੋਂ ਫੋਨ ਆਇਆ ਉਹਨਾਂ ਦੇ ਬੰਦੇ ਦਾ ਕਿ ਜੀ ਉਹ ਬਾਥਰੂਮ ਚ ਨੇ ਥੋੜੀ ਦੇਰ ਨੂੰ ਜਦਾ ਆਗੇ ਉਹ ਨਹੀਂ ਕਰ ਪੰਜ ਕਿ ਮਿੰਟ 10 ਮਿੰਟ ਬਾਅਦ ਫੋਨ ਆ ਗਿਆ ਉਹਨਾਂ ਦਾ ਬਾਈ ਚਾਂਸਨ ਸੋਨਾ ਮੈਨੂੰ ਫੜਾ ਤਾ ਤੋ ਉਹਨਾਂ ਨੇ ਪੁੱਛਿਆ ਫੋਟਾ ਪੇਪਰ ਤਾਂ ਨਹੀਂ ਖੋਇਆ ਨਹੀਂ ਜੀ ਕਿ ਤੁਮ ਨੂੰ ਆਇਆ ਮੈਂ ਜੀ ਇਹਨਾਂ ਦਾ ਸਾਨੂੰ ਨਹੀਂ ਪਤਾ ਸਾਡਾ ਇਹਨਾਂ ਨੂੰ ਨਹੀਂ ਪਤਾ ਤੇ ਤੁਹਾਡੀ ਸਟੋਰੀ ਪ੍ਰਿੰਟ ਮੈਂ ਜੀ ਇਹਨਾਂ ਦਾ ਸਾਨੂੰ ਨਹੀਂ ਪਤਾ ਸਾਡਾ ਇਹਨਾਂ ਨੂੰ ਨਹੀਂ ਪਤਾ ਸਟੋਰੇਜ ਮੈਂ ਜੀ ਇਹਨਾਂ ਦੀ ਸਾਨੂੰ ਪਤਾ ਲੱਗਿਆ ਸਾਡੀ ਇਹਨਾਂ ਨੂੰ ਹੁਣ ਵੀ ਨਹੀਂ ਪਤਾ ਤੁਹਾਡਾ ਐ ਚੰਡੀਗੜ੍ਹ ਚ ਮੈਂ ਆ ਗਿਆ ਨਹੀਂ ਦਿਖਣਾ ਮੈਨੂੰ ਗੋ ਹੈਡ ਵਿਦ ਫੁੱਲ ਗਸੋ ਮੈਂ ਕਹਿੰਦਾ ਮੈਂ ਇੰਨਾ ਇੰਪ੍ਰੈਸ ਹੋਇਆ ਬਿਹਾ ਯਾਰ ਐ ਨਹੀਂ ਦੇ ਨੇ ਫੈਸਲੇ ਤਾਂ ਸੀਐਮ ਨੇ ਉਹ ਆਫਟਰ ਪੰਜਾਬ ਦੇ ਪੀਵੀ ਤੇ ਸਾਰਾ ਕੁਝ ਆਇਆ ਪਿਆ ਵੀ ਆਏ ਪੇਪਰ ਲੀਕ ਹੋ ਗਿਆ ਫਲਾਣਾ ਹੋ ਗਿਆ ਪਰ ਸੀਐਮ ਇੱਕ ਮੈਨੂੰ ਜਾਣਦਾ ਨਹੀਂ ਉਸ ਤਰੀਕੇ ਨਾਲ ਇਹ ਮੰਨ ਕੇ ਵੀ ਹਾਂ ਰਜਿਸਟਰ ਬੋਲ ਰਿਹਾ ਠੀਕ ਹੈ ਰੋਹਨ ਇਹ ਸੌਖਾ ਕੰਮ ਨਹੀਂ ਹੁੰਦਾ ਸੰਧ ਸਾਹਿਬ ਇਹ ਬੜਾ ਵੱਡਾ ਫੈਸਲਾ ਸੀਐਮ ਨੇ ਜਦੋਂ ਉਸੇ ਕਪੂਰਸ ਦੇ ਹੈਲੀਪੈਡ ਤੇ ਪੁੱਛਿਆ ਉਹਨਾਂ ਨੂੰ ਵੀ ਤੁਹਾਡੀ ਯੂਨੀਵਰਸਿਟੀ ਦਾ ਪੇਪਰ ਲੀਕ ਹੋ ਗਿਆ ਕਹਿੰਦੇ ਮੇਰੀ ਯੂਨੀਵਰਸਿਟੀ ਤੋਂ ਨਹੀਂ ਲੀਕ ਹੋਇਆ ਉਹ ਤਾਂ ਪੰਜਾਬ ਯੂਨੀਵਰਸਿਟੀ ਨੇ ਲੀਕ ਕਰਿਆ ਮੇਰੀ ਯੂਨੀਵਰਸਿਟੀ ਨੇ ਇੱਜ਼ਤ ਬਚਾਈ ਹੈ ਫਲਾਣਾ ਪੇਪਰ ਦੇ ਰਹੇ ਨਹੀਂ ਕੀ ਹੁੰਦੀ ਹੈ ਤਾਕਤ ਇਹ ਹੁੰਦ ਨੇ ਫੈਸਲੇ ਹੁਣ ਜੇ ਮੈਂ ਸੀਐਮ ਸਾਹਿਬ ਨੂੰ ਇਨਫੋਰਮੇਸ਼ਨ ਹੀ ਠੀਕ ਨਹੀਂ ਦਿੰਦਾ ਪੇਪਰ ਤਾਂ ਮੈਂ ਖੁਦ ਅੰਦਰੋਂ ਮੈਂ ਵੀ ਲੀਕ ਕਰਿਆ ਹੋਵੇ ਫਿਰ ਖਾਤੇ ਤਾਂ ਸੀਐਮ ਸਾਹਿਬ ਦੀ ਪੈਣੀ ਆ ਗੱਲ ਵੀ ਉਹਨਾਂ ਨੇ ਕਹਿਤਾ ਇੰਨੀ ਤਾਂ ਮੇਰੀ ਹੋਣੀ ਚਾਹੀਦੀ ਨਾ ਵੀ ਨਾ ਮੈਂ ਉੱਪਰ ਗਲਤ ਸੂਚਨਾ ਨਹੀਂ ਦੇ ਗਿਆ ਮਰਜੀ ਹੋ ਜੇ ਇੰਨਾ ਨਹੀਂ ਫਿਰ ਕੁਰਸੀ ਤੇ ਕਿਉਂ ਬੈਠੇ ਹੋ ਉਹ ਵੇਰੇ ਨਾਲ ਜੀ ਪੇਪਰ ਲੀਕ ਦੇ ਚ 100 ਗੱਲਾਂ ਤੜੀਆਂ ਵੀਡੀਓਗ੍ਰਾਫੀ ਦਾ ਨਾ ਸਾਨੂੰ ਦਿੱਤੀ ਅਸੀਂ ਮੰਗੀ ਵੀ ਵੀਡੀਓਗ੍ਰਾਫੀ ਦੇ ਤੋ ਮਤਲਬ ਨਿਲੇ ਹੋਣ ਦੇ ਭੁਗਤ ਦੇ ਪੱਕੇ ਸਬੂਤ ਇਹ ਸਾਡੀਆਂ ਚਿੱਠੀਆਂ ਤੇ ਉਹ ਵੀਡੀਓਗ੍ਰਾਫੀ ਸਾਨੂੰ ਦਿੱਤੀ ਨਹੀਂ ਕਿ ਅਸੀਂ ਚੈੱਕ ਕਰ ਲਈਏ ਕਿਤੇ ਦੂਜੇ ਤਾਂ ਨਾ ਬਿਠਾਏ ਹੋਣ ਨਹੀਂ ਦਿੱਤੀ ਵੀਡੀਓਗ੍ਰਾਫੀ ਪੈਸਾ ਸਾਡਾ ਲੱਗ ਗਿਆ ਤੁਹਾਡੀ ਗੋਸੀ ਸੋ ਇਥੋਂ ਪਤਾ ਲੱਗਦਾ ਹੈ ਵੀ ਕਦੇ ਕਹਿਣਾ ਅਸੀਂ ਇਹ ਨਹੀਂ ਕਰਨਾ ਕਦੇ ਕਹਿਣਾ ਉਹ ਨਹੀਂ ਕਰਨਾ ਕਦੇ ਕਹਿਣ ਦੀ ਕੋਣ ਅਸੀਂ ਪੈਸੇ ਨਹੀਂ ਦੇਣੇ ਹੈ ਤੇ ਪੈਸੇ ਦੋ ਸਾਨੂੰ ਕਹਿੰਦੇ 20 ਲੱਖ ਰੁਪਇਆ ਰਹਿੰਦਾ ਸੀ ਤੇ ਤਾਂ ਅਸੀਂ ਰਿਜ਼ਲਟ ਦੇਾਂਗੇ ਮੈਂ ਕਿਹਾ ਨਾ ਦੇ ਬੰਨੂ ਕਿਨੇ ਕਹਿ ਰਹੇ ਦੋਟ ਦੇ ਸਬੂਤ ਕੀ ਸੀ ਉਹਦੇ ਚ ਵਿੱਚ ਦੀ ਇੱਕ ਆਨਸਰ ਕੀ ਜਾਣ ਕੇ ਜਵਾਬ ਕਿਹੜੇ ਠੀਕ ਨੇ ਮੈਨੂੰ ਰਾਤ ਨੂੰ ਹੀ ਕਹਿਣ ਲੱਗੇ ਜੀ ਪੇਪਰ ਸਕੈਨ ਹੋ ਰਹੇ ਹਨ ਕਹਿੰਦੇ ਕਿ ਉਹ ਆਨਸਰ ਕੀ ਦਿਓ ਮੈਂ ਕਿਹਾ ਅੰਤਰਕੀ ਕੀ ਕਰਨੀ ਹੈ ਤੁਸੀਂ ਉਹ ਜੀ ਸਾਡੇ ਪ੍ਰੋਗਰਾਮਰ ਨੇ ਪ੍ਰੋਗਰਾਮ ਬਣਾਉਣਾ ਹੈ ਉਹ ਮੈਂ ਕਿਹਾ ਉਹ ਤਾਂ ਅੰਤਰਕੀ ਦੇ ਵਿੱਚ ਦੇਖ ਕੇ ਇਹ ਲਿਖ ਦੂਗਾ ਵੀ ਆਹ ਬੱਚੇ ਦੇ ਆ ਜਵਾਬ ਹਨ ਜੀ ਪ੍ਰੋਗਰਾਮ ਹੀ ਬਣਾਉਣਾ ਹੈ ਨਾ ਤਾਂ ਕਿਵੇਂ ਪੜਨੇ ਨੇ ਉਹ ਜਿਹੜੇ ਬੱਚਿਆਂ ਨਾਲ ਤੁਸੀਂ ਸੌਦਾ ਹੋਊ ਮੈਂ ਸਿੱਧਾ ਮੈਂ ਤਾੜੀਆਂ ਵਾੜਨਾ ਮਾਮਲੇ 'ਚ ਆਨਸਰ ਕੀ ਕੀ ਕਰਨੀ ਉਹਨੇ ਨੇ ਇਹੋ ਉਹ ਤੋਂ ਸਿੰਦਾਰਾਜ ਕਰਦੇ ਨੇ ਸਾਡੇ ਉਸ ਨੂੰ ਸਾਡਾ ਪ੍ਰੋਗਰਾਮਰ ਮੈਂ ਕਿਹਾ ਤੁਹਾਡੇ ਵਾਸਤੇ ਹੂ ਪ੍ਰੋਗਰਾਮਰ ਆ ਚੂਹੇ ਨੂੰ ਥਾਗੀ ਹਲਦੀ ਦੀ ਗੱਠੀ ਕਹਿੰਦਾ ਮੈਂ ਪੰਚਾਰੀ ਬਣ ਗਿਆ ਪ੍ਰੋਗਰਾਮ ਬਣ ਗਿਆ ਕੀ ਕੋ ਤੇ ਰੱਬਾ ਬਣ ਗਿਆ ਉਹ ਬੁਲਾਓ ਮੇਰੇ ਕੋਲ ਬੁਲਾਇਆ ਮਾਹਾ ਕਾਕਾ ਦੱਸ ਦੇ ਨੂੰ ਆਨਸਰ ਕੀ ਕਿਉਂ ਚਾਹੀਦੀ ਹੈ ਉਹ ਨਹੀਂ ਜੀ ਨਹੀਂ ਮੈਂ ਉਹ ਫਿਰ ਰੋਟੇਸ਼ਨ ਦੇਖਣੀ ਆ ਸੀ ਨਾ ਜਿਵੇਂ ਪਹਿਲਾ ਸਵਾਲ 11ਵਾਂ ਅੱਗੇ 21ਵਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਰੈਂਡਮ ਉਹ ਸਵਾਲ ਚੇਂਜ ਹੁੰਦੇ ਨੇ ਸੀਰੀਜ਼ 'ਚ ਕਿ ਮੈਂ ਉਸ ਵਕਤ ਹੋਰ ਤਰ੍ਹਾਂ ਚੇਂਜ ਕਰਿਆ ਹੋਇਆ ਸੀ ਜਿਹੜਾ ਜਮਾਈ ਨਹੀਂ ਕਿਸੇ ਨੂੰ ਪਤਾ ਮੈਂ ਚੇਂਜ ਕਿਉਂਕਿ ਜਿਹੜਾ ਸੈਟਅਪ ਹੈ ਨਾ ਉਹਨੂੰ ਬਦਲਣਾ ਪੈਂਦਾ ਤੁਹਾਨੂੰ ਤੇ ਮੈਂ ਖਾ ਟੂ ਕੈ ਰੋਟੇਸ਼ਨ ਆ ਲੈ ਰਿਹਾ ਰਿਟਿਨਾ ਹੈ ਉਹ ਰੋਟੇਸ਼ਨ ਨੂੰ ਜਵਾਬ ਤਾਂ ਮਿਲਦਾ ਨਹੀਂ ਉਹਨਾਂ ਦਾ ਇਹ ਵੀ ਜਿਹੜਾ ਐਸ ਏ ਸੀਰੀ ਚ ਪਹਿਲਾ ਸਵਾਲ ਪੜਿਆ ਆ ਬੀ ਸੀਰੀ ਚੋ 25ਵਾਂ ਸਵਾਲ ਹੈ ਸੀ ਸੀਰੀ ਚੋ 45ਵਾਂ ਸਵਾਲ ਹੈ ਉੱਥੇ 45ਵਾਂ ਦਾ ਆ ਜਵਾਬ ਆਣਾ ਹੈ ਇਹ ਹੁੰਦਾ ਪ੍ਰੋਗਰਾਮ ਦਾ ਮਤਲਬ ਉਨੇ ਕੀ ਬਣਾਉ ਦਾ ਜਵਾਬ ਕੀ ਹੈ ਜਿਹੜਾ ਵੀ ਜਵਾਬ ਹੋ ਉਹ ਵਰਦੂ ਆ ਜਵਾਬ ਤਾਂ ਕੀ ਕੀ ਇਦਾਂ ਉਹਦੇ ਚ ਵੀ ਡਬਲ ਬਲਾਈਂਡ ਟੈਕਨੀਕ ਤਿੰਨ ਤਿੰਨ ਐਕਸਪਾਇਟਰ ਉਹ ਬਣਾਉਣੇ ਨੇ ਜਿਨ੍ਹਾਂ ਨੇ ਪੇਪਰ ਸੈੱਟ ਨਹੀਂ ਕਰਿਆ ਉਹਨਾਂ ਬਿਠਾ ਦੇਣਾ ਕਿਤਾਬਾਂ ਦੇ ਕਿ ਵੀ ਤੁਸੀਂ ਪਹਿਲਾਂ ਆਨਸਰ ਬਣਾਵਾਉਂਦੇ ਉਹ ਬਣਾਉਣਗੇ ਉਹਨਾਂ ਦੇ ਜਵਾਬ ਉਹ ਟਾਈਪ ਕਰਾਉਣਗੇ ਫਿਰ ਉਹਨਾਂ ਨਾਲ ਮਿਲਾਉਣਗੇ ਜਿਹੜੀ ਸਾਡੇ ਕੋਲ ਜਵਾਬ ਆਏ ਹੋਏ ਨੇ ਜਿਨ੍ਹਾਂ ਤੁਸੀਂ ਪੇਪਰ ਸੈੱਟ ਕਰਾਇਆ ਹੈ ਜੇ ਦੋਨੇ ਮਿਲਦੇ ਹੋਣਗੇ ਤਾਂ ਤਾਂ ਠੀਕ ਹੈ ਜਿੱਥੇ ਨਹੀਂ ਮਿਲਦੇ ਉਹਨਾਂ ਨੂੰ ਕਹੀਦਾ ਵੀ ਆ ਜਵਾਬ ਉਹਨਾਂ ਨੇ ਭੇਜਿਆ ਪਰ ਅਸੀਂ ਤੁਹਾਡਾ ਮੰਨਾਂਗੇ ਤਿੰਨਾਂ ਦਾ ਤੁਹਾਡਾ ਬੋਰਡ ਹੈ ਉਹ ਸਾਰੇ ਇਕੱਠੇ ਹੋ ਕੇ ਲੈ ਕੇ ਆਉਣਗੇ ਸਾਡੇ ਕੋਲੇ ਆਏ ਨਹੀਂ ਦੀ ਇੱਕ ਬੰਦਾ ਫੜ ਲਿਓ ਉਹਨਾਂ ਤੋਂ ਉਹ ਲਿਆ ਕੇ ਸਕੈਨਿੰਗ ਹਾਲ ਜਾਂ ਸਿੱਧੀ ਆਏ ਜਾਏਗੀ ਨਾਲ ਦੀ ਨਾਲ ਰਿਜ਼ਲਟ ਬਾਹਰ ਜੇ ਜਿਹੜਾ EVM ਤੇ ਮੈਂ ਕਹਿਣਾ ਮੇਰੇ ਇਸੇ ਕੱਲ ਤੋਂ ਤਰ੍ਹਾਂ ਦੀ ਤੁਸੀਂ ਲੋਕਾਂ ਨੂੰ ਆਇਆਂ ਠੀਕਰ ਕੋ ਵੀ ਆਪੇ ਆ ਗਈ ਦੇਖ ਲਓ ਹਨੂ ਕੀ ਤਰਾਂ ਦਾ ਤੁਸੀਂ ਇਹ ਨਹੀਂ ਰੌਲਾ ਪਵਾਇਆ ਨਹੀਂ ਕਿਉਂਕਿ ਤੁਸੀਂ ਹੀਰਾ ਨਹੀਂ ਕਰਨ ਦਾ ਤੁਹਾਨੂੰ ਆਏ ਹੁੰਦਾ ਵੀ ਤੁਹਾਡੇ ਮਨ ਦੇ ਉੱਤੇ ਤੁਹਾਨੂੰ ਇਹ ਮੰਨਉ ਤਿਆਰ ਨਹੀਂ ਤੁਸੀਂ ਵੀ ਜੇ ਗਲਤੀ ਹੋ ਜੇ ਅਸੀਂ ਮੰਨ ਲਾਂਗੇ ਵੀ ਹਾਂ ਗਲਤੀ ਹੋ ਗਈ ਜੇ ਤੁਸੀਂ ਜਾਣ ਬੁੱਝ ਕੇ ਕੁਝ ਨਹੀਂ ਕਰ ਰਹੇ ਤੁਸੀਂ ਲੋਕਾਂ ਨੂੰ ਸਪਸ਼ਟ ਕਿਉਂ ਨਹੀਂ ਦਿਖਾਉਗੇ ਤਾਂ ਤਾਂ ਮੈਂ ਕਹਿੰਨਾ ਵੀ ਇਹਦੇ ਵਿੱਚ ਅਸੀਂ ਇਹ ਕਰਿਆ ਉਹ ਰਿਜ਼ਲਟ ਨਿਕਲਿਆ ਉਸ ਤੋਂ ਬਾਅਦ ਵੀਡੀਓਗ੍ਰਾਫੀ ਐਮ ਪੂਰਾ ਮਜਾਰਾ ਐਸੇ ਖਿੱਚ ਕੇ ਰੱਖਿਆ ਸਾਰਾ ਫਿਰ 2008 ਦੇ ਵਿੱਚ ਮੈਂ ਉਹ ਮੇਰੇ ਕੋਲ ਟਾਈਮ ਹੋ ਗਿਆ ਪਰ ਉਹ ਦੂਜੀ ਫਿਰ ਕਦੇ ਬਾਅਦ ਚ ਕਰ ਲਾਂਗੇ ਨਹੀਂ ਤਾਂ ਫੋਨ ਕਰ ਦਿੰਦਾ ਬਾਚ ਕਰਾਂਗੇ ਤੋਂ ਦੋ ਦੋ ਟੈਸਟ ਕਰਨਾ ਪੈ ਰਿਹਾ ਕਿਉਂਕਿ ਉਹ ਵੀ ਇੱਕ ਆਪਣੇ ਆਪ ਚਿਕ ਹੋਇਆ ਕਿ ਜਿਹੜਾ ਹਰਿਆਣੇ ਨੇ ਪੋਸਟਪੋਨ ਕਰਿਆ ਹੋਰ ਕਰਿਆ ਇਹ ਮਾਫੀਆ ਪਹਿਲਾ ਮਾਫੀਆ ਕਿਵੇਂ ਤੋੜਿਆ ਪੇਪਰ ਵੀ ਕਾਲਾ ਅਗਲਾ ਮੈਂ ਇਸ ਗੱਲ ਦੇ ਉੱਤੇ ਦੱਸਾਂਗਾ ਤੁਹਾਨੂੰ ਕਿ ਪੇਪਰ ਸਾਰਾ ਕੁਝ ਜਿਹੜੇ ਬੰਦ ਕਰਤੇ ਰੂਪ ਹੋਲ ਉਸ ਤੋਂ ਬਾਅਦ ਦੂਜਾ ਬੰਦਾ ਦੂਜੇ ਜੀ ਸਾਹ ਤੇ ਬੈਠ ਕੇ ਪੇਪਰ ਦੇ ਨਾਲਾ ਮਾਫੀਆ ਕਿਵੇਂ ਚੁੰਦੇ ਬਹੁਤ ਸ਼ੁਕਰੀਆ ਭਾਪਾ ਸਤੁਸੇ ਵਕਤ ਦਿੱਤਾ ਬਟ ਇਹ ਮਾਫੀਏ ਨੂੰ ਕੱਲਾ ਨਕਲ ਮਾਰਨ ਰੋਕਣ ਦੀ ਗੱਲ ਨਹੀਂ ਕਰ ਰਿਹਾ ਮੈਂ ਕਹਿੰਦਾ ਜੇ ਸਰਕਾਰ ਨੇ ਉਹਨਾਂ ਦੀ ਇੱਛਾ ਹੋਵੇ ਤਾਂ ਫੈਸਲੇ ਇਸ ਤਰ੍ਹਾਂ ਲੈ ਜਾਂਦੇ ਨੇ ਔਰ ਇਸ ਤਰੀਕੇ ਨਾਲ ਹੀ ਸਿਰ ਤੇ ਕਫਨ ਬੰਨ੍ਹ ਕੇ ਹੀ ਤੁਰਨਾ ਪੈਂਦਾ ਤਦੇ ਫੈਸਲੇ ਲੈ ਜਾਂਦੇ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਣਾ ਔਰ ਪੰਜਾਬ ਦੇ ਹੱਕ ਵਿੱਚ ਫੈਸਲੇ ਕਰਨੇ ਆ ਤੇ ਮਾਫੀ ਨਾਲ ਤਾਂ ਦੋ ਹੱਥ ਕਰ ਰਹੇ ਹੀ ਪੈਣਗੇ ਮਾਫੀ ਨਾਲ ਸਮਝੌਤਾ ਕੀਤਾ ਤੇ ਚੌਂਕੀਦਾਰ ਤੇ ਚੋਰ ਰਲ ਗਏ ਤੇ ਕੋਈ ਮਤਲਬ ਤਾਂ ਕੁੱਤੇ ਨੇ ਭੌਂਕਣਾ ਹੀ ਨਹੀਂ ਹੈਗਾ ਫਿਰ ਤੇ ਗੱਲ ਸਮਝ ਆ ਗਈ ਮੈਂ ਦੇਖੋ ਮੈਂ ਕੈਪਟਨ ਸਾਹਿਬ ਦਾ ਬਹੁਤ ਕ੍ਰਿਟਿਕਾ ਇਸ ਹਾਊਸ ਦੇ ਵਿੱਚ ਪਰ ਮੈਂ ਉਦੋਂ ਦੇਖਿਆ ਉਹਨਾਂ ਨੇ ਚੀਫ ਸੈਕਟਰੀ ਸਾਹਿਬ ਦੀ ਸੈਕਟਰੀ ਸਾਹਿਬ ਦੀ ਸੈਕਟਰੀ ਦਰਬਾਰਾ ਸਿੰਘ ਗਰੂ ਸੀਗੇ ਜਿਹੜੇ ਅਕਾਦੀਦ ਚਲੇ ਗਏ ਸਾਰਿਆਂ ਨੇ ਮਤਲਬ ਇਹ ਤਾਂ ਪੱਕਾ ਸੀ ਉਹਨਾਂ ਦਾ ਸਾਡੇ ਦੇ ਵਿਸ਼ਵਾਸ ਹੀ ਸੀ ਪਰ ਫਿਰ ਵੀ ਉਹਨਾਂ ਨੇ ਆਪ ਦੇ ਹੱਥ ਪਰਾਂ ਰੱਖਣੇ ਨੇ ਪਰ ਐਡਮਿਨਿਸਟ੍ਰੇਸ਼ਨ ਤੌਰ ਤੇ ਸਾਨੂੰ ਜਿਹੜੀ ਵੀ ਮਦਦ ਦੀ ਲੋੜ ਸੀ ਉਹਨਾਂ ਕਾ ਸਭ ਤੁਹਾਨੂੰ ਹਾਜ਼ਰ ਹੋਈ ਕੋਈ ਚੱਕਰ ਨਹੀਂ ਕਿਉਂਕਿ ਮੈਂ ਪਿਆਰ لال ਕਰ ਖੱਲਾ ਕੁਝ ਨਹੀਂ ਕਰ ਸਕਦਾ ਬਿਲਕੁਲ ਇਹ ਹੈ ਇਹ ਫੈਸਲਾ ਕੈਪਟਨ ਸਾਹਿਬ ਦਾ ਵੀ ਦੇਖੋ ਪੇਪਰ ਨਹੀਂ ਖੁੰਦਾ ਵੇਚੀ ਬਤ ਹੁੰਦੀ ਬਸ ਉਹਨਾਂ ਦਾ ਇੰਨੇ ਕਹਿਣਾ ਹੋਰ ਉਹਨਾਂ ਨੇ ਕੀ ਕਹਿਣਾ ਵੀ ਉਹ ਗੋਲੀ ਥੋੜਾ ਮਰ ਜਣੀ ਹੁੰਦੀ ਆ ਅਸੀਂ ਫੈਸਲਾ ਕਰ ਲਿਆ ਕਿ ਚੰਗਾ ਹੁਣ ਡੀਕ ਨਹੀਂ ਹੋਣ ਦਿੰਦੇ ਜੋ ਮਰਜ਼ੀ ਹੋ ਜੇ ਇਹਦੇ ਉੱਤੇ ਉਹਨਾਂ ਨੇ ਤਾਂ ਸਾਨੂੰ ਸਮਰਥਨ ਦੇਣਾ ਵੀ ਤੁਹਾਨੂੰ ਪੁਲਿਸ ਦਾ ਆਈਡੀਆ ਪੇਜਨਿਆ ਤੁਸੀਂ ਬੰਦੇ ਨੂੰ ਕਹਿੰਦੇ ਹੋ ਅੰਦਰ ਕਰੋ ਪੈਸਾ ਫੜ ਕੇ ਕਰ ਦਿੰਦੇ ਆ ਦੇਖ ਲਓ ਅਸੀਂ ਕਰ ਦਿੰਦੇ ਆ ਉਹ ਜੀ ਪੰਜ ਤੇ ਨਹੀਂ ਖੋਣ ਦਿਆਂਗੇ ਸੋ ਉਹਨਾਂ ਨੇ ਸਾਨੂੰ ਪੂਰੀ ਤਰ੍ਹਾਂ ਕੋਆਪਰੇਟ ਕਰਿਆ ਮੈਂ ਇਹ ਨਹੀਂ ਕਹਿੰਦਾ ਜੇ ਸਰਕਾਰ ਆਪਰੇਟ ਨਾ ਕਰੇ ਫਿਰ ਇਕਦਮ ਕਰੀ ਕਿ ਕਰੂ ਪਰ ਜੇ ਅਧਿਕਾਰੀ ਕੋ ਗੂ ਹੋਵੇ ਉਹ ਸਰਕਾਰ ਨੂੰ ਦਿਨ ਦਾ ਹੀ ਸੂਝਣੇ ਗਲਤ ਨਹੀਂ ਜਾਂਦਾ ਹੁਣ ਕੈਪਟਨ ਸਾਹਿਬ ਨੇ ਤਾਂ ਆਪ ਆਪਰੇਸ਼ਨ ਨਹੀਂ ਨਾ ਕਰਨੇ ਆਪ ਪੇਪਰ ਨਹੀਂ ਨਾ ਬਣਾਉਣਾ ਜਾਂ ਚੰਨੀ ਸਾਹਿਬ ਨੇ ਨਹੀਂ ਬਣਾਉਣਾ ਜਾਂ ਬਾਦਲ ਸਾਹਿਬ ਨੇ ਨਹੀਂ ਬਣਾਉਣਾ ਮੇਰਾ ਤਜਰਬਾ ਇਹ ਹੋਇਆ ਮੈਂ ਇੱਕ ਗੱਲ ਕਹਿਣ ਨੂੰ ਤਿਆਰ ਆ ਜਿੰਨਾ ਮਰਜ਼ੀ ਕੋਈ ਕਿਸੇ ਨੂੰ ਕ੍ਰਿਟੀਸਾਈਜ਼ ਕਰੇ ਜੇ ਅਫਸਰ ਚੰਗੇ ਹੋਣ ਤਾਂ ਪੋਲਿਟਿਸ਼ੀਅਨ ਕਈ ਵਾਰ ਉਨੀ ਦਖਲੰਦਗੀ ਨਹੀਂ ਕਰਦੇ ਮੈਂ ਕਈ ਸੀਐਮ ਨਾਲ ਕੰਮ ਕਰਿਆ ਸੀਐਮ ਸਾਹਿਬ ਬਾਦਲ ਸਾਹਿਬ ਰਹੇ ਨੇ 2 ਸਾਲ ਮੈਂ ਯੂਨੀਵਰਸਿਟੀ ਚੋਂ ਉਹਦੋਂ ਵੀ ਰਿਹਾ 7 ਤੇ 8 ਚ ਤਾਂ ਬਦਲ ਸਾਬ ਸੀ ਕਿ ਮੈਂ ਤਾਂ 8 ਤੇ ਛੱਡਿਆ ਯੂਨੀਵਰਸਿਟੀ ਇੱਕ ਸਾਲ ਕੈਪਟਨ ਸਾਭ ਰਹੇ ਨੇ ਮਹਿਲਮ ਪੱਠੜ ਜੀ ਰਹੇ ਨੇ ਸਾਡੇ ਮੈਡੀਕਲ ਐਜੂਕੇਸ਼ਨ ਦੇ ਮਨਿਸਟਰ ਮੈਨੂੰ ਨਾ ਕਦੇ ਰਾਜ ਕਰਨ ਵਾਲੀ ਪਾਰਟੀ ਨੇ ਨਾ ਕਦੇ ਵਿਰੋਧੀ ਪਾਰਟੀ ਨੇ ਕੋਈ ਵੀ ਕੰਮ ਨਹੀਂ ਕਿਹਾ ਨਾ ਜਾਇਜ਼ ਕਦੀ ਵੀ ਇਹ ਕਦੇ ਕੰਧ ਫੋਣਾ ਪੈਂਦੀ ਕਿ ਤਾਂ ਕੰਮ ਨੂੰ ਕਦੇ ਜਾਇਜ਼ ਹੋ ਜਾਂਦੇ ਤਾਂ ਲੋਕਾਂ ਨੂੰ ਪੋਲਿਟਿਸ਼ੀਨ ਕੋਲ ਜਾਣ ਦੀ ਲੋੜ ਹੀ ਨਹੀਂ ਪੈਂਦੀ ਜੇ ਫੇਰ ਵੀ ਕੋਈ ਕਾਲੇ ਹੁੰਦੇ ਨੇ ਇੱਕ ਅੱਧੇ ਨੇ ਕਦੇ ਕਹਿ ਵੀ ਦਿੱਤਾ ਚਾਹੇ ਉਹ ਰੂਲਿੰਗ ਕਲਾਸ ਪਾਰਟੀ ਵਾਲੇ ਦਾ ਫੋਨ ਆ ਗਿਆ ਮੈਨੂੰ ਚਾਹੇ ਮੈਨੂੰ ਦੂਜੇ ਦਾ ਆ ਗਿਆ ਮੇਰੇ ਵਾਸਤੇ ਆ ਵੀ ਜੋ ਉਹਨਾਂ ਨੇ ਇਹ ਕੰਮ ਕਿਹਾ ਜੇ ਕੰਮ ਹੋਣ ਵਾਲਾ ਜੋ ਕਹਿੰਦੇ ਜੀ ਇਹ ਬੱਚੇ ਦਾ ਉਹ ਸਰਟੀਫਿਕੇਟ ਨਹੀਂ ਮਿਲਿਆ ਜੀ ਉਹ ਦਵਾ ਦਿਓ ਨਾ ਇਹ ਕਿਹੜੀ ਗੱਲ ਹੈ ਕੁਆਲਿਟੀ ਸੁਣੇ ਕਹਿੰਦੀ ਰੋਡ ਨਹੀਂ ਪੈਣੀ ਚਾਹੀਦੀ ਪਰ ਜੇ ਕਿਤੇ ਨਾ ਕਿਤੇ ਬੰਦਾ ਜਦੋਂ ਕਾਲਾ ਪੈ ਗਿਆ ਜਾਂ ਸਾ ਤੋਂ ਸਰਟੀਫਿਕੇਟ ਲੇਟ ਹੋ ਗਿਆ ਜੇ ਉਹਨਾਂ ਨੇ ਕਹਿਤਾ ਫੇਰ ਕੀ ਹੋ ਗਿਆ ਇਹ ਤਾਂ ਉਹਨਾਂ ਦਾ ਰਾਈਟ ਹੈ ਤੇ ਉਹ ਮੈਂ ਕਰ ਦੇਣਾ ਮੈਂ ਇਹ ਨਹੀਂ ਲਿਖਣਾ ਵੀ ਇਹ ਤਾਂ ਜੀ ਉਹ ਫਲਾਣੀ ਪਾਰਟੀ ਦਾ ਇਹ ਤਾਂ ਜੀ ਫਲਾਣੀ ਪਾਰਟੀ ਦਾ ਜਿਹੜੀ ਮਰਜ਼ੀ ਪਾਰਟੀ ਦਾ ਹੋ ਪੋਲੀਟੀਸ਼ੀਨ ਪੋਲੀਟੀਸੀ ਨਾ ਨਨਕੋਸ ਸਰ ਪੰਚ ਫੋਨ ਕਰਦੇ ਮੈਂ ਤਾਂ ਵੀ ਬੰਦਾਗਾ ਮੈਨੂੰ ਕੋਈ ਪੱਤਰਕਾਰ ਫੋਨ ਕਰਦੇ ਮੈਂ ਤਾਂ ਵੀ ਬੰਦਾਗਾ ਜਿਹੜਾ ਕੰਮ ਜਾਇਜ਼ ਹੈ ਉਹਦੇ ਵਾਸਤੇ ਜੇ ਫੋਨ ਕਰਤਾ ਕਿਸੇ ਨੇ ਤਾਂ ਫਿਰ ਕੀ ਤਹਾੜ ਕਰ ਗਿਆ ਯਾਰ ਅਸੀਂ ਡੈਮੋਕਰੇਟ ਰਹਨੇ ਆ ਮੈਨੂੰ ਇਹ ਇਹ ਹੰਕਾਰ ਕਿਉਂ ਹੋਵੇ ਵੀ ਮੈਨੂੰ ਫੋਨ ਹੀ ਕਿਉਂ ਕਰਿਆ ਫੋਨ ਕਰਦੇ ਮੈਂ ਜਾ ਕਹਦਾ ਕੋਈ ਨਹੀਂ ਜੀ ਕੰਮ ਕਰਤਾ ਉਹਨਾਂ ਦਾ ਜਾਂ ਕਰਦਾ ਕੋਈ ਨਹੀਂ ਜੀ ਹੋ ਜੂਗਾ ਮੈਂ ਦੇਖ ਲੈਣਾ ਮੇਰੇ ਕੋਲੇ ਇਹ ਤਾਂ ਨਹੀਂ ਮੈਨੂੰ ਅਗਲਾ ਕਹਿੰਦਾ ਵੀ ਤੂੰ ਨਜਾਇਜ਼ ਕਰ ਜਿਹੜਾ ਬੰਦਾ ਮੈਨੂੰ ਨਜਾਇਜ਼ ਨੂੰ ਕਹੂ ਉਹਨੂੰ ਮੈਂ ਜਵਾਬ ਹੀ ਦੇਣਾ ਮੈਂ ਕਈ ਵਾਰ ਜਵਾਬ ਦਿੱਤੇ ਨੇ ਇੱਕ ਨੇ ਕਿਹਾ ਬਿਊਰੋਕਰੇਟ ਨੇ ਇਹਨਾ ਮਤਲਬ ਫਿਰ ਤੁਸੀਂ ਸਾਡਾ ਕੰਮ ਕਰਨਾ ਨਹੀਂ ਮੈਂ ਜੀ ਮੈਂ ਤੁਹਾਨੂੰ ਪਹਿਨੇ ਕਹਤਾ ਸੀ ਵੀ ਇਹ ਗਲਤ ਆ ਕੰਮ ਹੀ ਹੋਣਾ ਨਹੀਂ ਫਿਰ ਮੈਂ ਉੱਤੇ ਕਹਾ ਜੀ ਤੁਸੀਂ ਮੈਨੂੰ ਫੋਨ ਹੀ ਕਿਉਂ ਕਰਿਆ ਸੀ ਤੁਸੀਂ ਉੱਤੇ ਹੀ ਕਰ ਲੈਂਦੇ ਇੱਕ ਨੇ ਕੋਪੋਲਿਟੀਸ਼ਨ ਆਇਆ ਉਹ ਮੇਰੇ ਬੜਾ ਨੇੜੇ ਸੀ ਕੋਈ ਬੰਦਾ ਗੈਰ ਹਾਜ਼ਰ ਫੜਿਆ ਸੀ ਮੈਂ ਕਹਿੰਦਾ ਆਇਆ ਫਰਾਣਾ ਉਹ ਤਾਂ ਬੜਾ ਦੇਵਤਾ ਹੈ ਉਹ ਤਾਂ ਬੜਾ ਧਰਮ ਦਾ ਕੰਮ ਕਰਦਾ ਹੈ ਮੈਂ ਹੈ ਜੀ ਧਰਮ ਵਾਲੇ ਵੀ ਕਿਹੜਾ ਰੋਟੀ ਨਹੀਂ ਕਰਦੇ ਉਹ ਗੈਰ ਹਾਜ਼ਰ ਸੀ ਮੈਂ ਖੁਦ ਫੜਿਆ ਗੈਰ ਹਾਜ਼ਰ ਮੈਨੂੰ ਕਰਨ ਲੱਗੇ ਫਿਰ ਕੀ ਟੋਪ ਚਲਾ ਲੋਗੇ ਰਾਸੀ ਹੋ ਲੀਡਰ ਨਹੀਂ ਇਹ ਮੈਂ ਟੋਪ ਨਹੀਂ ਚਲਾ ਸਕਦਾ ਤੁਸੀਂ ਆਈ ਕਿਉਂ ਹੋ ਮੇਰੇ ਕੋਲ ਨਾ ਤੁਹਾਨੂੰ ਕਿਹਨੇ ਕਿਹਾ ਵੀ ਮੈਂ ਤੋਪ ਚੇਲਾ ਲੂੰਗਾ ਇੱਥੇ ਤਾਂ ਲੋਕ ਕਤਲ ਕਰਕੇ ਬਰੀ ਹੋ ਜਾਂਦੇ ਨੇ ਇਹ ਤਾਂ ਗੈਰਹਾਜ਼ਰ ਹੈ ਸਿੰਪਲ ਤੁਸੀਂ ਕਰਾણો ਮੈਂ ਇਹ ਗੱਲ ਨਾ ਸਪਸ਼ਟ ਕਹਿਣਾ ਮੈਨੂੰ ਮੈਂ ਐਵੇਂ ਨਹੀਂ ਕਰਾਇਆ ਦੇ ਘਰ ਚ ਬੈਠਾ ਲਿਆ ਮੈਂ ਐਵੇਂ ਨਹੀਂ ਵੀ ਮੇਰੇ ਕੋਲ ਕੋਈ ਗੱਡੀ ਨਹੀਂ ਮੈਂ ਇੱਥੇ ਮਲਟੀਸਵਾਰੀ ਆਟੋ ਚ ਬੈਠ ਕੇ ਜਾਣਾ ਪਰ ਮੈਂ ਮਲਟੀਸਵਾਰੀ ਆਟੋ ਚ ਬੈਠ ਕੇ ਵੀ ਜੀ ਅਣਖ ਮੇਨਟੇਨ ਰੱਖਣਾ ਮੈਂ ਪੈਦਲ ਜਾ ਕੇ ਮੈਂ ਪੁੰਗੇ ਸੌ ਕੇ ਮੇਰੀ ਇੱਜ਼ਤ ਹੈ ਮੇਰਾ ਮਨ ਕਿਉਂਕਿ ਮੇਰਾ ਮਨ ਸਾਫ ਹੈ ਮੈਨੂੰ ਪੁੰਜੇ ਸੌਂ ਚ ਕੋਈ ਬੇਇੱਜ਼ਤੀ ਨਹੀਂ ਮੇਰੀ ਮੈਂ ਤੇ ਬਰਨਾਲੇ ਸਟੇਸ਼ਨ ਦੇ ਮੀਂਹ ਪੈਣ ਲੱਗ ਗਿਆ ਤੇ ਮੈਂ ਮੀਂਹ ਪੈਂਦੇ ਚ ਪਲੇਟਫਾਰਮ ਤੇ ਸੁੱਤਾ ਰਿਹਾ ਮੈਂ ਸਰਕਾਰੀ ਅਧਿਕਾਰੀ ਵੀ ਸੀ ਉੱਚ ਅਧਿਕਾਰੀ ਵੀ ਸੀ ਮੈਨੂੰ ਕੀ ਫਰਕ ਪੈਂਦਾ ਹੈ ਮੈਂ ਕਿਉਂ ਕਿਤੇ ਜਾ ਕੇ ਦੱਸਾਂ ਵੀ ਮੈਂ ਕੋਈ ਅਧਿਕਾਰੀ ਹਾਂ ਜੇ ਮੈਂ ਰੇਲਵੇ ਸਫ਼ਰ ਕਰ ਰਿਹਾ ਮੈਂ ਇੱਕ ਸਵਾਰੀ ਹਾਂ ਜੇ ਮੈਂ ਡਾਕਖਾਨੇ ਚ ਗਿਆ ਮੈਂ ਉੱਥੇ ਇੱਕ ਗਾਹਕ ਹਾਂ ਜਿਵੇਂ ਬਾਕੀ ਦੇ ਨੇ ਮੈਂ ਉੱਥੇ ਜਾ ਕੇ ਕਿਉਂ ਇਹ ਦੱਸਣ ਦੀ ਕੋਸ਼ਿਸ਼ ਕਰਾਂ ਵੀ ਮੈਂ ਬਹੁਤ ਵੱਡਾ ਅਫਸਰ ਹਾਂ ਉਹ ਮੈਂ ਜੱਤ ਤੋਂ ਸੁਸਧਾਰਨ ਬੰਦੇ ਦੀ ਹੁਣ ਇਹਨਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਜਿਵੇਂ ਸਾਡੇ ਪੋਲੀਟਿਸ਼ੀਅਨ ਨੂੰ ਪੁਰਾਣਿਆਂ ਨੂੰ ਕਿਉਂ ਪਤਾ ਲੱਗ ਜਾਂਦਾ ਸੀ ਜਾਂ ਤਾਂ ਰਾਜਾ ਭੇਸ ਬਦਲ ਕੇ ਦੇਖਦਾ ਸੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇਖਦੇ ਸੀ ਜਾਂ ਅਕਬਰ ਵਰਗੇ ਜਾਂ ਫਿਰ ਉਹ ਆਪਣੇ ਸੁਯੇਰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਜਿਹੜਾ ਬੰਦਾ ਕਦੇ ਡਾਕ ਖਣੇ ਚ ਗਿਆ ਨਹੀਂ ਉਹਨੂੰ ਕੀ ਪਤਾ ਡਾਕ ਖਣੇ ਰੱਖੀ ਕਰਦੇ ਨੇ ਜਿਹੜਾ ਬੰਦਾ ਸੁਧਾਰਨ ਹਸਪਤਾਲ ਚ ਗਿਆ ਨਹੀਂ ਜਾਂ ਫਿਰ ਸਫਰਸ਼ ਕਰਕੇ ਗਿਆ ਉਹਨੂੰ ਕੀ ਪਤਾ ਬਿਹਸਤਾਲ ਚ ਲੋਕਾਂ ਨਾਲ ਕੀ ਹੁੰਦੀ ਹੈ ਜਿਹੜਾ ਬੰਦਾ ਕਦੇ ਸਕੂਲ ਚ ਗਿਆ ਨਹੀਂ ਉਹਨੂੰ ਕੀ ਪਤਾ ਬੱਚਿਆਂ ਨਾਲ ਕੀ ਹੁੰਦੀ ਹੈ ਜਿਹੜਾ ਬੰਦਾ ਕਦੇ ਬਸਤੀ ਨਹੀਂ ਚੜਿਆ ਉਹਨੂੰ ਕੀ ਪਤਾ ਵੀ ਕੰਡਕਟਰ ਡਰਾਈਵਰ ਕੀ ਕਰਦੇ ਨੇ ਉਹਨਾਂ ਨਾਲ ਜਿਹੜਾ ਬੰਦਾ ਕਦੇ ਬਿਜਲੀ ਬੋਰਡ ਦੇ ਦਫ਼ਤਰ ਚ ਬਿਜ ਨਹੀਂ ਭਰਨ ਗਿਆ ਉਹਨੂੰ ਕੀ ਪਤਾ ਵੀ ਉੱਥੇ ਉੱਥੇ ਕੀ ਹੁੰਦਾ ਉਹਦੇ ਨਾਲ ਹਾਲ ਜੇ ਕਨੈਕਸ਼ਨ ਰਵਾਉਣ ਵਾਸਤੇ ਨਹੀਂ ਗਿਆ ਜੇ ਕੋਈ ਮੀਟਰ ਟਰਾਂਸਫਰ ਕਰਾਉਣ ਵਾਸਤੇ ਜਿਹੜਾ ਪਾਣੀ ਦੇ ਦਫ਼ਤਰ ਨਹੀਂ ਗਿਆ ਉਹਨੂੰ ਕੀ ਪਤਾ ਵੀ ਕੀ ਹੁੰਦਾ ਜਿਹੜਾ ਵੀਡੀਓ ਦਫ਼ਤਰ ਨਹੀਂ ਗਿਆ ਉਹਨੂੰ ਕੀ ਪਤਾ ਕੀ ਹੁੰਦਾ ਜਿਹੜਾ ਕਦੇ ਤਸੀਲੇ ਨਹੀਂ ਗਿਆ ਉਹਨੂੰ ਕੀ ਪਤਾ ਵੀ ਤਸੀਲਾ ਵਾਲੇ ਕੀ ਕਰਦੇ ਨੇ ਜਿਹੜਾ ਕਦੇ ਉੱਥੇ ਥਾਣੇ ਚ ਨਹੀਂ ਗਿਆ ਉਹਨੂੰ ਕੀ ਪਤਾ ਵੀ ਥਾਣੇ ਦਾ ਥਾਣੇ ਵਾਲੇ ਕੀ ਕਰਦੇ ਨੇ ਤੁਹਾਡੇ ਨਾਲ ਸੋ ਜਦ ਤੱਕ ਤੁਸੀਂ ਉ ਤੁਸੀਂ ਹੱਲ ਉਦੋਂ ਕਰ ਸਕਦੇ ਹੋ ਜਦ ਤੁਹਾਡਾ ਡਿਟਰਮੀਨੇਸ਼ਨ ਹੋਵੇ ਤੇ ਤੁਹਾਡੇ ਕੋਲ ਤੁਹਾਡੇ ਅੱਖਾਂ ਤੇ ਕੰਨ ਖੁੱਲੇ ਹੋਣ ਤੁਹਾਨੂੰ 100 ਬੰਦੇ ਝੂਠੀਆਂ ਗੱਲਾਂ ਕਰਨਗੇ 100 ਆ ਕੇ ਚੁਗਲੀਆਂ ਕਰਨਗੇ ਐਡਮਿਨਿਸਟ੍ਰੇਸ਼ਨ ਤੇ ਮੇਰਾ ਇੱਕ ਪ੍ਰਿੰਸੀਪਲ ਆ ਮੈਂ ਕਿਸੇ ਹਰਕ ਦੀ ਚੋਰੀ ਸੁਣਦਾ ਮੰਨਦਾ ਨਹੀਂ ਕਿਉਂਕਿ ਜੇ ਮੈਂ ਉਹਨੂੰ ਬੰਦ ਕਰਤਾ ਉਹ ਮੂਰਖਾ ਕਿਵੇਂ ਦੱਸੇਗਾ ਹੀ ਨਹੀਂ ਤੇ ਮੈਨੂੰ ਕਿਵੇਂ ਪਤਾ ਲੱਗੂ ਮੇਰੇ ਥੱਲੇ ਵਾਲੀ ਚੋਰੀ ਕਰੀ ਜਾਂਦਾ ਉਹ ਚਾਰ ਗੱਲਾਂ ਝੂਠੀਆਂ ਕਹਿ ਕੇ ਜਾਂ ਉਹ ਚਾਰ ਸੱਚੀਆਂ ਕਹਿ ਕੇ ਜਾਂ ਉਹ ਦੋ ਸੱਚੀਆਂ ਕੋ ਮੈਂ ਆਪ ਦਾ ਹਿਸਾਬ ਲਾਉਣਾ ਹੈ ਆਪ ਦਾ ਵਿਵੇਕ ਕੈਮ ਰੱਖਣਾ ਅਰੇ ਉਹ ਮੇਰੇ ਘਟੀ ਕੰਨ ਨੇ ਜਿਹੜੇ ਮੇਰੀ ਅਲੋਚਨਾ ਕਰਦੇ ਨੇ ਜਿਹੜੇ ਕਹਿੰਦੇ ਤਾਂ ਬੰਦਾ ਹੀ ਬਹੁਤ ਮਾੜਾ ਹੈ ਉਹ ਵੀ ਮੇਰੇ ਅੱਖਾਂ 'ਚ ਕੰਨ ਨੇ ਆਲੋਚਕ ਬਸ ਦਾਸਤ ਗੱਲ ਕਹਿ ਕੇ ਕਹਾਂਗਾ ਮੈਂ ਇਹ ਤਾਂ ਸਿੱਖਿਆ ਅਲੋਚਨਾ ਸਿੱਖੀ ਆ ਮੈਂ ਜਿੱਥੋਂ ਮੈਨੂੰ ਕਬੀਰ ਸਾਹਿਬ ਦਾ ਉਸ ਸ਼ਲੋਕ ਯਾਦ ਹੈ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਮੂਕੋ ਗਰੀ ਨਿੰਦਾ ਜਨ ਕੋ ਖੜੀ ਪਿਆਰੀ ਨਿੰਦਕ ਹੈ ਸੋ ਹਮਰਾ ਮੀਤ ਨਿੰਦਕ ਮੈਂ ਹੈ ਨਿੰਦਕ ਇਸ ਤੋਂ ਅੱਗੇ ਮੈਂ ਵੀ ਹੁਣ ਕੁਝ ਨਹੀਂ ਕਹੂੰਗਾ ਕਿਉਂਕਿ ਨਿੰਦੜ ਵਾਲੇ ਹੀ ਤੁਹਾਨੂੰ ਸਹੀ ਰਾਹ ਦਿਖਾਉਂਦੇ ਨੇ ਪਰ ਸਹੀ ਰਾਹ ਦੇਖ ਕੇ ਤੁਸੀਂ ਸਹੀ ਫੈਸਲੇ ਨਾ ਲਏ ਔਰ ਸਹੀ ਮੰਜ਼ਿਲ ਤੇ ਫਿਰ ਪੰਜਾਬ ਕਿਵੇਂ ਪਹੁੰਚੂਗਾ ਇਹ ਸਾਡੇ ਪੋਲਿਟਿਸ਼ੀਅਨਸ ਨੂੰ ਤੇ ਅਫਸਰਾਂ ਨੂੰ ਸੋਚਣ ਦੀ ਲੋੜ ਹੈਗੀ ਆ ਬਹੁਤ ਸ਼ੁਕਰੀਆ ਸਰ ਤੁਸੀਂ ਸਾਨੂੰ ਵਕਤ ਦਿੱਤਾ ਥੈਂਕ ਯੂ ਵੈਰੀ ਮਚ